red flag ਕਿਹੜੇ ਜਮੋਰਗੇ ਬ੍ਰੋਕਰ ਦੇ ਜਿਹੜਾ ਫੋਨ ਚੁੱਕ ਕੇ ਕਹਿੰਦਾ ਹਾਂਜੀ ਭਾਜੀ ਆਜੂ ਕਰ ਦਾਂ ਗਾ red flag ਆਪਣੇ ਇੱਕ ਮੀਮ ਬਣਿਆ ਹੋਇਆ ਕਿ ਨੇ ਜਦੋਂ ਮੈਂ ਬਾਏ ਕਰਦਾ ਕਹਿੰਦੇ ਉਹਦਾ ਸਟਾਕ ਡਿੱਗਣੀ ਸ਼ੁਰੂ ਹੋ ਜਾਂਦੇ ਆ ਉਹ ਕਿਉਂ ਡਿੱਗਦੇ ਕਿ ਅਸੀਂ ਬਾਏ ਹੀ ਉਸ ਪੁਆਇੰਟ ਤੇ ਜਾ ਕੇ ਕਰਦੇ ਆ ਕਿਉਂਕਿ ਸਾਡੇ ਤੱਕ ਜਦੋਂ ਇਨਫਾਰਮੇਸ਼ਨ ਪਹੁੰਚਦੀ ਆ ਉਹ ਆਲਰੇਡੀ ਕਿਸੀ ਪੀਟੀ ਤੇ ਪੁਰਾਣੀ ਇਨਫਾਰਮੇਸ਼ਨ ਹੋ ਚੁੱਕੀ ਹੁੰਦੀ ਆ ਅਮਰੀਕਾ ਵਰਗਾ ਜਿਹੜਾ ਵਰਲਡ ਪਾਵਰ ਆ ਉਹ ਆਪਣੀ ਡੈਟ ਸੀਲਿੰਗ ਇਨਕਰੀਜ਼ ਕਰ ਰਿਹਾ ਆ ਆਫਟਰ ਕੋਵਿਡ ਕੋਵਿਡ ਦੀ ਜਿਹੜੀਆਂ ਗ੍ਰਾਂਟਸ ਵਗੈਰਾ ਵੰਡਿਆ ਸੀ ਉਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਅਮਰੀਕਾ 1.5 ਟ੍ਰਿਲੀਅਨ ਡਾਲਰ ਪ੍ਰਿੰਟ ਕਰ ਚੁੱਕਿਆ ਸਿਰਫ ਆਪਣੇ ਡੈਟ ਨੂੰ ਸਰਵ ਕਰਨ ਵਾਸਤੇ 18 ਜਾਂ 19 ਦੇ ਵਿੱਚ ਰੈਸੈਸ਼ਨ ਬਣਦਾ ਸੀ ਤੁਹਾਨੂੰ ਯਾਦ ਹੋਵੇ ਹੈਮਿਲਟਨ ਦੇ ਵਿੱਚ ਬਿਲਡਰ ਨੇ ਘਰ ਕੱਢੇ ਸੀਗੇ ਤੇ ਲੋਕਾਂ ਨੇ ਉਹ 6-6 7-7 ਲੱਖ ਦੇ ਘਰ ਸੀਗੇ ਤੇ ਡਿਪੋਜ਼ਿਟ ਛੱਡਤਾ ਸੀਗਾ ਕਿ ਨਹੀਂ ਭਾਈ ਤੁਸੀਂ ਸਾਡਾ ਡਿਪੋਜ਼ਿਟ ਰੱਖ ਲਓ ਕਸਿੰਗੇ ਪ੍ਰੌਪਰਟੀਆਂ ক্লোਜ਼ ਨਹੀਂ ਕਰਾ ਸਕਦੇ ਰੀਅਲ ਏਸਟੇਟ ਦਾ ਲਾਇਸੈਂਸ ਤੇ ਮਾਰਗੇਜ ਦਾ ਲਾਇਸੈਂਸ ਇਹਦੇ ਵਿੱਚ ਤੁਹਾਨੂੰ ਸਿਰਫ ਇਹ ਸਿਖਾਇਆ ਜਾਂਦਾ ਕਿ ਕਾਗਜ਼ ਕਿੱਦਾਂ ਭਰੀਦੇ ਇਟਸ ਨਾਟ ਆ ਫਾਈਨੈਂਸ਼ੀਅਲ ਐਜੂਕੇਸ਼ਨ ਇਹ ਕੋਈ ਫਾਈਨੈਂਸ਼ੀਅਲ ਨੋਲਿਜ ਦਾ ਲਾਇਸੈਂਸ ਨਹੀਂ ਹੈਗਾ ਬਾਇਗੀ ਆਲ ਚੱਲ ਬਾਵਰੀ ਵੀਰ ਤੁਸੀਂ ਦੱਸੋ ਕੀ ਹਾਲ ਚੱਲਦਾ ਹੈ ਪਾਜੀ ਵੈਲਕਮ ਟੂ ਗਲਾਸੀ ਟਾਈਮ ਥੈਂਕ ਯੂ ਬਹੁਤ ਵੇਟ ਕੀਤਾ ਤੁਹਾਡਾ ਪਰਦਾ ਹੀ ਨਹੀਂ ਸਕੇਜੂਲ ਯਾਰ ਰਾਈਟ ਹਾਂਜੀ ਸਾਰੇ ਕਿਵੇਂ ਚੱਲ ਰਹੀ ਹੈ ਲਾਈਫ ਵਧੀਆ ਜੀ ਕਰੀ ਜਾਂਦੇ ਆ ਪਾਸ਼ਾ ਦੀ ਕਿਰਪਾ ਟਾਈਮ ਪਾ ਕਰੀ ਜਾਂਦੇ ਆ ਤੇ ਕਿਵੇਂ ਲੱਗ ਰਿਹਾ ਫਿਰ ਅੱਜ ਗਲਾਸੀ ਟਾਈਮ 'ਚ ਆ ਕੇ ਵਧੀਆ ਲੱਗ ਰਿਹਾ ਵੀ ਥੈਂਕ ਯੂ ਜੀ ਪਲੈਟਫਾਰਮ ਵਾਸਤੇ ਗੱਲਬਾਤ ਕਰਨ ਵਾਸਤੇ ਹਾਂਜੀ ਹੋਰ ਪਾਜੀ ਤੁਹਾਡਾ ਕੰਟੈਂਟ ਫੋਲੋ ਕਰਦੇ ਆ ਹਾਂਜੀ ਲਾਈਕ ਬਹੁਤ ਜ਼ਿਆਦਾ ਇਨਫੋਰਮੇਟਿਵ ਹੈ ਲਾਈਕ ਵਾਟ ਡੂ ਯੂ ਥਿੰਕ ਕਿ ਤੁਸੀਂ ਇਦਾਂ ਦਾ ਕੰਟੈਂਟ ਕਿਉਂ ਚੂਜ਼ ਕੀਤਾ ਮੈਂ ਨਾ 1690 ਤੇ ਰੇਡੀਓ ਕਰਨਾ ਸ਼ੁਰੂ ਕੀਤਾ ਸੀਗਾ ਤੇ ਜਦੋਂ ਮੈਂ ਰੇਡੀਓ ਸੁਣਨੇ ਸ਼ੁਰੂ ਕੀਤੇ ਤੇ ਉਹਦੇ ਵਿੱਚ ਨਾ ਇੱਕੋ ਹੀ ਟੋਨ ਹੁੰਦੀ ਸੀ ਕਿ ਘਰ ਖਰੀਦ ਲਓ ਕੱਲ ਨੂੰ ਮਹਿੰਗੇ ਹੋ ਜਾਣੇ ਆ ਪਰਸੋਂ ਮਹਿੰਗੇ ਹੋ ਜਾਣੇ ਤੁਸੀਂ ਘਰ ਨਹੀਂ ਲੈ ਸਕਦੇ ਯਾਰ ਇਦਾਂ ਤਾਂ ਕਦੀ ਨਹੀਂ ਹੁੰਦਾ ਕਿ ਰੋਜ਼ ਹੀ ਜਿਹੜੀਆਂ ਪ੍ਰਾਪਰਟੀ ਦੀਆਂ ਕੀਮਤਾਂ ਉੱਪਰ ਨੂੰ ਜਾਣ ਜਾਣ ਰਾਈਟ ਤੇ ਥੋੜਾ ਬਹੁਤ ਮੇਰਾ ਜਿਹੜਾ ਬੈਕਗ੍ਰਾਉਂਡ ਮੈਂ ਪੜਿਆ ਵੀ ਇੱਥੇ ਆ ਕੇ bizness ਸੀਗਾ ਮੈਂ ਜਦੋਂ ਮੈਂ ਕਦੀ ਲਾਈਵ ਤੇ ਰੇਡੀਓ ਨਹੀਂ ਸੀ ਸੁਣਿਆ ਪਰ ਜਦੋਂ ਮੈਂ ਕਰਨਾ ਸ਼ੁਰੂ ਕੀਤਾ ਉਦੋਂ ਮੈਂ ਸੁਣਨਾ ਸ਼ੁਰੂ ਕੀਤਾ ਮੈਂ ਯਾਰ ਇਹ ਬਹੁਤ ਗਲਤ ਇਨਫੋਰਮੇਸ਼ਨ ਆ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਬਾਹਰ ਜਾਣ ਲਈ ਆ ਕਿਉਂਕਿ ਮੈਂ ਆਪ ਇੱਕ ਮਾਰਗੇਜ ਏਜੰਟ ਆ ਮੈਂ ਉਦੋਂ ਵੀ ਤੇ ਅੱਜ ਵੀ ਫੁੱਲ ਟਾਈਮ ਐਜ਼ ਅ ਮਾਰਗੇਜ ਦੇ ਵਿੱਚ ਕੰਮ ਕਰਦਾ ਸੀਗਾ ਮੈਂ ਯਾਰ ਮੈਂ ਦੇਖਣ ਤੇ ਆਇਆ ਲੋਕਾਂ ਦੀ ਕੰਡੀਸ਼ਨ ਕੀ ਹੈਗੀ ਆ ਇੰਨੀ ਜਿਆਦੀ 6000 ਡਾਲਰ 7000 ਡਾਲਰ ਮੰਥਲੀ ਜਿਹੜੀ ਆ ਪੇਮੈਂਟ ਅਫੋਰਡ ਕਰਨੀ ਬਹੁਤ ਔਖੀ ਆ ਤੇ ਮਾਰਕੀਟ 'ਚ ਇਹ ਗੱਲ ਚੱਲਣ ਈ ਆ ਕਿ ਅੱਜ ਘਰ ਲੈ ਲਿਆ ਤੁਸੀਂ ਲੈ ਲੈਨੇ ਤਾਂ ਕੱਲ ਨੂੰ 50 ਹਜ਼ਾਰ ਲੱਖ ਡਾਲਰ ਫੇਰ ਮਹਿੰਗੇ ਹੋ ਜਾਣੇ ਆ ਤੇ ਅਹੀਂ ਸੋਚਦੇ ਮੈਂ ਉਦੋਂ ਫੇਰ 1690 ਤੇ ਇਹ ਅੱਜ ਤੋਂ ਮਿਲਦਾ ਡੇਢ ਸਾਲ ਪਹਿਲਾਂ ਕਹਿਣਾ ਸ਼ੁਰੂ ਕਰਤਾ ਸੀਗਾ ਤੇ ਮੇਰੀ ਥੋੜੀ ਜਿਹਾਤ ਹੈਗੀ ਆ ਕਿ ਜਿਹੜੇ ਆਪਣੇ ਫਾਈਨੈਂਸ਼ੀਅਲ ਪੋਸਟ ਵਗੈਰਾ ਹੁੰਦੀਆਂ ਨੇ ਆਪਾਂ Yahoo Finance ਆ ਜਾਂ Bloomberg ਦਾ ਆ ਜਾਂ ਫਾਈਨੈਂਸ਼ੀਅਲ ਪੋਸਟ ਜਿਹੜਾ ਨਿਊਜ਼ ਚੈਨਲ ਹੈਗਾ ਉਹਨਾਂ ਨੂੰ ਮੈਂ ਥੋੜਾ ਬਹੁਤ ਜਾਂ ਤਾਂ YouTube ਤੇ ਵੇਖ ਲੈਣਾ ਵੀਡੀਓਜ਼ ਜਾਂ ਪੜ੍ਹ ਲਈਦੀਆਂ ਸੀਗੀਆਂ ਤੇ ਉਹਨਾਂ ਦੇ ਐਨਾਲਿਸਟ ਦੀਆਂ ਜਿਹੜੀਆਂ ਰਿਪੋਰਟਸ ਆਉਂਦੀਆਂ ਸੀ ਨਾ ਉਹ ਬੜ ਉਹ ਕਹਿੰਦੇ ਸੀਗੇ ਕਿ ਜੋ ਇਸ ਸਮੇਂ ਮਾਰਕੀਟ ਦੇ ਵਿੱਚ ਚੱਲਣ ਡਿਆ ਵਾ ਇਟਸ ਨਾਟ ਗੁੱਡ ਫॉर ਇਕਨੋਮੀ ਤੇ ਲੌਂਗ ਟਰਮ ਕਦੀ ਵੀ ਇਦਾਂ ਨਹੀਂ ਚੱਲਦਾ ਹੁੰਦਾ ਤੇ ਉਹ ਤੋਂ ਫਿਰ ਮੈਂ ਜਦੋਂ ਪੜ੍ਹਨਾ ਸ਼ੁਰੂ ਕੀਤਾ ਫਿਰ ਮੈਂ ਹੌਲੀ ਹੌਲੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲਾਂ ਮੈਨੂੰ ਐ ਲੱਗਦਾ ਸੀਗਾ ਕਿ ਲੋਕੀ ਨਹੀਂ ਸੁਣਨਗੇ ਨਾਲ ਦੇ ਜਿਹੜੇ ਰੇਡੀਓ ਹੋਸ ਸੀਗੇ ਉਹਨਾਂ ਨੇ ਵੀ ਇਹੀ ਕਹਿਣਾ ਸ਼ੁਰੂ ਕੀਤਾ ਮਨਜਿੰਦਰ ਯਾਰ ਕਿਹੜੀਆਂ ਗੱਲਾਂ ਕਰਦਾ ਲੋਕੀ ਇੰਟਰਸਟਿਡ ਨਹੀਂਗੇ ਇਹ ਜੀ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਮੇਰਾ ਇੱਕ ਇਹ ਵੀ ਸੀਗਾ ਕਿ ਯਾਰ ਅਸੀਂ ਇੰਡੀਆ 'ਚ ਨਹੀਂ ਰਹਿਣਦੇ ਆਈ ਡੋਂਟ ਕੇਅਰ ਕਿ ਉੱਥੇ ਪੋਲਿਟੀਕਲੀ ਕੀ ਹੋਣ ਡਿਆ ਵਾ ਕੀ ਨਹੀਂ ਹੋ ਮੈਂ ਕੈਨੇਡੀਅਨ ਟੌਪਿਕਸ ਤੇ ਗੱਲ ਕਰਨੀ ਆ ਤੇ ਕੈਨੇਡੀਅਨ ਮੁੱਦੇ ਚੁੱਕਣੇ ਆ ਤੇ ਮੈਨੂੰ ਕਾਫੀ ਬੰਦਿਆਂ ਨੇ ਕਿਹਾ ਕਿ ਨਹੀਂ ਯਾਰ ਲੋਕੀ ਨਾ ਉਹੀ ਚੀਜ਼ਾਂ ਲਾਈਕ ਕਰਦੇ ਆ ਪੰਜਾਬ ਦੀ ਪੋਲਿਟਿਕਸ ਪੰਜਾਬ ਦੀਆਂ ਗੱਲਾਂ ਤੇ ਮੈਨੂੰ 15 20 ਰਨ ਕੋਈ ਵਧੀਆ ਰਿਸਪੌਂਸ ਨਹੀਂ ਰਿਹਾ ਪਰ ਉਸ ਤੋਂ ਬਾਅਦ ਵੀਰ ਜੀ ਮੈਨੂੰ ਕਹਿ ਕੇ ਫੋਨ ਕੱਟਣਾ ਪੈਂਦਾ ਸੀਗਾ ਥੈਂਕ ਯੂ ਨੈਕਸਟ ਕਾਲਰ ਪਲੀਜ਼ ਥੈਂਕ ਯੂ ਨੈਕਸਟ ਕਾਲਰ ਪਲੀਜ਼ ਇੰਨਾ ਬੈਕਲੌਗ ਹੋ ਗਿਆ ਸੀਗਾ ਮੇਰਾ ਕਾਲ ਦੇ ਉੱਤੇ ਤੇ ਫਿਰ ਇਹ ਗਦੋਂ ਦੀ ਗੱਲ ਆ ਕਿੰਨਾ ਕੁ ਟਾਈਮ ਹੋ ਗਿਆ ਇਹ 1.5 ਸਾਲ ਤੋਂ ਉੱਪਰ ਹੋ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਸ਼ੁਰੂ ਕਰ ਲਿਆ ਕਿ ਚਲੋ ਰੇਡੀਓ ਮਹਿੰਗਾ ਬਹੁਤ ਪੈਂਦਾ ਆ ਫਾਈਨੈਂਸ਼ਲੀ ਵੀ ਇਨਾ ਉਹ ਨਹੀਂ ਹੈਗਾ ਆਪਣਾ ਕਹਿ ਲਿਆ ਕਿ ਜੇ 8 ਤੋਂ 10000 ਡਾਲਰ ਮਹੀਨੇ ਦਾ ਲੱਗ ਜਾਂਦਾ ਰੇਡੀਓ ਤੇ ਅੱਛਾ ਉਹ ਪੂਰਾ ਤੁਹਾਡਾ ਟਾਈਮ ਹੀ ਹੁੰਦਾ ਕਿ ਆਪਾਂ ਨੂੰ ਸਲੋਟ ਲੈਣਾ ਪੈਂਦਾ ਹੁੰਦਾ ਆਪਾਂ ਨੂੰ 1 ਘੰਟੇ ਦਾ ਸਲੋਟ ਲੈਣਾ ਪੈਂਦਾ ਉਹ ਡਿਪੈਂਡ ਕਰਦਾ 250 ਤੋਂ 350 ਡਾਲਰ 1 ਘੰਟੇ ਦਾ ਦੇਣਾ ਪੈਂਦਾ ਸਾਨੂੰ ਡੇਲੀ ਦਾ ਓਕੇ ਤੇ ਇਸ ਕਰਕੇ ਬਹੁਤ ਐਕਸਪੈਂਸਿਵ ਹੁੰਦਾ ਆਪਾਂ ਉਹਨੂੰ ਕੀ ਨਾਮ ਹੈ ਇਨਾ ਅਫੋਰਡੇਬਲ ਨਹੀਂ ਸੀਗਾ ਮੇਰੇ ਵਾਸਤੇ ਤੇ ਫਿਰ ਮੈਂ ਛੱਡ ਕੇ ਐਸ ਆ ਜਿੱਦਾਂ ਸਾਰਿਆਂ ਨੂੰ ਪਤਾ ਹੀ ਜਿਹੜਾ ਯੂਥ ਅੱਜ ਕੱਲ ਦਾ ਖਾਸ ਕਰਕੇ ਪੌਡਕਾਸਟ YouTube Instagram ਇਹਦੇ ਤੇ ਫਿਰ ਅਸੀਂ ਛੋਟੀਆਂ ਛੋਟੀਆਂ ਰੀਲਸ ਪਾਉਣੀਆਂ ਜਿਹੜੀਆਂ ਆ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਰਾਈਟ ਡੂ ਯੂ ਥਿੰਕ ਕਿ ਸਾਡੇ ਲੋਕਾਂ ਨੂੰ ਬਹੁਤ ਗਲਤ ਇਨਫੋਰਮੇਸ਼ਨ ਦੇ ਕੇ ਘਰ ਚਕਾਉਂਦੇ ਆਨ ਲਾਈਕ ਜ਼ਬਰਦਸਤੀ ਦੀ ਹੋੜ ਚ ਇੱਕ ਪੈ ਗਏ ਕਿਨੇ ਨੇ ਫਟਾਫਟ ਲਾਈਕ ਬਾਈ ਕਰੋ ਸੈਲ ਕਰੋ ਬਾਈ ਕਰੋ ਸੈਲ ਕਰੋ ਅਨਲਾਈਕ ਇੱਕ ਕਾਈਂਡ ਆਫ ਲਾਈਕ ਪ੍ਰੈਸ਼ਰਾਈਜ਼ ਕੀਤਾ ਗਿਆ ਏਜੰਟਸ ਵੱਲੋਂ ਲਾਈਕ ਜਿੱਦਾਂ ਦੀ ਮਾਰਕੀਟ ਚੱਲ ਰਹੀ ਸੀਗੀ ਅਨ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਸਪਰੈਡ ਹੋਈ ਉਸ ਨੂੰ ਲੈ ਕੇ ਇਹਦੇ ਵਿੱਚ ਨ ਵੀ ਇੱਕ ਗੱਲ ਆ ਮੈਂ ਕਦੀ ਵੀ ਰੀਅਲ ਏਸਟੇਟ ਏਜੰਟ ਦਾ ਕਸੂਰ ਨਹੀਂ ਕੱਢਦਾ ਦੇਖੋ ਜੇ ਆਪਾਂ ਘਰ ਲੈਣ ਜਾਣੇ ਆ ਰੀਅਜੰਟ ਦੇ ਕੋਲ ਤਾਂ ਹੀ ਉਹਦੇ ਕੋਲ ਆਪਣੀ ਇਨਫੋਰਮੇਸ਼ਨ ਆਉਂਦੀ ਆ ਤੇ ਉਹ ਆਪਾਂ ਨੂੰ ਦੱਸਦਾ ਹੈ ਜੀ ਆ ਘਰ 13 ਲੱਖ ਦਾ ਆ ਮੈਂ ਆਪਣੀ ਕੈਲਕੂਲੇਸ਼ਨ ਕਰਨੀ ਹੈ ਕਿ ਮੈਨੂੰ ਪੁੱਗਦਾ ਹੈ ਕਿ ਨਹੀਂ ਪੁੱਗਦਾ ਦੇਖੋ ਵੇਚਣ ਵਾਲੇ ਨੇ ਤਾਂ ਚੀਜ਼ ਵੇਚਣੀ ਉਹਨੇ ਬਹੁਤ ਸੋਹਣਾ ਬੋਲਣਾ ਉਸ ਚੀਜ਼ ਬਾਰੇ ਬਹੁਤ ਕੁਝ ਬੋਲਣਾ ਆ ਜਦੋਂ ਲੈਟ ਦਾ ਕੰਮ ਆ ਕੰਮ ਆ ਉਹਦਾ ਜੇ ਉਹਨੇ ਲੱਖ ਮਿਲੀਅਨ ਡਾਲਰ ਦੀ ਟ੍ਰਾਂਜੈਕਸ਼ਨ ਕੀਤੀ ਆ ਤੇ ਉਹਨੂੰ ਉਹਦੇ ਵਿੱਚ ਜਿਹੜਾ ਹੈਗਾ ਵਾ 20000 ਡਾਲਰ ਐਜ਼ ਅ ਕਮਿਸ਼ਨ ਆਉਣਾ ਆ 2% ਬਾਇੰਗ ਏਜੰਟ ਦਾ 2% ਸੇਲਿੰਗ ਏਜੰਟ ਦਾ ਹੁੰਦਾ ਆ ਤੇ ਅਗਲੇ ਨੇ ਤਾਂ ਬਹੁਤ ਤੁਹਾਨੂੰ ਚੀਜ਼ਾਂ ਉਹਦੇ ਵਿੱਚ ਦਿਖਾਉਣੀਆਂ ਨੇ ਇਹ ਵੀ ਕਿਹਾ ਜਾਂਦਾ ਆ ਕਿ ਅੱਜ ਤੁਸੀਂ ਸੈਮੀ ਡੀਟੈਚ ਲੈ ਲਓ 6 ਮਹੀਨਾ ਬਾਅਦ ਅਸੀਂ ਇਹਨੂੰ ਵੇਚ ਕੇ ਇਹ ਚੋ ਇਕਵਿਟੀ ਕੱਢ ਕੇ ਤੁਹਾਨੂੰ ਡੀਟੈਚ ਦਵਾ ਦਾਂਗੇ ਪਰ ਇਹ ਕਦੀ ਨਹੀਂ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਘਰ ਵੇਚਣਾ ਆ ਇਹਦੇ ਵਿੱਚੋਂ ਤੁਹਾਨੂੰ ਜਿਹੜਾ ਰੀਅਲਟਰ ਦੀ ਫੀਸ ਕਿੰਨੀ ਲੱਗੂਗੀ ਪਲੱਸ ਜਿਹੜੋ ਤੁਸੀਂ ਘਰ ਦੀ ਕਲੋਜ਼ਿੰਗ ਕਰਾਉਣੇ ਕਰੋ ਉਹ ਆਗਿਆ ਲੈਂਡ ਟ੍ਰਾਂਸਫਰ ਟੈਕਸ ਮਾਰਗੇਜਸ ਦੇ ਵੀ ਖਰਚੇ ਹੁੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਕਦੀ ਤੁਹਾਨੂੰ ਨਹੀਂ ਦੱਸੀਆਂ ਜਾਂਦੀਆਂ ਸੋ ਉਸ ਚੀਜ਼ ਦੇ ਵਿੱਚ ਸਾਡੇ ਲੋਕ ਕੀ ਹੈਗੇ ਆ ਕਿ ਆਪਾਂ ਕੋਈ ਵੀ ਨਾ ਫਾਈਨੈਂਸ਼ੀਅਲ ਡਿਸੀਜਨ ਲੈਣ ਲੱਗੇ ਨਾ ਅਸੀਂ ਇਮੋਸ਼ਨਲੀ ਸੋਚਦੇ ਆ ਅਸੀਂ ਕਦੀ ਵੀ ਪੇਪਰ ਪੈਨ ਲੈ ਕੇ ਨਹੀਂ ਬੈਠਦੇ ਅਸੀਂ ਕਦੀ ਕੈਲਕੂਲੇਸ਼ਨ ਨਹੀਂ ਕਰਦੇ ਐਗਜ਼ੈਕਟਲੀ ਤੇ ਅਸੀਂ ਨਾ ਆਏ ਆ ਬੜੇ ਡਿਫਰੈਂਟ এনवायरमेंट ਦੇ ਵਿੱਚੋਂ ਆਪਾਂ ਸਾਰੇ ਪਿੰਡਾਂ ਵਾਲੇ ਲੋਕ ਆ ਨਾ ਤਾਂ ਅਸੀਂ ਉੱਥੇ ਕਦੀ ਜੌਬ ਕੀਤੀ ਆ ਨਾ ਆਪਣੀਆਂ ਫੈਮਲੀਆਂ ਨੇ ਕਦੀ ਜੌਬ ਕੀਤੀ ਆ ਨਾ ਅਸੀਂ ਕਦੀ ਮਾਰਗੇਜ ਪੇ ਕੀਤੀ ਆ ਨਾ ਸਾਨੂੰ ਪਤਾ ਮਾਰਗੇਜ ਹੁੰਦੀ ਕੀ ਆ ਸੋ ਉਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਇੱਕ ਟੋਟਲੀ ਡਿਫਰੈਂਟ এনवायरमेंट ਦੇ ਵਿੱਚ ਇੱਥੇ ਆ ਜਾਂਦੇ ਆ ਅਸੀਂ ਸੋਚਦੇ ਆ ਯਾਰ ਠੀਕ ਆ ਘਰ ਲੈਣਾ ਹੈ ਤੇ ਹਾਂ ਨੈਸੈਸਿਟੀ ਹੈ ਘਰ ਲੈਣਾ ਆ ਪਰ ਮੇਰੇ ਹਿਸਾਬ ਦੇ ਨਾਲ ਘਰ ਕੋਈ ਇਨਵੈਸਟਮੈਂਟ ਨਹੀਂ ਹੈਗੀ ਘਰ ਇੱਕ ਲਾਇਬਿਲਟੀ ਆ ਜਿੰਨਾ ਚਿਰ ਤੱਕ ਤੁਸੀਂ ਉਹਨੂੰ ਪੇ ਆਫ ਨਹੀਂ ਕਰਦੇ ਜਿਹੜਾ ਘਰ ਤੁਸੀਂ ਲੈਟ ਸੇ ਮਿਲੀਅਨ ਦਾ ਲਿਆ ਵਾ ਉਹ ਹੋ ਸਕਦਾ ਹੈ ਤੁਹਾਨੂੰ 1.5 ਤੋਂ 2 ਮਿਲੀਅਨ ਡਾਲਰ ਦੇ ਵਿੱਚ ਪਵੇ 25 ਤੋਂ 30 ਸਾਲ ਦੇ ਪੀਰੀਅਡ ਦੇ ਵਿੱਚ ਜਿਹਦੇ ਵਿੱਚ ਆਪਾਂ ਵਿਆਜ ਦੇਣਾ ਆ ਪਲੱਸ ਪ੍ਰਾਪਰਟੀ ਟੈਕਸ ਦੇਣਾ ਆ ਤੇ ਜਿਹੜੀ ਚੀਜ਼ ਅਸੀਂ ਕਦੀ ਕਾਉਂਟ ਨਹੀਂ ਕਰਦੇ ਮੇਨਟੇਨੈਂਸ ਉਹੀ ਜਦੋਂ ਹੁਣ ਆਪਾਂ ਆਨਲਾਈਨ ਵੀ ਕੈਲਕੂਲੇਸ਼ਨਸ ਵਗੈਰਾ ਕਰੀ ਦੀਆਂ 2-3 ਲੱਖ ਦਾ ਘਰ ਆ ਜੋ ਐਟ ਦੀ ਐਂਡ 30 ਸਾਲਾਂ ਬਾਅਦ 25 ਪਾਉ ਦਾ ਆਪਾਂ ਨੂੰ 8-9 ਲੱਖ ਦਾ ਪੈਣਾ ਬਿਲਕੁਲ ਤੇ ਉਹਦੇ ਵਿੱਚ ਇਹ ਸਿਰਫ ਆ ਜੀ ਆਪਾਂ ਵਿਆਜ ਦੇਖਿਆ ਆ ਉਹਦੇ ਵਿੱਚ ਪ੍ਰਾਪਰਟੀ ਟੈਕਸ ਨਹੀਂ ਲਾਇਆ ਜਿਹੜਾ ਹਰ ਮਹੀਨੇ ਜਾਣਾ ਆ ਤੇ ਹਰ ਸਾਲ ਇਨਕਰੀਜ਼ ਹੀ ਹੋਣਾ ਘਟਣਾ ਨਹੀਂ ਹੈਗਾ ਉਸ ਤੋਂ ਬਾਅਦ ਵੇਅਰ ਐਂਟੇਅਰ ਕਦੀ ਪੇਂਟ ਕਰਾ ਲਿਆ ਫਲੋਰਿੰਗ ਪਵਾ ਲਈ ਕਿਚਨ ਅਪਗ੍ਰੇਡ ਕਰਾ ਲਈ ਆ ਪਾਈਪ ਬਸਟ ਹੋ ਗਿਆ ਟੂਟੀਆਂ ਚੇਂਜ ਕਰਾ ਲੀਆਂ ਇਹ ਜਿਹੜੇ ਖਰਚੇ ਆ ਤਾਂ ਆਪਾਂ ਕਦੀ ਕਾਊਂਟਿੰਗ ਕਰਦੇ ਨਾ ਤਿੰਨ ਸਾਲਾਂ ਦੇ ਪੀਰੀਅਡ ਦੇ ਵਿੱਚ ਸੋ ਇਸ ਕਰਕੇ ਅਸੀਂ ਸੋਚਿਆ ਕਿ ਕੁਝ ਨਾ ਕੁਝ ਇਦਾਂ ਦਾ ਮਾਰਕੀਟ 'ਚ ਲੈ ਕੇ ਜਾਂਦਾ ਜਾਵੇ ਡੈਫੀਨਿਟਲੀ ਮੇਰਾ ਵੀ ਕੰਮ ਮਾਰਗੇਜਸ ਦਾ ਆ ਤੇ ਲੋਨਸ ਦਾ ਆ ਜੇ ਲੋਕੀ ਘਰ ਖਰੀਦਣਗੇ ਤਾਂ ਮੈਂ ਮੌਰਗੇਜਸ ਕਰੂੰਗਾ ਤਾਂ ਮੈਨੂੰ ਪੈਸਾ ਬਣੂਗਾ ਹਮਮ ਪਰ ਗੱਲ ਸਿਰਫ ਇਹ ਨਹੀਂ ਸੀਗੀ ਕਿ ਸਾਰੀ ਪੈਸੇ ਦੀ ਕਿ ਅਸੀਂ ਪੈਸਾ ਕਮਾਉਣਾ ਆ ਥੋੜੀ ਬਹੁਤ ਇਹ ਹੁੰਦਾ ਹੈ ਕਿ ਯਾਰ ਗਲਤ ਹੋ ਰਿਹਾ ਜੋ ਹੋ ਰਿਹਾ ਮਾਰਕੀਟ ਦੇ ਵਿੱਚ ਘੱਟੋ ਘੱਟ ਸਾਡੇ ਲੋਕਾਂ ਨੂੰ ਅਸੀਂ ਇੰਨਾ ਤਾਂ ਕਰ ਸਕਦੇ ਆ ਕਿ ਸਹੀ ਇਨਫੋਰਮੇਸ਼ਨ ਤਾਂ ਦੇ ਸਕਦੇ ਆ ਕਿ ਇਹ ਜਿਹੜੇ ਜੋ ਚੀਜ਼ ਇਸ ਸਮੇਂ ਵਾਪਰਨ ਲਈ ਆ ਇਟਸ ਨਾਟ ਅ ਹੈਲਦੀ ਗਰੋਥ ਤੁਸੀਂ ਆਪੇ ਸੋਚੋ ਕਿ ਹਰ ਮਹੀਨੇ ਪ੍ਰਾਪਰਟੀ ਦਾ ਲੱਖ ਡਾਲਰ ਜਾਂ 50 ਹਜ਼ਾਰ ਪ੍ਰਾਈਸ ਵੱਧ ਜਾਣਾ ਇਜ਼ ਇਟ ਨਾਰਮਲ ਜੇ ਤਾਂ 5 ਸਾਲ ਤੱਕ ਇਦਾਂ ਹੀ ਚੱਲਦਾ ਰਿਹਾ ਜਿਹੜਾ 5 ਲੱਖ ਦਾ ਘਰ ਆ ਉਹ ਤਾਂ ਕਿਤੇ 2.5 ਤੇ 3 ਮਿਲੀਅਨ ਦਾ ਹੋ ਜਾਊਗਾ ਤੇ ਤੁਹਾਨੂੰ ਵੀ ਲੱਗਦਾ ਕਿਹੜੀ ਚੀਜ਼ ਕਰਕੇ ਅਜੀ ਹੋ ਰਹੀ ਆ ਇਹ ਲਾਲਚ ਇਹ ਇਹ ਦੇ ਵਿੱਚ ਕੋਈ ਇਫਨ ਬੱਟ ਕੁਛ ਨਹੀਂਗਾ ਇਹਦੇ ਵਿੱਚ ਸਿੰਪਲ ਇੱਕੋ ਚੀਜ਼ ਸੀ ਲਾਲਚ ਸੀ ਮੇਰੇ ਵਰਗੇ ਲੋਕਾਂ ਦਾ ਜਿਨ੍ਹਾਂ ਨੇ ਇਹ ਸੋਚਿਆ ਕਿ ਅੱਜ ਮੈਂ ਘਰ ਲਵਾਂਗਾ ਤੇ ਇਹਦੇ ਵਿੱਚ ਨਾ ਮੈਂ ਰੀਅਲਟਰ ਦਾ ਕਸੂਰ ਕੱਢਦਾ ਨਾ ਮੈਂ ਕਿਸੇ ਹੋਰ ਦਾ ਦੇਖੋ ਜਦੋਂ ਤੁਸੀਂ ਰੀਅਲਟਰ ਕੋਲ ਗਏ ਉਹਨੇ ਤੁਹਾਨੂੰ ਘਰ ਦਿਵਾਤਾ ਤੁਸੀਂ ਕੀ ਸੋਚਿਆ ਸੀ ਮੈਂ 1.5 ਦਾ ਬਾਈ ਕਰ ਲਿਆ ਮੈਂ 2 ਦਾ ਵੇਚ ਦੂੰਗਾ ਤੁਸੀਂ ਕੀ ਸੋਚਿਆ ਸੀ ਮੈਂ 5 ਲੱਖ ਜਾਂ 2 ਲੱਖ ਚੋਂ ਕਮਾ ਲੂੰਗਾ ਅੱਜ ਉਹਦਾ ਪ੍ਰਾਈਸ ਘਟ ਗਿਆ ਫਿਰ ਅਸੀਂ ਰੀਅਲਟਰ ਨੂੰ ਬਲੇਮ ਕਰਨ ਦਾ ਆ ਅਸੀਂ ਗਵਰਨਮੈਂਟ ਨੂੰ ਬਲੇਮ ਕਰਨ ਦਾ ਆ ਜਿੱਦਣ ਆਪਾਂ ਨੂੰ 4 ਲੱਖ ਡਾਲਰ ਦੇ ਚੋਂ ਬਣਨਾ ਸੀਗਾ ਆਪਾਂ ਕਿਸ ਨੂੰ ਬਲੇਮ ਕਰਨਾ ਸੀ ਸਹੀ ਗੱਲ ਆ ਆਪਾਂ ਗਵਰਨਮੈਂਟ ਨੂੰ ਕਹਿਣਾ ਸੀਗਾ ਕਿ ਆ ਲੋ 5% ਟੈਕਸ ਐਕਸਟਰਾ ਲੈ ਲਓ ਯਾ ਰੀਅਲ ਏਸਟੇਟ ਏਜੰਟ ਨੂੰ ਕਹਿਣਾ ਸੀਗਾ ਕਿ ਭਾਜੀ ਤੁਸੀਂ ਘਰ ਬੜਾ ਵਧੀਆ ਦਿਵਾਇਆ 10000 ਕਮਿਸ਼ਨ ਐਕਸਟਰਾ ਲੈ ਲਓ ਪਰ ਆਪਣੇ ਲੋਕੀ ਜਿਹੜੇ ਆ ਘਰ ਤੇ ਘਰ ਲੈ ਗਏ ਨੇ ਰੇ ਆ ਘਰ ਤੇ ਘਰ ਇਹ ਬਹੁਤ ਵਧੀਆ ਸਵਾਲ ਆ ਮੇਰਾ ਵੀਰ ਪਤਾ ਕੀ ਆ ਲੈਟਸ ਸੇ ਕਿ ਕਿਸੇ ਨੇ 2010 12 ਦੇ ਵਿੱਚ ਘਰ ਲੈ ਲਿਆ 28 ਲੱਖ ਦਾ 3 ਲੱਖ ਦਾ ਹਾਂਜੀ ਅੱਜ ਉਹ ਵਾਧੇ ਵਾਧੇ ਇਸ ਘਰ ਦੀ ਕੀਮਤ ਹੋ ਗਈ 12 ਲੱਖ 14 ਲੱਖ ਜਿਹੜਾ ਤਾਂ ਸਮਝਦਾਰ ਬੰਦਾ ਸੀਗਾ ਉਹਨੇ ਕੀ ਕੀਤਾ ਠੀਕ ਹੈ ਭਾਈ ਮੈਂ ਘਰ ਰਹਿਣ ਵਾਸਤੇ ਲੈਣਾ ਇਹ ਭਾਵੇਂ 10 ਮਿਲੀਅਨ ਦਾ ਹੋ ਜਾਏ ਭਾਵੇਂ 10 ਲੱਖ 10 ਹਜ਼ਾਰ ਦਾ ਹੋ ਜਾਏ ਮੈਨੂੰ ਉਦਾਂ ਕੋਈ ਫਰਕ ਨਹੀਂ ਪੈਂਦਾ ਉਹਦੇ ਵਿੱਚ ਕੀ ਹੋਇਆ 12 ਲੱਖ ਦਾ ਜਿਹੜਾ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਆ ਜਾਂ 13 ਲੱਖ ਦੀ ਆਪਾਂ ਲਾ ਲਈਏ ਉਹਨਾਂ ਦੀ 2 ਕੁ ਲੱਖ ਦੀ ਮੌਰਗੇਜ ਰਹਿੰਦੀ ਹੋਊਗੀ ਉਹਨਾਂ ਨੇ 10 ਲੱਖ ਦਾ ਮੌਰਗੇਜ ਉੱਤੇ ਚੁੱਕ ਲਈ ਉੱਪਰ ਰੀਫਾਈਨਾਂਸ ਕਰਾ ਲਿਆ 8 ਲੱਖ ਉਹਨਾਂ ਕੋ ਕੈਸ਼ ਆ ਗਿਆ ਹੂੰ ਉਹਨਾਂ ਨੇ ਕਿ ਅੱਛਾ 8 ਲੱਖ ਕੈਸ਼ ਆ ਗਿਆ ਤਿੰਨ ਪ੍ਰਾਪਰਟੀਆਂ ਬੁੱਕ ਕਰਾ ਦੇ ਸੋ ਉੱਥੋਂ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਗੱਲ ਇਹ ਨਹੀਂ ਹੈਗੀ ਕਿ ਕੈਨੇਡਾ 'ਚ ਘਰ ਨਹੀਂ ਹੈਗੇ ਹੁਣ ਸਾਡੀ ਪਾਪੂਲੇਸ਼ਨ ਹੈਗੀ ਹੈ 40 ਮਿਲੀਅਨ ਹੂੰ ਗੈਸ ਕਰੋ ਘਰ ਕਿੰਨੇ ਆ ਕੈਨੇਡਾ 'ਚ ਕਿੰਨੇ ਜਿਹੜੇ ਰੈਜ਼ੀਡੈਂਸ਼ੀਅਲ ਯੂਨਿਟਸ ਕਿੰਨੇ ਹੋਣਗੇ ਕੈਨੇਡਾ 'ਣਾ 5-10 ਮਿਲੀਅਨ 15 ਮਿਲੀਅਨ 15 ਮਿਲੀਅਨ ਯਾਨੀ ਕਿ ਇੱਕ ਯੂਨਿਟ 'ਚ ਤਿੰਨ ਬੰਦੇ ਵੀ ਪੂਰੇ ਨਹੀਂ ਆਉਂਦੇ ਰਾਈਟ ਇਹਦਾ ਮਤਲਬ ਕਿ ਜੇ ਰਹਿਣ ਵਾਸਤੇ ਲੋਕਾਂ ਨੂੰ ਘਰ ਚਾਹੀਦੇ ਆ ਤੇ ਇਟਸ ਮੋਰ ਦਨ ਇਨਫ ਸਾਡੇ ਕੋਲ ਬਹੁਤ ਜਗ੍ਹਾ ਹੈਗੀ ਆ ਬਹੁਤ ਡਵੇਲਿੰਗਸ ਹੈਗੀਆਂ ਜਿੱਥੇ ਲੋਕੀ ਰਹਿ ਸਕਦੇ ਆ ਪ੍ਰੋਬਲਮ ਕਿੱਥੇ ਆਉਂਦੀ ਆ ਕਿ ਜਿੱਥੇ ਇੱਕ ਬੰਦਾ ਮਲਟੀਪਲ ਪ੍ਰਾਪਰਟੀਆਂ ਹੋਲਡ ਕਰਕੇ ਬੈਠਾ ਹੈ ਆ ਉੱਥੇ ਪ੍ਰੋਬਲਮ ਆਉਂਦੀ ਆ ਹਾਊਸਿੰਗ ਕਰਾਈਸ ਇਸ ਕਰਕੇ ਵਧਿਆ ਹੁਣ ਲੈਟਸ ਟੇਕ ਦੀ ਐਗਜ਼ਾਮਪਲ ਆਫ ਇਥੇ ਆਪਣੇ ਮੇ ਫੀਲਡ ਐਂਡ ਬ੍ਰੈਮਲੀ ਤੇ ਘਰ ਬਣੇ ਸੀਗੇ ਲੋਕਾਂ ਨੇ 2.22 ਮਿਲੀਅਨ ਤੱਕ ਦੇ ਬੁੱਕ ਕਰਾਏ ਸੀਗੇ ਉਹ ਘਰ ਮੇਰੇ ਕੋਲ ਵੀਰ ਜੀ ਕਲਾਇੰਟਸ ਦੀਆਂ ਕਾਲਾਂ ਆਈਆਂ ਕਹਿੰਦੇ ਭਾਜੀ 2.1 ਦਾ ਬੁੱਕ ਕਰਾਇਆ ਸੀਗਾ 1.6 ਦਾ ਰਹਿ ਗਿਆ ਕੀ ਕਰ ਸਕਦੇ ਆ ਹੁਣ ਗਲਤ ਹਾਸੇ ਵਾਲੀ ਮੈਂ ਭਾਜੀ ਅਰਦਾਸ ਕਰ ਸਕਦੇ ਆ ਹੋਰ ਤਾਂ ਕੁਝ ਨਹੀਂ ਕਰ ਸਕਦੇ ਉਹ ਤੋਂ ਸਟਕ ਹੋ ਗਿਆ ক্লোਜ਼ ਕਰਾਉਣਾ ਪੈਣਾ ਉਹਨੂੰ ਕਰਾਉਣਾ ਪੈਣਾ ਹੈ ਨਹੀਂ ਤਾਂ ਤੁਹਾਡੇ ਤੁਸੀਂ ਬੈਂਕਰਪਸੀ ਫਾਈਲ ਕਰੋਗੇ ਹੁਣ ਉਹ 1.6 ਮਿਲੀਅਨ ਦਾ ਜੇ ਤੁਸੀਂ ক্লোজিং ਵੀ ਕਰਾਉਣੀ ਆ ਇੱਕ ਨਾ ਬੜੀ ਗਲਤ ਚੀਜ਼ ਮਾਰਕੀਟ 'ਚ ਇਹ ਸੈਲ ਕੀਤੀ ਜਾਂਦੀ ਤੁਹਾਨੂੰ ਸਿਰਫ 20% ਚਾਹੀਦਾ ਘਰ ਦੀ ক্লোজিং ਵਾਸਤੇ ਤੇ ਬਹੁਤ ਗਲਤ ਗੱਲ ਆ ਨਾ ਕਦੀ ਤੁਹਾਨੂੰ 20% ਨਹੀਂ ਚਾਹੀਦਾ ਜਿੱਦਾਂ ਹਾਂ ਮਿਨੀਮਮ ਬੇਅਰ ਮਿਨੀਮਮ 20% ਆ ਪਰ ਬੈਂਕਾਂ ਕੀ ਕਹਿੰਦੀਆਂ ਜਦੋਂ ਤੁਹਾਡੇ ਪ੍ਰਾਪਰਟੀ ਦੀ ਵੈਲਿਊ ਸਰਟਨ ਅਮਾਉਂਟ ਤੱਕ ਜਾਣੀ ਸ਼ੁਰੂ ਹੋ ਜਾਂਦੀ ਆ ਲੈਟਸ ਸੇ 14 15 ਲੱਖ ਟੱਪਣ ਲੱਗ ਜਾਂਦੀ ਆ ਫਿਰ ਬੈਂਕਸ ਵੀ ਕੀ ਕਹਿੰਦੀਆਂ ਆਪਣੀ ਸਿਕਿਉਰਿਟੀ ਰੱਖ ਕੇ ਚੱਲਦੀਆਂ ਆ ਫਿਰ ਉਹ ਕਹਿੰਦੀਆਂ ਨਹੀਂ ਵੀਰ ਜੀ ਹੁਣ ਅਸੀਂ ਸਾਡੇ ਤੋਂ 30% 35% ਇੱਥੇ ਕਲਾਇੰਟਸ ਬਹੁਤ ਫਸਦੇ ਆ ਕਿ ਮੇਰੇ ਕੋਲ ਆਇਆ ਇੱਕ ਡੀਲ ਆਈ ਸੀ ਇਦਾਂ ਹੀ ਕਹਿੰਦੇ ਭਾਜੀ ਸਾਨੂੰ ਰੀਅਲ ਏਸਟੇਟ ਏਜੰਟ ਨੇ ਕਿਹਾ ਸੀ 20% ਨਾਲ ਕਲੋਜ਼ਿੰਗ ਹੋ ਜੂਗੀ ਮਰੀ ਰੀਅਲਟਰ ਤੱਕ ਲੂਜ਼ਿੰਗ ਕਰਾ ਲੂ ਕਰ ਜਾ ਕੇ ਹੂੰ ਹੂੰ ਸਿੰਪਲ ਜੀ ਗੱਲ ਆ ਦੇਖੋ ਜੇ ਤੁਸੀਂ ਤੁਹਾਨੂੰ ਤੁਸੀਂ ਕਾਰਡੀਓਲੋਜਿਸਟ ਕੋਲ ਜਾ ਕੇ ਉਹਨੂੰ ਆਪਣੇ ਲੀਵਰ ਦੀ ਦਵਾਈ ਲਓਗੇ ਇਹ ਤਾਂ ਕੋਈ ਬਾਹਲੀ ਸਿਆਣੀ ਗੱਲ ਨਹੀਂ ਹੈਗੀ ਨਾ ਦੇ ਦੋਨੋਂ ਡਿਫਰੈਂਟ professions ਨੇ ਰੀਅਲ ਸਟੇਟ ਰੀਅਲਟਰ ਦਾ ਕੰਮ ਆਡਾ ਮਾਰਗੇਜ ਬ੍ਰੋਕਰ ਦਾ ਕੰਮ ਆਡਾ ਹਾਂਜੀ ਹੁਣ ਸਾਡੇ ਬੰਦਿਆਂ 'ਚ ਕੀ ਪ੍ਰੋਬਲਮ ਆਉਂਦੀ ਜਦੋਂ ਅਸੀਂ ਘਰ ਲੈਣ ਜਾਂਦੇ ਆ ਰ ਅਸੀਂ ਕਦੀ ਮੌੜ ਦੀ ਜੀਜਨ ਕੋਲ ਨਹੀਂ ਜਾਂਦੇ ਪਹਿਲਾਂ ਬੈਠੇ ਨਹੀਂਗੇ ਅਸੀਂ ਰੀਅਲਟਰ ਕੋ ਚਲੇ ਜਾਂਦੇ ਆ ਰੀਅਲਟਰ ਕਹਿੰਦਾ ਕੋਈ ਨਾ ਮੈਂ ਸਾਰਾ ਕੁਝ ਕਰਾ ਦੂੰਗਾ ਟੈਕਨੀਕਲੀ ਹੋਣਾ ਕੀ ਚਾਹੀਦਾ ਪਹਿਲਾਂ ਤੁਸੀਂ ਆਪਣੇ ਨੰਬਰ ਸਪੰਸ਼ਨ ਕਰੋ ਆਪਣੇ ਮੌਰਗੇਜ ਏਜੰਟ ਦੇ ਨਾਲ ਅਪਾਇੰਟਮੈਂਟ ਬਣਾਓ ਕਿ ਦੇਖੋ ਜੀ ਮੇਰੀ ਐਨੀ ਇਨਕਮ ਆ ਆਮ ਹੈ ਕਮਾਉਣਾ ਆ ਮੇਰੇ ਖਰਚੇ ਆ ਐਨੀ ਮੇਰੇ ਕੋਲ ਡਾਊਨ ਪੇਮੈਂਟ ਆ ਮੈਨੂੰ ਕਿੰਨੇ ਤੱਕ ਦਾ ਘਰ ਲੈ ਲੈਣਾ ਚਾਹੀਦਾ ਪ੍ਰੀ ਅਪਰੂਵਲ ਵਗੈਰਾ ਪਹਿਲਾਂ ਲੈ ਕੇ ਰੱਖੋ ਹਾਂਜੀ ਚਲੋ ਪ੍ਰੀ ਅਪਰੂਵਲ ਵੀ ਠੀਕ ਆ ਉਹ ਵਧੀਆ ਚੀਜ਼ ਹੈ ਪਰ ਜੇ ਲੈਟ ਸੇ ਕਿ ਨਹੀਂ ਵੀ ਲੈਣੀ ਪਰੀ ਅਪਰੂਵਲ ਇੱਕ ਤੁਸੀਂ ਅੱਧੇ ਘੰਟੇ ਦੀ 1 ਘੰਟੇ ਦੀ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਜਾ ਸਕਦੇ ਹੋ ਹੁਣ ਤੁਸੀਂ ਸੋਚੋ ਕਿ ਤੁਸੀਂ 1.5 ਮਿਲੀਅਨ ਦੀ ਕੋਈ ਚੀਜ਼ ਬਾਏ ਕਰ ਰਹੇ ਹੋ ਪਰ ਤੁਹਾਡੇ ਕੋਲ 1 ਘੰਟਾ ਨਹੀਂ ਹੈਗਾ ਕਿਸੇ ਮਾਰਗੇਜ ਏਜੰਟ ਕੋਲ ਜਾ ਕੇ ਬਹਿ ਕੇ ਉਹਦੇ ਬਾਰੇ ਡਿਸਕਸ ਕਰਨ ਵਾਸਤੇ ਫਾਈਨੈਂਸ ਬਾਰੇ ਜਾਂ ਤੁਸੀਂ ਆਪਣੇ ਨੰਬਰਸ ਦੇਖਣ ਵਾਸਤੇ ਸੋ ਤੁਸੀਂ ਕਿੰਨਾ ਕੁ ਵਧੀਆ ਫਾਈਨੈਂਸ਼ੀਅਲ ਡਿਸੀਜਨ ਬਣਾ ਲੋਗੇ ਇੱਕ ਸੇਲਸ ਪਰਸਨ ਦੇ ਬੇਸ ਦੇ ਉੱਪਰ ਜਿਹੜਾ ਕਹਿੰਦਾ ਜੀ ਭਾਜੀ ਟੈਨਸ਼ਨ ਨਾ ਲਓ ਮੈਂ ਸਾਰਾ ਕੁਝ ਆਪੇ ਹੀ ਕਰਾ ਦੂੰਗਾ ਭਾਜੀ ਲਾਈਕ ਬਹੁਤ ਸਾਰੇ ਲੋਕ ਨੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਇਨਵੈਸਟ ਕਰ ਰਹੇ ਨੇ ਰੀਅਲ ਸਟੇਟ 'ਚ ਤੇ ਮਤਲਬ ਕੀ ਕੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਨਸੀਡਰ ਕਰਨੀ ਚਾਹੀਦੀਆਂ ਬਿਫੋਰ ਲਾਈਕ ਇਨਵੈਸਟਿੰਗ ਇਨ ਰੀਅਲ ਏਸਟੇਟ ਅ ਇਨਵੈਸਟਿੰਗ ਇਨ ਰੀਅਲ ਏਸਟੇਟ ਦੇਖੋ ਜਦੋਂ ਨਾ ਇੱਕ ਬੜਾ ਨਾ ਵਾਰਨ ਬਫੇ ਦਾ ਸਿੰਪਲ ਜਿਹਾ ਕੋਟ ਆ ਕਹਿੰਦੇ ਵੈਨ एवरीवन ਬੀ ਗਰੀਡੀ ਬੀ ਸਕੇਅਰਡ ਵੈਨ एवरीवन ਇਸ ਸਕੇਅਰਡ ਬੀ ਗਰੀਡੀ ਸੋ ਜਦੋਂ ਸਾਰੇ ਲਾਲਚ ਦੇ ਵਿੱਚ ਸੀਗੇ ਕਿ ਇੱਕ ਦੂਜੇ ਦੇ ਉੱਪਰੋਂ ਡਿਗ ਡਿਗ ਕੇ ਬਿਡਿੰਗ ਪਾਉਂ ਰਹੇ ਸੀਗੇ ਕਿ ਅਸੀਂ ਘਰ ਲੈਣਾ ਹੈ ਘਰ ਲੈਣਾ ਨਾ ਅੱਜ ਮੈਜੋਰਟੀ ਆਫ ਦੋਸ ਪ੍ਰੋਪਰਟੀਆਂ ਅੰਡਰਵਾਟਰ ਨੇ ਉਹਦਾਂ ਦੀਆਂ ਪ੍ਰੋਪਰਟੀਆਂ ਜਿੰਨੇ ਦੀ ਉਹਨਾਂ ਨੇ ਖਰੀਦੀਆਂ ਸੀਗੀਆਂ ਉਨੀ ਵੈਲਿਊ ਨਹੀਂ ਹੈਗੀ ਮжоਰਿਟੀ ਆਫ ਥਮ ਤੇ ਇਹਦੇ ਵਿੱਚ ਦੇਖਿਓ ਵੱਡਾ ਇੰਪੈਕਟ ਪੈਣਾ ਆਊਟ ਆਫ ਜੀਟੀਏ ਵੁਡਸਟਾਕ ਲੰਡਨ ਸਾਰਨੀਆਂ ਚੈਟਹਾ ਨਾਇਗਰਾ ਫਾਲਸ ਵਿੰਜ਼ਰ ਹਾਮਿਲਟਨ ਇਨ ਆਰੀਆ ਦੇ ਵਿੱਚ ਦੇਖਿਓ ਤੁਸੀਂ ਕਿਦਾਂ ਪ੍ਰੋਪਰਟੀਆਂ ਧੜਾ ਧੜ ਡਿੱਗਣਗੀਆਂ ਜੇ ਰੈਸੈਸ਼ਨ ਆਉਂਦਾ ਆ ਤੇ ਉਸ ਤੋਂ ਬਾਅਦ ਕੀ ਹੈ ਕਿ ਜੇ ਜੀਟੀਏ ਹੈ ਜਿਹੜਾ ਠੀਕ ਹੈ ਇੱਕ ਡਿਫਰੈਂਟ ਮਾਰਕੀਟ ਹੈ ਇਹ ਨਹੀਂ ਕਹਿੰਦਾ ਕਿ ਜੀਟੀਏ ਨਹੀਂ ਡਿੱਗੂਗਾ ਜੀਟੀਏ ਵੀ ਡਿੱਗੂਗਾ ਬਟ ਜਦੋਂ ਕਈ ਕਈ ਹੁੰਦੀ ਹੈ ਡਿਵੈਲਪਡ ਇਕਨੋਮੀਆ ਜਿੱਥੇ ਸਾਰੇ ਬਿਜ਼ਨੈਸਸ ਹੈਗੇ ਨੇ ਇਹ ਡਿੱਗੂਗਾ ਵੀ ਰਿਕਵਰ ਵੀ ਕਰ ਜੂਗਾ ਬਟ ਕੁਝ ਕੇ ਐਨਾਲਿਸਟ ਦੇ ਹਿਸਾਬ ਨਾਲ ਇਹ ਕਿਹਾ ਜਾ ਰਿਹਾ ਹੈ ਕਿ 2035 ਤੱਕ ਜਿਹੜੇ ਮਾਰਕੀਟ ਨੂੰ ਸਟੇਬਲ ਹੋਣ ਤੱਕ ਲੱਗ ਜਾਣਗੇ ਓ ਲੈਟਸ ਸੇ ਮਤਲਬ ਕਿ ਇੰਨੀ ਉੱਤੇ ਹੁਣ ਚਲੀ ਗਈ ਆ ਇੰਨਾ ਟਾਈਮ ਲੱਗ ਜੂ ਹਾਂਜੀ ਜੇ ਜੇ ਥੱਲੇ ਆਉਂਦੀ ਆ ਮਾਰਕੀਟ ਡਿੱਗਦੀ ਆ ਕ੍ਰੈਸ਼ ਆਉਂਦਾ ਆ ਸੋ ਇੱਕ ਮੈਂ ਰਿਪੋਰਟ ਪੜ੍ਹਦਾ ਸੀ ਕਹਿੰਦੇ ਅਜੇ ਵੀ 30% ਤੱਕ ਜਿਹੜੇ ਘਰਾਂ ਦੇ ਪ੍ਰਾਈਸਸ ਨੇ ਕੈਨੇਡਾ ਚ ਡਿੱਗ ਸਕਦੇ ਆ 30% ਅੱਜ ਦੀ ਜੋ ਵੈਲਿਊ ਉਹਦੇ ਤੋਂ ਵੀ 30% ਡਿੱਗ ਸਕਦੇ ਓਕੇ ਹਾਂਜੀ ਤੇ ਜਿਹੜੀ ਆਪਣਾ ਆ ਯਾਹੂ ਫਾਈਨੈਂਸ ਦੀ ਆਈ ਨਿਊਜ਼ ਕੀ ਕਹਿੰਦੇ ਕਿ ਜਿਹੜਾ ਸਟਾਕ ਮਾਰਕੀਟ ਆ ਉਹ ਵੀ 50% ਤੱਕ ਡਿੱਗ ਸਕਦਾ ਐਸ ਐਮ ਪੀ 500 ਆ ਜਿਹੜਾ ਉਹ ਵੀ 50% ਤੱਕ ਡਿੱਗ ਸਕਦਾ ਸੇਮ ਜਿਹੜਾ 2008 ਅਲਰ ਰੈਸੈਸ਼ਨ ਵਾਲਾ ਸਿਨੈਰੀਓ ਸੀਗਾ ਬਣਿਆ ਯੂ ਐਸ ਵਾਲਾ ਹਾਂਜੀ ਉਹ ਕੈਨੇਡਾ ਚਾਤ ਕੀ ਬਣ ਰਿਹਾ ਬਣ ਰਿਹਾ ਹੈ ਹੁਣ ਕਾਫੀ ਲੋਕ ਇਹ ਕਹਿੰਦੇ ਕਿ ਦੇਖੋ 2008 ਦੇ ਵਿੱਚ ਅਮਰੀਕਾ ਚ ਰੈਸੈਸ਼ਨ ਆਇਆ ਸੀ ਪਰ ਕੈਨੇਡਾ ਚ ਕੁਝ ਨਹੀਂ ਹੋਇਆ ਕੈਨੇਡਾ ਬੜੀ ਸੇਫ ਇਕਨੋਮੀ ਆ ਹਮਮ ਸਾਨੂੰ ਇਹ ਸਮਝਣਾ ਚਾਹੀਦਾ ਅਮਰੀਕਾ ਦੇ 2008 ਚ ਕੀ ਹੋਇਆ ਸੀਗਾ ਅਮਰੀਕਨ ਬੈਂਕਾਂ ਨੇ ਕਿਹਾ ਸਾਡੇ ਕੋਲ ਅਸੀਂ ਤੁਹਾਨੂੰ ਘਰ ਦੇ ਦਿੰਨੇ ਆ ਕੈਨੇਡਾ ਦੇ ਵਿੱਚ ਕੀ ਹੋਇਆ ਅੱਛਾ ਇਨਕਮ ਨਹੀਂ ਹੈਗੀ ਨਕਲੀ ਬਣਾ ਦਿੰਨੇ ਆ ਜੋ ਯਾ ਸੋ ਸਮਝ ਰਹੇ ਹੋ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜਾ ਐਵਰੇਜ ਮਾਰਗੇਜ ਸੀਗੀ 3 ਲੱਖ ਮੈਕਸ ਟੂ ਮੈਕਸ 4 ਲੱਖ ਜੇ ਸਾਡੇ ਜੀਟੀਏ ਦੇ ਵਿੱਚ ਦੇਖਿਆ ਜਾਵੇ ਐਵਰੇਜ ਮਾਰਗੇਜ ਮਿਲੀਅਨ ਡਾਲਰ ਟੱਪੀ ਪਈ ਆ ਤੇ ਇੱਥੇ ਜਦੋਂ ਕ੍ਰੈਸ਼ ਆਇਆ ਉਹ ਹੋ ਸਕਦਾ ਹੈ ਕਿ ਅਮਰੀਕਾ ਨਾਲੋਂ ਵੱਧਸ ਹੋਵੇ ਤੇ ਆ ਜਿਹੜਾ ਅਮਰੀਕਾ ਦਾ ਜਿਹੜਾ ਸੀਪੀਆਈ ਡੇਟਾ ਆਇਆ ਹੈ ਪੀਪੀਆਈ ਡੇਟਾ ਆਇਆ ਆ ਅਹ ਸੀਪੀਆ ਉਹਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜੋ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀਗੀ ਉਹਦੇ ਨਾਲੋਂ ਜ਼ਿਆਦਾ ਆਇਆ ਵਾ ਤੇ ਇੱਕ ਉਹਦਾ ਪ੍ਰੋਡਕਸ਼ਨ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਜਿਹੜੇ ਲੋਕੀ ਪ੍ਰੋਡਕਸ਼ਨ ਦੇ ਵਿੱਚ ਹੈਗੇ ਨੇ ਕੋਈ ਵੀ ਚੀਜ਼ ਬਣਾਉਂਦੇ ਆ ਜਿਹੜਾ ਸਮਾਨ ਉਹ ਬਾਏ ਕਰਦੇ ਆ ਉਹਦੀ ਜਿਹੜੀ ਕਾਸਟ ਆ ਉਹ ਵੀ ਉੱਪ ਗਈ ਆ ਅੱਛਾ ਪਲੱਸ ਅਮਰੀਕਾ ਨੇ ਰੀਸੈਂਟਲੀ ਆਪਣੀ ਡੈਟ ਸੀਲਿੰਗ ਵਧਾਈ ਆ ਡੈਟ ਸੀਲਿੰਗ ਇਨਕਰੀਜ਼ ਕਰਨ ਦਾ ਕੀ ਮਤਲਬ ਹੁੰਦਾ ਵਾ ਜੇ ਆਸਾਨ ਭਾਸ਼ਾ ਸਮਝਣਾ ਹੈ ਕਿ ਮੇਰੇ ਕੋ 10000 ਡਾਲਰ ਦਾ ਕ੍ਰੈਡਿਟ ਕਾਰਡ ਆ ਪਰ ਮੈਂ ਹੁਣ 10000 ਦੇ ਨਾਲ ਖਰਚੇ ਨਹੀਂ ਆਪਣੇ ਚਲਾ ਸਕਦਾ ਮੈਨੂੰ 15000 ਦਾ ਕ੍ਰੈਡਿਟ ਕਾਰਡ ਚਾਹੀਦਾ ਮੈਂ ਲਿਮਿਟ ਵਧਾ ਲਈ ਵਧਾ ਲਈ ਆਪਣੀ ਸੋ ਅਮਰੀਕਾ ਵਰਗਾ ਜਿਹੜਾ ਵਰਲਡ ਪਾਵਰ ਹੈ ਉਹ ਆਪਣੀ ਡੈਟ ਸੀਲਿੰਗ ਇਨਕਰੀਜ਼ ਕਰ ਰਿਹਾ ਹੈ ਆਫਟਰ ਕੋਵਿਡ ਕੋਵਿਡ ਦੀ ਜਿਹੜੀਆਂ ਗ੍ਰਾਂਟਸ ਵਗੈਰਾ ਵੰਡੀਆਂ ਸੀ ਉਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਅਮਰੀਕਾ ਡੇਢ ਟ੍ਰਿਲੀਅਨ ਡਾਲਰ ਪ੍ਰਿੰਟ ਕਰ ਚੁੱਕਿਆ ਸਿਰਫ ਆਪਣੇ ਡੈਟ ਨੂੰ ਸਰਵ ਕਰਨ ਵਾਸਤੇ ਸੋ ਜਿਹੜਾ ਦੇਸ਼ ਦੇ ਉੱਪਰ ਕਰਜ਼ਾ ਆ ਉਹਦੀਆਂ ਵੀ ਉਹਦੀਆਂ ਸੋਚੋ ਕਿੰਨੀਆਂ ਵੱਡੀਆਂ ਪੇਮੈਂਟਸ ਹੋਣਗੀਆਂ ਸਾਡੇ ਤਾਂ 1 ਮਿਲੀਅਨ ਦਾ ਕਰਜ਼ਾ 2 ਮਿਲੀਅਨ ਦਾ ਕਰਜ਼ਾ ਉਹਦੀਆਂ ਸਾਨੂੰ ਪੇਮੈਂਟਸ ਕਰਨੀਆਂ ਪੈਂਦੀਆਂ ਆ ਜਿਹੜਾ ਸਰਕਾਰ ਤੇ ਕਰਜ਼ਾ ਆ ਜਿਹੜੇ ਸਰਕਾਰ ਨੇ ਬੌਂਡ ਵੰਡੇ ਹੋਏ ਆ ਜਿਹੜਾ ਉਹਨਾਂ ਦੀਆਂ ਪੇਮੈਂਟਸ ਕਰਨੀਆਂ ਉਹ ਗਵਰਨਮੈਂਟ ਕਿਦਾਂ ਕਰਦੀ ਆ ਫਿਰ ਅਮਰੀਕਾ ਨੇ ਫੇਰ ਡੇਟ ਟ੍ਰਿਲੀਅਨ ਪ੍ਰਿੰਟ ਕੀਤਾ ਆ ਤੇ ਈਵਨ ਕਿ ਹੁਣ ਕਾਫੀ ਲੋਕ ਕਹਿੰਦੇ ਆ ਕਿ ਨਹੀਂ ਕੈਨੇਡਾ ਚ ਸਿਚੁਏਸ਼ਨ ਬੜੀ ਵਧੀਆ ਰਹੂਗੀ ਸਾਡੀ ਜਿਹੜੀ ਇਕਨੋਮੀ ਦੀ ਜਿਹੜੀ ਗਰੋਥ ਤੁਸੀਂ ਦੇਖ ਸਕਦੇ ਹੋ ਪਿਛਲਾ ਜਿਹੜਾ ਪਹਿਲਾ ਕੁਆਟਰ ਗਰੋਥ ਰਹੀ ਆ 0.1% 0.5% ਵੀ ਨਹੀਂ ਸੀ 0.1% ਉਹ ਵੀ ਬੜੇ ਤਰੀਕੇ ਨਾਲ ਆਪਾਂ ਸੌਰੀ ਟੂ ਸੇ ਬਟਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੰਬਰਸ ਨੂੰ ਮੈਨੀਪੂਲੇਟ ਕਰਕੇ ਖਿੱਚ ਧੂਕੇ ਉਹਨੂੰ ਇੱਕ ਕੋਸ਼ਿਸ਼ ਕੀਤੀ ਕਿ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਸਿ ਪੋਜ਼ਿਟਿਵ ਸ਼ੋ ਕਰ ਦਈਏ ਕਿ ਨੈਗੇਟਿਵ ਦੇ ਵਿੱਚ ਨਾ ਚਲ ਜੇ ਤੇ ਜੇ ਟੈਕਨੀਕਲੀ ਦੇਖਿਆ ਜਾਵੇ ਤਾਂ ਅਸੀਂ ਇਸ ਸਮੇਂ ਰੈਸੈਸ਼ਨ ਦੇ ਵਿੱਚ ਆ ਉਸ ਤੋਂ ਬਾਅਦ ਜਿਹੜਾ ਜੌਬ ਲਾਸ ਆ ਆਈ ਸਟਾਰਟਡ ਟਾਕਿੰਗ ਅਬਾਊਟ ਦਿਸ 6-7 ਮੰਥਸ ਬੈਕ ਕਿ ਕੈਨੇਡਾ ਚ ਜੌਬ ਲਾਸ ਹੋਣ ਡਿਆ ਆ ਆ ਬਹੁਤ ਲੋਕੀ ਸੀਗੇ ਕਹਿੰਦੇ ਭਾਜੀ ਤੁਸੀਂ ਕਹਿੰਦੇ ਹੋ ਜੌਬ ਲਾਸ ਹੋਣ ਡਿਆ ਪਰ ਗਵਰਨਮੈਂਟ ਦਾ ਡਾਟਾ ਨਹੀਂ ਕਹਿੰਦਾ ਹੂੰ ਹੂੰ ਉਹਦੇ ਵਿੱਚ ਜੌਬਾਂ ਕਿਹੜੀਆਂ ਜਾਣਦੀਆਂ ਸੀ ਜੌਬਾਂ ਜਾਣਦੀਆਂ ਸੀ ਜਿਹੜੇ ਲੋਕੀ ਕਾਰਪੋਰੇਸ਼ਨ ਤੇ ਕੰਮ ਕਰਦੇ ਆ ਫੋਰ ਐਗਜ਼ਾਮਪਲ ਟਰੱਕ ਡਰਾਈਵਰਸ ਜਦੋਂ ਟਰੱਕ ਡਰਾਈਵਰ ਦੀ ਕਿਸੇ ਦੀ ਜੌਬ ਜਾਂਦੀ ਹੈ ਨਾ ਉਹ EIA ਨਹੀਂ ਅਪਲਾਈ ਕਰ ਸਕਦਾ এমਪਲੋਇਮੈਂਟ ਇੰਸ਼ੋਰੈਂਸ ਅਨਇੰਪਲੋਇਮੈਂਟ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਉਹ ਕਰਦੇ ਆ ਕਾਰਪੋਰੇਸ਼ਨਾਂ ਦੇ ਕੰਮ ਐਜ਼ ਅ ਬਿਜ਼ਨਸ ਤੇ ਉਹ ਕਹਣਾ ਨਹੀਂ ਯਾਰ ਕੋਈ ਕਿਤੇ ਜੌਬਲੈਸ ਨਹੀਂ ਹੈਗਾ ਸਾਰਾ ਕੁਝ ਤਾਂ ਵਧੀਆ ਚੱਲਣ ਡਿਆ ਆ ਪਹਿਲਾਂ ਟਰੱਕ ਡਰਾਈਵਰਸ ਦੀਆਂ ਜੌਬ ਗਈਆਂ ਜਦੋਂ ਵੀ ਇਕਨੋਮੀ ਜਦੋਂ ਸਲੋ ਹੋਊਗੀ ਨਾ ਸਭ ਤੋਂ ਪਹਿਲਾਂ ਕੀ ਹੋਊਗਾ ਸਟੋਰਾਂ 'ਚ ਸਮਾਨ ਆਉਣਾ ਘਟੂਗਾ ਜਦੋਂ ਕਿਸੇ ਵੀ ਸਟੋਰ 'ਚ ਸਮਾਨ ਆਉਣਾ ਘਟੂਗਾ ਪਹਿਲਾਂ ਇੰਪੈਕਟ ਕਿਹਨੂੰ ਪਊਗਾ ਇੰਡਸਟਰੀ ਟਰੱਕਿੰਗ ਨੂੰ ਸੋ ਉੱਥੇ ਜੌਬਾਂ ਜਾਣੀਆਂ ਸ਼ੁਰੂ ਹੋਈਆਂ ਫਿਰ ਉਸ ਤੋਂ ਬਾਅਦ ਬਾਕੀ ਸੈਕਟਰਸ ਦੇ ਵਿੱਚ ਹੁਣ ਆਪਾਂ ਦੇਖ ਸਕਦੇ ਆ ਹੁਣ ਗਵਰਨਮੈਂਟ ਵੀ ਮੰਨਣ ਲਈ ਆ ਕਿ ਸਾਡਾ ਜਿਹੜਾ ਜੌਬ ਲਾਸ ਆ ਉਹ ਕੰਟਰੀ ਦੇ ਵਿੱਚ ਅਨਪਲੋਇਮੈਂਟ ਵਧਣ ਲਈ ਆ ਲੁਕਿੰਗ ਲੇਆਫ ਤੇ ਜਾਂਦਾ ਆ ਆ ਰੀਸੈਂਟਲੀ ਮੈਨੂੰ ਲੱਗਦਾ ਬੈਲ ਨੇ ਕਿੰਨੇ ਹਜ਼ਾਰ ਬੰਦੇ ਜਿਹੜੇ ਫਾਇਰ ਤੇ ਇਹ ਹੌਲੀ ਹੌਲੀ इवन ਵੱਡੇ ਕਿੰਨੇ ਸਟੋਰ ਬੰਦ ਹੋ ਗਏ ਆ ਹਾਂਜੀ ਆਪਣਾ ਫੁੱਟਲੋਕਰ ਆਪਣੇ ਬੰਦ ਹੋ ਗਿਆ ਤੇ ਇੱਕ ਹੋਰ ਅਮਰੀਕਨ ਫਰਾਂਚਾਈਜ਼ੀ ਸੀਗੀ ਉਹ ਵੀ ਸ਼ਟਡਾਊਨ ਹੋ ਗਈ ਆ ਸੋ ਬਹੁਤ ਸਟੋਰ ਨੇ ਜਿਹੜੇ ਉਹ ਵੀ ਬੰਦ ਹੋੁੰਦੇ ਆ ਰਾਈਟ ਭਾਜੀ ਮੋਰਗੇਜ ਦੀ ਗੱਲ ਕਰਨੇ ਆ ਆਪਾਂ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਤਾਂ ਕਿੱਦਾਂ ਆਪਾਂ ਅਫੋਰਡੇਬਿਲਟੀ ਬਣਾ ਸਕਨੇ ਆ ਮੋਰਗੇਜ ਦੀ ਇੱਕ ਨਾ ਸਿੰਪਲ ਜਿਹਾ ਫੰਡ ਆ ਇਸ ਕੰਟਰੀ ਦਾ ਜੋ ਤੁਹਾਡੀ ਇਨਕਮ ਹੈਗੀ ਆ ਉਹਦਾ ਤੀਜਾ ਸਾਰ ਤੁਹਾਡੇ ਘਰ ਦੇ ਵਿੱਚ ਜਾਣਾ ਕਿ ਐਜ਼ ਅ ਪੇਮੈਂਟ ਜਾਣਾ ਚਾਹੀਦਾ ਇਨਕਲੂਡਿੰਗ ਯੋਰ ਪ੍ਰੋਪਰਟੀ ਟੈਕਸ ਇਨਕਲੂਡਿੰਗ ਯੋਰ ਯੂਟਿਲਿਟੀਆਂ ਇਨਕਲੂਡ ਆਲ ਦੋਸ ਖਰਚੇ ਜਿਹੜੇ ਆਪਣੇ ਘਰ ਦੇ ਖਰਚੇ ਆ ਜੇ 30 ਨਹੀਂ ਹੈਗਾ ਤਾਂ ਆਪਾਂ ਉਹਨੂੰ ਮੈਕਸਿਮਮ 35 40 ਮੰਨ ਲਈਏ ਪਰ ਸਾਡੇ ਲੋਕਾਂ ਨੇ ਕੀ ਕੀਤਾ ਕਿ ਜੇ ਸਾਡੀ 8000 ਇਨਕਮ ਆ ਤੇ ਸਾਡੀ 7000 ਮੋਰਗੇ ਜਾਣ ਲਈ ਆ ਤੇ ਉਹ ਕਿੱਥੋਂ ਤੁਸੀਂ ਕਿੰਨਾ ਚਿਰ ਤੱਕ ਸਰਵਾਈਵ ਕਰ ਲਾਂਗੇ ਆਪਾਂ ਇਹੋ ਜਿਹੇ এনਵਾਇਰਨਮੈਂਟ ਦੇ ਵਿੱਚ ਆ ਆਪਣੇ ਕਈ ਬੰਦੇ ਐਦਾਂ ਦੇ ਮੈਂ ਜਾਣਦਾ ਆ ਉਹ ਕੰਮ ਤੋਂ 1 ਮਹੀਨਾ ਛੁੱਟੀ ਨਹੀਂ ਅਫੋਰਡ ਕਰ ਸਕਦੇ ਜੇ ਉਹ 1 ਮਹੀਨਾ ਵੀ ਛੁੱਟੀ ਲੈ ਗਏ ਦੇ ਕੈਨ ਨਾਟ ਕੰਟੀਨਿਊ ਦੇਅਰ ਦੇਅਰ ਪੇਮੈਂਟਸ ਫਿਰ ਆ ਜੀ ਲਾਈਫ ਦਾ ਫਾਇਦਾ ਕੀ ਯਾਰ ਹੁਣ ਸੱਤੇ ਦਿਨ ਕੰਮ ਕਰਕੇ ਤੁਸੀਂ ਸਿਰਫ ਇੱਕ ਘਰ ਵਾਸਤੇ ਕੰਮ ਕਰਨ ਦੇ ਜੇ ਜਿਹੜਾ ਕਿ ਤੁਹਾਡਾ ਹੈ ਹੀ ਨਹੀਂ 30 ਸਾਲ ਵੀ 30 ਸਾਲ ਵੀ ਤਾਂ ਉਸ ਤੋਂ ਬਾਅਦ ਤੁਸੀਂ ਹਫਤੇ 'ਚ ਇੱਕ ਦਿਨ ਉੱਥੇ ਸੌਣ ਆਉਣਾ ਆ ਤੇ ਉਹਦੇ ਨਾਲੋਂ ਤਾਂ ਠੀਕ ਹੈ ਯਾਰ ਰੈਂਟ ਤੇ ਰਹੀ ਜਾਓ ਉਹ ਇੱਕ ਪੀਸ ਆਫ ਮਾਈਂਡ ਹੈਗਾ ਤਾਂ ਟੋਕਟ ਆਪਾਂ ਜਿਹੜਾ ਉੱਪਰਲਾ ਪੈਸਾ ਬਚਣ ਦਿਆ ਉਹ ਅਸੀਂ ਵਧੀਆ ਜਗ੍ਹਾ ਤੇ ਹੁਣ ਆ ਆਵਲ ਸੇ ਐਸ ਐਨ ਪੀ 500 ਚ ਇਨਵੈਸਟ ਕਰ ਦੋ ਪਰ ਕੁਝ ਲੋਕ ਕਹਿਣਗੇ ਤੁਸੀਂ ਹੁਣੇ 5 ਮਿੰਟ ਪਹਿਲਾਂ ਕਿਹਾ ਕਿ ਐਸ ਐਮ ਪੀ 500 150% ਵਧ ਸਕਦਾ ਆ। ਥੈਟਸ ਦਾ ਥਿੰਗ ਅਸੀਂ ਉਹ ਚੀਜ਼ ਲੱਭਣੀ ਕਿ ਅਸੀਂ ਇਨਵੈਸਟ ਕਿਦੋਂ ਕਰਨਾ ਹੈ। ਰਾਈਟ ਟਾਈਮ। ਰਾਈਟ ਟਾਈਮ ਸਾਨੂੰ ਫਾਈਨੈਂਸ਼ੀਅਲ ਨੋਲਿਜ ਤੋਂ ਅਸੀਂ ਬਹੁਤ ਭੱਜਦੇ ਆਂ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਵਧੀਆ ਆ ਪੌਡਕਾਸਟ ਸੁਣੀਏ ਫਾਈਨੈਂਸ ਦੇ ਨਾਲ ਰਿਲੇਟਿਡ ਆ ਸਟਾਕ ਮਾਰਕੀਟ ਦੇ ਨਾਲ ਰਿਲੇਟਿਡ ਕੋਈ ਬੁੱਕ ਪੜ੍ਹੀਏ ਫਾਈਨੈਂਸ ਦੇ ਨਾਲ ਰਿਲੇਟਿਡ ਆ ਹਾਊਸਿੰਗ ਨਾਲ ਰਿਲੇਟਿਡ ਆਪਣਾ ਸਟਾਕਸ ਦੇ ਨਾਲ ਰਿਲੇਟਿਡ ਉਸ ਅਸੀਂ ਕੋਈ ਵੀ ਇਨਵੈਸਟਮੈਂਟ ਕਰਨੀ ਆ ਅਸੀਂ ਕੀ ਕਰਦੇ ਆ ਠੀਕ ਆ ਯਾਰ ਕ੍ਰਿਪਟੋ ਲੈ ਲਓ ਬਿਟਕੋਇਨ ਲੈ ਲਿਆ ਸਾਰਾ ਬਿਟਕੋਇਨ ਲੈ ਲਓ ਅੱਛਾ ਜੀ ਸ਼ੀਬਾ ਇਹਨੂੰ ਆ ਗਿਆ ਸ਼ੀਬਾ ਇਹਨੂੰ ਲੈ ਲਓ ਉਹ ਡੌਜ ਕੋਇਨ ਆ ਗਿਆ ਹੈ ਨਾ ਉਹ ਅਸੀਂ ਉਦੋਂ ਬਾਅਦ ਕਰਦੇ ਆ ਜਦੋਂ ਉਹ ਪੀਕ ਤੇ ਹੁੰਦਾ ਬਸ ਜਦੋਂ ਅਸੀਂ ਅੱਜ ਵੀ ਡਿੱਗਾ ਕੱਲ ਵੀ ਡਿੱਗਾ ਫਿਰ ਜਦੋਂ ਅਸੀਂ ਬਾਏ ਕਰ ਲੈਂਦੇ ਆ ਆਪਣੇ ਇੱਕ ਮੀਮ ਬਣਿਆ ਹੋਇਆ ਕਹਿੰਦੇ ਜਦੋਂ ਮੈਂ ਬਾਏ ਕਰਦਾ ਕਹਿੰਦੇ ਉਹ ਸਟਾਕ ਡਿੱਗਣੇ ਸ਼ੁਰੂ ਹੋ ਜਾਂਦੇ ਆ ਉਹ ਕਿਉਂ ਡਿੱਗਦੇ ਕਿ ਅਸੀਂ ਬਾਏ ਹੀ ਉਸ ਪੁਆਇੰਟ ਤੇ ਜਾ ਕੇ ਕਰਦੇ ਆ ਕਿਉਂਕਿ ਸਾਡੇ ਤੱਕ ਜਦੋਂ ਇਨਫਾਰਮੇਸ਼ਨ ਪਹੁੰਚਦੀ ਆ ਉਹ ਕਿ ਸੀਪੀਟੀ ਤੇ ਪੁਰਾਣੀ ਇਨਫੋਰਮੇਸ਼ਨ ਹੋ ਚੁੱਕੀ ਹੁੰਦੀ ਆ ਜਿਨ੍ਹਾਂ ਨੇ ਕਰੀਮ ਤੇ ਮਲਾਈ ਖਾਣੀ ਹੁੰਦੀ ਆ ਆਲਰੇਡੀ ਖਾ ਕੇ ਬਾਹਰ ਹੋ ਜਾਂਦੇ ਆ ਤੇ ਅਸੀਂ ਫਿਰ ਉੱਥੇ ਜਾ ਕੇ ਉਹਨਾਂ ਉਹਨਾਂ ਸਟਾਕਸ ਨੂੰ ਕ੍ਰਿਪਟੋ ਨੂੰ ਬਾਏ ਕਰਕੇ ਅਸੀਂ ਲਾਸ ਦੇ ਵਿੱਚ ਚਲੇ ਜਾਂਦੇ ਆ ਤੇ ਉਹ ਲੋਗ ਉੱਥੋਂ ਪੈਸਾ ਬਣਾ ਕੇ ਨਿਕਲ ਜਾਂਦੇ ਨਾਲੇ ਕਹਿੰਦੇ ਆ ਨਾ ਜਦੋਂ ਵੀ ਕਹਿੰਦੇ ਕਿ ਤੁਹਾਡੇ ਨਾਲ ਦੀ ਕੋਈ ਫਰੈਂਡ ਤੁਹਾਡਾ ਜਾਂ ਕਜ਼ਨ ਤੁਹਾਨੂੰ ਕਹੇ ਕਿ ਤੂੰ ਆਹ ਕੋਇਨ ਬਾਏ ਕਰ ਲਾ ਇਹਦਾ ਮਤਲਬ ਹੁਣ ਆ ਸੈਲ ਕਰਨ ਦਾ ਟਾਈਮ ਆ ਉਹ ਬਾਈ ਕਰਨ ਦਾ ਟਾਈਮ ਨਹੀਂ ਹੈਗਾ ਸੈਲ ਕਰਨ ਦਾ ਟਾਈਮ ਹੈ ਬਿਲਕੁਲ ਸਹੀ ਗੱਲ ਹੈ ਭਜੀ ਕਿਸ ਟਾਈਪ ਦੇ ਲੈਂਡਰਸ ਹੁੰਦੇ ਨੇ ਜਿੱਦਾਂ ਲਾਈ ਸਪੋਜ਼ ਆਪਾਂ ਮੌਰਗੇਜ ਲੈਣੀ ਹੈ ਤਾਂ ਬੈਂਕਸ ਹੋਗੇ ਜਿਵੇਂ ਹਾਂ ਇਹ ਤਿੰਨ ਟਾਈਪ ਦੇ ਲੈਂਡਰਸ ਹੁੰਦੇ ਆ ਪਹਿਲਾ ਹੁੰਦਾ ਆ ਏ ਲੈਂਡਰ ਏ ਲੈਂਡਰ ਫਾਰ ਐਗਜ਼ਾਮਪਲ ਆਪਾਂ ਕਹਿ ਸਕਦੇ ਆ ਜਿੱਦਾਂ ਵੱਡੀਆਂ ਬੈਂਕਾਂ ਹੋਗੀਆਂ ਜਿਹੜੀਆਂ ਸਾਨੂੰ ਵਿਜ਼ੀਬਲ ਹੈਗੀਆਂ ਆਪਾਂ ਦੇਖਦੇ ਆ ਬੈਂਕਿੰਗ ਕਰਦੇ ਆ ਸਕੋਸ਼ੀਆ ਟੀਡੀ ਬੀ ਐਮਓ ਆਰ ਬੀਸੀ ਇਹ ਬੈਂਕਾਂ ਆ ਰੈਗੂਲਰ ਬੈਂਕ ਹਾਂਜੀ ਲੈਂਡਰ ਸਾਰੇ ਮੋਸਟਲੀ ਰੈਗੂਲੇਟਡ ਸਾਰੇ ਰੈਗੂਲੇਟਿਡ ਬੈਂਕਸ ਐਂਡ ਗਵਰਨਮੈਂਟ ਦੇ ਥਰੂ ਰੈਗੂਲੇਟਡ ਹੁੰਦੇ ਨੇ ਉਸ ਤੋਂ ਬਾਅਦ ਆ ਜਾਂਦੇ ਬੀ ਲੈਂਡਰਸ ਬੀ ਲੈਂਡਰ ਹੁੰਦੇ ਆ ਉਹ ਵੀ ਬੈਂਕਸ ਹੁੰਦੀਆਂ ਨੇ ਪਰ ਉਹ ਥੋੜੇ ਡਿਫਰੈਂਟ ਤਰੀਕੇ ਨਾਲ ਆਪਾਂ ਕਹਿ ਲਈਏ ਕਿ ਆਪਰੇਟ ਕਰਦੀਆਂ ਨੇ ਫਾਰ ਇਗਜ਼ਾਮਪਲ ਕਮਿਊਨਿਟੀ ٹرسٹ ਹੋਮ ٹرسٹ ਉਹਨਾਂ ਨੂੰ ਆਪਾਂ ਕਦੀ ਉਹਨਾਂ ਦੀ ਇੰਦਾ ਬ੍ਰਾਂਚੇਸ ਨਹੀਂ ਦੇਖਾਂਗੇ ਪਰ ਜਦੋਂ ਆਪਾਂ ਮਾਰਗੇਜ ਲੈਣ ਜਾਣੀ ਆ ਆਪਾਂ ਉਹਨਾਂ ਤੋਂ ਜਿਹੜੀ ਮਾਰਗੇਜ ਵਾਸਤੇ ਅਪਲਾਈ ਕਰ ਸਕਦੇ ਆ ਤੇ ਉਹਨਾਂ ਦਾ ਥੋੜਾ ਜਿਹਾ ਕ੍ਰਾਈਟੇਰੀਆ ਹੈ ਮਾਰਗੇਜ ਦੇਣ ਦਾ ਬਾਕੀ ਬੈਂਕਾਂ ਨਾਲੋਂ ਜਿਹੜਾ हां इंटरेस्टेड ਮਾਈਟ ਬੀ ਉਹਨਾਂ ਦਾ ਥੋੜਾ ਬਹੁਤ ਜ਼ਿਆਦਾ ਹੋ ਸਕਦਾ ਹੈ ਕਿੰਨੇ ਕੁ ਫਰਕ ਹੁੰਦਾ ਉਹਨਾਂ ਦਾ ਅ ਫੋਰ ਐਗਜ਼ਾਮਪਲ ਜੇ ਪ੍ਰਾਈਮ ਚੱਲਣ ਰਿਹਾ ਰਾਈਟ ਨਾਉ 7.2 ਆ ਤੇ ਜਿਹੜਾ ਏ ਲੈਂਡਰ ਆ ਉਹ ਪ੍ਰਾਈਮ ਮਾਈਨਸ ਦਿੰਦਾ ਆ ਆਪਾਂ ਨੂੰ ਲੈਟਸ ਸੇ 60 ਸੈਂਟ 70 ਸੈਂਟ ਤੇ ਜਿਹੜਾ ਬੀ ਲੈਂਡਰ ਆ ਉਹ ਪ੍ਰਾਈਮ ਪਲੱਸ ਪਲੱਸ ਦਿੰਦਾ ਆ ਸਾਨੂੰ ਕਿੰਨਾ ਕੁ ਪਲੱਸ ਹੁੰਦਾ ਐਵਰੇਜ 75 ਸੈਂਟ ਲਾ ਲਓ 1 ਡਾਲਰ ਲਾ ਲਓ ਸੋ ਐਗਜ਼ੈਕਟ ਮਾਰਗੇਜ ਦੇ ਵਿੱਚ ਨਾ ਬੜੇ ਲੋਕੀ ਸਾਨੂੰ ਫੋਨ ਕਰਕੇ ਜਾਂ ਕਿਸੇ ਵੀ ਤਰੀਕੇ ਦਾ ਬਿਜ਼ਨਸ ਲੋਨ ਕਰਨਾ ਆ ਅਸੀਂ ਰਾਈਟ ਸਾਨੂੰ ਇਹ ਪੁੱਛਣਗੇ ਭਾਜੀ ਕਿ ਮੈਨੂੰ ਐਗਜ਼ੈਕਟ ਨੰਬਰ ਦੱਸੋ ਮੇਰਾ ਲੋਨ ਕਿੰਨਾ ਪਰਸੈਂਟ ਤੇ ਹੋਊਗਾ ਜਿਹੜਾ ਬੰਦਾ ਤੁਹਾਨੂੰ ਐਗਜ਼ੈਕਟ ਨੰਬਰ ਦੱਸ ਰਿਹਾ ਹੈ ਨਾ ਉਹ ਝੂਠ ਬੋਲ ਰਿਹਾ ਹੈ ਅੱਛਾ ਜਿੰਨਾ ਚਿਰ ਤੱਕ ਮੇਰੇ ਕੋਲ ਤੁਹਾਡੀ ਪ੍ਰੋਫਾਈਲ ਹੀ ਨਹੀਂ ਆਈ ਮੈਨੂੰ ਤੁਹਾਡਾ ਕ੍ਰੈਡਿਟ ਸਕੋਰ ਨਹੀਂ ਪਤਾ ਮੈਨੂੰ ਤੁਹਾਡਾ ਬਿਜ਼ਨਸ ਟਰਨਓਵਰ ਨਹੀਂ ਪਤਾ ਮੈਨੂੰ ਤੁਹਾਡੀ ਮੰਥਲੀ ਇਨਕਮ ਨਹੀਂ ਪਤਾ ਜੇ ਮੈਂ ਤੁਹਾਨੂੰ ਨੰਬਰ ਦੇ ਰਿਹਾ ਉਹ ਕਿੰਨੇ ਕੁ ਸਹੀ ਹੋ ਸਕਦੇ ਆਪੇ ਸੋਚ ਲਓ ਸੋ ਇਹ ਚੀਜ਼ ਆ ਕਿ ਹਾਂ ਠੀਕ ਹੈ ਕਿ ਮੈਂ ਰਫ ਐਸਟੀਮੇਟ ਕਹਿ ਸਕਦਾ ਠੀਕ ਹੈ ਭਾਜੀ ਤੁਹਾਡੀ ਫਾਰ ਇਗਜ਼ਾਮਪਲ ਤੁਸੀਂ ਮੇਰੇ ਕੋਲ ਫਾਈਲ ਲੈ ਕੇ ਅ ਮੈਂ ਕਹਾਂਗਾ ਠੀਕ ਹੈ ਭਾਈ ਤੁਹਾਨੂੰ 8 ਤੋਂ 9% ਦੇ ਵਿੱਚ ਵਿੱਚ ਮਿਲੂਗਾ ਇੰਟਰਸਟ ਰੇਟ ਪਰ ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਸਾਢੇ 9 ਤੇ ਹੋਣ ਦੀ ਹੋਵੇ ਹੋ ਸਕਦਾ ਤੁਸੀਂ ਕੁਆਲੀਫਾਈ ਸਾਢੇ 60 7 ਤੇ ਹੁੰਦੇ ਹੋ ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਅਸੀਂ ਕਦੀ ਵੀ ਕਿਸੇ ਵੀ ਮਾਰਗੇਜ ਏਜੰਟ ਕੋਲ ਜਾਣਾ ਜਾਂ ਕਿਸੇ ਵੀ ਤਰੀਕੇ ਦਾ ਬਿਜ਼ਨਸ ਲੋਨ ਕਰਵਾਉਣਾ ਅਸੀਂ ਕਦੀ ਐਦਾਂ ਨਾ ਕਰਿਆ ਕਰੀਏ ਫੋਨ ਕਰਕੇ ਕਿ ਭਾਈ ਜੀ ਦੱਸੋ ਰੇਟ ਕੀ ਮਿਲੂਗਾ ਪਹਿਲਾਂ ਡਾਕੂਮੈਂਟ ਭੇਜੋ ਅਸੀਂ ਡਾਕੂਮੈਂਟ ਤੁਹਾਡੇ ਪੰਚਿੰਗ ਕਰਾਂਗੇ ਨੰਬਰ ਰਨ ਕਰਾਂਗੇ ਫੇਰ ਹਾਂ ਤੁਹਾਨੂੰ ਐਗਜ਼ੈਕਟ ਚੀਜ਼ ਅਸੀਂ ਦੱਸ ਸਕਦੇ ਹਾਂ ਕਿ ਬੈਸਟ ਤੋਂ ਬੈਸਟ ਸਿਨੈਰੀਓ ਕਿ ਕਿਦਾਂ ਦਾ ਹੋਊਗਾ ਜਿਹਨੂੰ ਬੈਸਟ ਰੇਟ ਮਿਲੂਗਾ ਹਨਾ ਕੁਝ ਇਦਾਂ ਦਾ ਹਾਂਜੀ ਵੀ ਸਰ ਤੋਂ ਲੋਏਸਟ ਰੇਟ ਹੀ ਤੁਸੀਂ ਲਾ ਲਓ ਵੀ ਜੇ ਕਿਸੇ ਨੇ ਲੈਣਾ ਹੋਵੇ ਕਿਦਾਂ ਲੈ ਸਕਦਾ ਤੁਹਾਡਾ ਕ੍ਰੈਡਿਟ ਸਕੋਰ ਗੁੱਟ ਹੋਣਾ ਚਾਹੀਦਾ ਤੁਹਾਡੀ ਜਿਹੜੀ ਇਨਕਮ ਆ ਉਹ ਵਧੀਆ ਹੋਣੀ ਚਾਹੀਦੀ ਆ ਇੱਕ ਨਾ ਪੇਮੈਂਟ ਸਭ ਤੋਂ ਛੋਟੀ ਪੇਮੈਂਟ ਜਿਹੜੀ ਸਭ ਤੋਂ ਜ਼ਿਆਦਾ ਇੰਪੈਕਟ ਪਾਉਂਦੀ ਹੈ ਫੋਨ ਦੀ ਪੇਮੈਂਟ ਕਦੀ ਮਿਸ ਨਾ ਕਰਿਓ ਸਾਡੀਆਂ ਪੇਮੈਂਟਸ ਆਲਵੇਸ ਅਸੀਂ ਧਿਆਨ ਰੱਖਣਾ ਕਿ ਜਿੰਨੀਆਂ ਪੇਮੈਂਟਸ ਆ ਸਾਡੀਆਂ ਟਾਈਮ ਤੇ ਹੋਣੀਆਂ ਚਾਹੀਦੀਆਂ ਆ। ਆਥਰਾਇਜ਼ ਲਾ ਦਿਓ ਉਹਨਾਂ ਨੂੰ। ਹਾਂਜੀ, ਪ੍ਰੀ ਆਥਰਾਇਜ਼ ਲਾ ਦਿਓ। ਈਵਨ ਕਿ ਜਿਹੜਾ ਸਾਡੀ ਕ੍ਰੈਡਿਟ ਕਾਰਡ ਦੀਆਂ ਪੇਮੈਂਟਸ ਆ ਅਸੀਂ ਇੱਕ ਪੇਮੈਂਟ ਵੀ ਮਿਸ ਕੀਤੀ ਹੋਈ ਸਾਡੇ ਤੇ ਕੜ ਪੜੇ ਲੰਬੇ ਸਮੇਂ ਤੱਕ ਇੰਪੈਕਟ ਪਾਉਂਦੀ ਆ। ਆਲਗਿਵ ਯੂ ਮਾਈ ਐਗਜ਼ੈਂਪਲ ਕੀ ਹੋਇਆ ਮੈਂ ਨਾ ਫ੍ਰੀਡਮ ਦਾ ਟੈਬਲੇਟ ਲੈ ਲਿਆ 5 ਡਾਲਰ ਦਾ ਮਿਲਿਆ ਸੀਗਾ ਮੰਥਲੀ ਤੇ ਮੈਂ ਆਟੋ ਪੇਮੈਂਟ ਲਾ ਦਿੱਤੀ। ਆਟੋ ਪੇਮੈਂਟ ਲਾ ਦਿੱਤੀ ਕ੍ਰੈਡਿਟ ਕਾਰਡ ਗਵਾਚ ਗਿਆ। ਅੱਛਾ ਮੈਂ ਹੁਣ ਅਪਡੇਟ ਕਰਨਾ ਭੁੱਲ ਗਿਆ ਆਟੋ ਪੇਮੈਂਟ ਤਿੰਨਾ ਮਹੀਨਿਆਂ ਬਾਅਦ ਚਿੱਠੀ ਆ ਗਈ ਘਰੇ ਕਲੈਕਸ਼ਨ ਕਲੈਕਸ਼ਨ ਦੀ ਮੈਂ ਯਾਰ ਆ ਗਈ ਚੱਕਰ ਬਣਿਆ 15 ਡਾਲਰ ਦੀ ਕਲੈਕਸ਼ਨ ਆ ਗਈ 80 ਡਾਲਰ ਕਲੈਕਸ਼ਨ ਦੇ ਆ ਗਏ ਅੱਛਾ ਹੁਣ ਵੇਖੋ 80 ਡਾਲਰ ਪਿੱਛੇ ਮੇਰਾ ਰੈਕਡ ਆ ਉਸ ਤੋਂ ਮੈਂ ਖਰਾਬ ਹੋ ਗਿਆ ਮੈਂ ਆਟੋ ਪੇਮੈਂਟ ਵੀ ਲਈ ਸਾਰਾ ਕੁਝ ਕੀਤਾ ਪਰ ਕੀ ਹੋਇਆ ਕਿ ਜਦੋਂ ਮੈਂ ਨਵਾਂ ਕ੍ਰੈਡਿਟ ਕਾਰਡ ਲਿਆ ਮੈਨੂੰ ਚੇਤਾ ਨਹੀਂ ਰਿਹਾ ਕਿ ਮੈਂ ਇਹਨੂੰ ਅਪਡੇਟ ਕਰਦਾ ਦੁਬਾਰਾ ਉੱਥੇ ਸੋ ਇਹ ਛੋਟੀਆਂ-ਛੋਟੀਆਂ ਪੇਮੈਂਟਸ ਬਹੁਤ ਜ਼ਿਆਦਾ ਇੰਪੈਕਟ ਕਰਦੀਆਂ ਸਾਡੇ ਕ੍ਰੈਡਿਟ ਦੇ ਤੇ ਜਿੱਦਾਂ ਹੁਣ ਤੁਹਾਡੇ ਨਾਲ ਜੋ ਆਸੀਨ ਹੋਇਆ ਸੀ ਤੁਸੀਂ ਫ੍ਰੀडम ਵਾਲਿਆਂ ਨਾਲ ਕੰਟੈਕਟ ਕਰਕੇ ਕਰ ਸਕਦੇ ਹੋ ਕਿ ਅਬੀ ਸਾਡੇ ਜੇ ਕ੍ਰੈਡਿਟ ਹਿਸਟਰੀ ਰਿਮੂਵ ਕਰ ਦੇਣੀ ਹੈ ਕੁਝ ਮੈਂ ਕਿਹਾ ਸੀ ਕੰਟੈਕਟ ਨੂੰ ਕਹਿੰਦੇ ਅਸੀਂ ਹੁਣ ਆਲਰੇਡੀ ਕਲੈਕਸ਼ਨ ਦੇ ਵਿੱਚ ਪਾਤਾ ਸੀ ਹੁਣ ਕੁਝ ਨਹੀਂ ਕਰ ਸਕਦੇ ਸੋ ਉਹ ਹੁਣ ਏਜੰਸੀ ਦੇ ਨਾਲ ਹੀ ਤੁਹਾਨੂੰ ਡੀਲ ਕਰਨਾ ਪਊਗਾ ਪਰ ਬਟਸੀ ਨੇ ਕਹਿਣਾ ਵੇ ਤੁਸੀਂ ਪਿੱਛੋਂ ਕਰਾਓ ਆਪਣਾ ਪਹਿਲਾਂ ਨਹੀਂ ਉਹ ਫਿਰ ਪੇ ਕਰਨਾ ਪੈਂਦਾ ਉਹਨਾਂ ਨੂੰ ਅੱਛਾ ਜੇ ਆਪਾਂ ਪੇ ਕਰਤਾ ਫਿਰ ਰੈਕਡ ਕਲੀਅਰ ਹੋ ਜਾਏ ਨਹੀਂ ਰੈਕਡ ਤੇ ਆਉਣੇ ਹੁਣ ਜੇ ਕਰੀ ਕਲੈਕਸ਼ਨ ਤੇ ਪੈ ਗਈ ਚੀਜ਼ ਉਹ ਫਿਰ ਤੁਹਾਡੇ ਰੈਕਡ ਤੇ ਰਹਿਣੀ ਰਹਣੀ ਕਿੰਨੇ ਸਾਲ ਤੱਕ ਰਹੇਗੀ 7 ਸਾਲ ਤੱਕ ਤੇ ਇਵਨ ਕਿ ਹਾਂ ਠੀਕ ਹੈ ਕੁਝ ਕੱਪੜੇ ਹੈਗੇ ਨੇ ਜਿਹੜੇ ਰੈਕਡ ਦੇ ਵਿੱਚ ਹੈਲਪ ਕਰ ਦਿੰਦੇ ਨੇ ਜਿਦਾਂ ਆਈ ਡੋ ਨੋ ਕੀ ਕਹਿੰਦੇ ਉਹਨਾਂ ਨੂੰ ਉਹ ਆਪ ਕੋਈ ਤਾਂ ਕਹਿੰਦਾ ਕ੍ਰੈਡਿਟ ਡਾਕਟਰ ਨਾਮ ਰੱਖਿਆ ਕਿਸੇ ਨੇ ਕਿਸੇ ਨੇ ਕੁਛ ਸੋ ਇਦਾਂ ਦੇ ਆਪਣੇ ਏਜੰਟਸ ਹੁੰਦੇ ਨੇ ਜਿਹੜੇ ਤੁਹਾਨੂੰ ਸਕੋਰ ਦੇ ਵਿੱਚ ਉਹ ਕੁਝ ਜਿਹੜੀਆਂ ਕਲੈਕਸ਼ਨ ਤੁਹਾਡੇ ਪਈਆਂ ਹੁੰਦੀਆਂ ਨੇ ਹਾਂਜੀ ਉਹ ਇੱਕ ਸਰਟਨ ਟਾਈਮ ਬਾਅਦ ਉਹ ਤੁਹਾਡੀ ਹੈਲਪ ਕਰ ਦਿੰਦੇ ਆ ਕਲੀਅਰ ਕਰਨ ਵਾਸਤੇ ਤੇ ਭਾਜੀ ਕਿੱਦਾਂ ਆਪਾਂ ਅਵੋਇਡ ਕਰ ਸਕਨੇ ਆ ਲਾਈਕ ਜਿਹੜੇ ਫਰਾਡਸ ਨੇ ਜਾਂ ਕਿੱਦਾਂ ਜਿਹੜੇ ਲੈਂਡਰਸ ਨੇ ਜਾਂ ਚਾਹੇ ਬੈਂਕਸ ਨੇ ਉਹਨਾਂ ਨੂੰ ਮਤਲਬ ਆਪਾਂ ਕੀ ਧਿਆਨ ਰੱਖ ਸਕਦੇ ਆ ਕਿ ਹਾਂ ਵੀ ਦਿਸ ਇਜ਼ ਅ ਸਾਈਨ ਯੂ نو ਸਟਾਪ ਸਾਈਨ ਕਿ ਆਪਾਂ ਅਵੋਇਡ ਕਰਨੀ ਚਾਹੀਦਾ ਰੈੱਡ ਫਲੈਗ ਸੋਰੀ ਆਪਣਾ ਇੱਕ ਗੱਲ ਵਿੱਚ ਰਹਿ ਗਈ ਸੀ ਤੀਸਰਾ ਲੈਂਡਰ ਹੁੰਦਾ ਪ੍ਰਾਈਵੇਟ ਪ੍ਰਾਈਵੇਟ ਲੈਂਡਰ ਸੋ ਪ੍ਰਾਈਵੇਟ ਕੀ ਹੁੰਦਾ ਹੈ ਕਿ ਕੁਝ ਕੁ ਲੋਕੀ ਮਿਲ ਕੇ ਇੱਕ ਪੂਲ ਬਣਾ ਲੈਂਦੇ ਆਪਣਾ ਗਰੁੱਪ ਤੇ ਲੈਟ ਸੇ ਤੁਹਾਡੇ ਕੋਲ 10 ਮਿਲੀਅਨ ਹੈਗਾ ਤੁਸੀਂ ਇਕੱਲੇ ਵੀ ਪ੍ਰਾਈਵੇਟਲੀ ਲੈਂਡ ਕਰ ਸਕਦੇ ਹੋ ਹੋ ਸਕਦਾ ਤੁਸੀਂ 100 ਬੰਦਿਆਂ ਨੇ ਰਲ ਕੇ ਇੱਕ ਪੂਲ ਬਣਾਇਆ ਹੋਵੇ ਉਹਦੇ ਵਿੱਚ ਪੈਸੇ ਪਾਏ ਹੋਣ ਉੱਥੇ ਤੁਸੀਂ ਅੱਗੇ ਲੈਂਡਿੰਗ ਕਰਦੇ ਹੋ ਉਹਨੂੰ ਐਜ਼ ਅ ਪ੍ਰਾਈਵੇਟ ਲੈਂਡਿੰਗ ਕਹਿ ਦਿੰਦੇ ਆ ਤੇ ਸਭ ਤੋਂ ਜ਼ਿਆਦਾ ਮਹਿੰਗੀ ਹੁੰਦੀ ਹੈ ਪ੍ਰਾਈਵੇਟ ਲੈਂਡਿੰਗ ਉਹਦੇ ਵਿੱਚ ਕੀ ਹੁੰਦਾ ਤੁਹਾਨੂੰ ਲੈਂਡਰ ਫੀਸ ਵੀ ਚਾਰਜ ਹੁੰਦੀ ਹੈ ਜ਼ਿਆਦੀ ਤੇ ਪਲੱਸ ਇੰਟਰਸਟ ਰੇਟ ਵੀ ਬਾਕੀਆਂ ਨਾਲੋਂ 5 ਹੁੰਦਾ ਆ ਸੋ ਆਮ ਸੌਰੀ ਟੂ ਸੇ ਪਰ ਜਿਹੜਾ ਬੰਦਾ ਇੱਕ ਵਾਰੀ ਪ੍ਰਾਈਵੇਟ ਲੈਂਡਿੰਗ 'ਚ ਰਗੜਿਆ ਗਿਆ ਨਾ ਉਹ ਵਿਚਾਰਾ ਬਾਹਰ ਆ ਸਕਦੇ ਹੋ ਪਰ ਬਹੁਤ ਬੁਰਾ ਫਸਦਾ ਆ ਅ ਜਿੱਥੇ ਤੁਹਾਡਾ 20000 ਦਾ ਕੰਮ ਹੋ ਜਾਣਾ ਸੀਗਾ ਤੁਹਾਨੂੰ ਉੱਥੇ ਹੀ 50 ਤੋਂ 60 ਹਜ਼ਾਰ ਦਾ ਤੁਹਾਡਾ ਖਰਚਾ ਲੱਗ ਜਾਂਦਾ ਹੈ ਤੇ ਇਹਨਾਂ ਦਾ ਜਿਹੜਾ ਇੰਟਰਸਟ ਹੁੰਦਾ ਪ੍ਰਾਈਵੇਟ ਲੈਂਡਰਸ ਦਾ ਇਹ ਇਹਨਾਂ ਦੀ ਮਰਜ਼ੀ ਆ ਕਿ ਇਹਨਾਂ ਨੂੰ ਵੀ ਰੈਗੂਲੇਟ ਕਰਕੇ ਹੀ ਲੈਣਾ ਪੈਂਦਾ ਇਹ ਇਹਨਾਂ ਦੀ ਮਰਜ਼ੀ ਲਾ ਲਓ ਇਦਾਂ ਹੀ ਲਾ ਲਓ ਕਿ ਕਿੰਨੀ ਕ ਹੈਗੀ ਆ ਰਾਈਟ ਨਾ 20% 20% ਜਿੰਨਾ ਮਰਜ਼ੀ ਲਾਓ ਡਿਪੈਂਡ ਉਹ ਰਾਈਟ ਨਾਓ ਜੇ ਤੁਸੀਂ ਘਰ ਤੇ ਲੈਣੀ ਆ ਲੈਟਸ ਸੇ ਕਿ ਸੈਕੰਡ ਮਾਰਗੇਜ ਲੈਣੀ ਆ 14 ਤੋਂ 16% ਤੱਕ ਵੀ ਚਲਿਆ ਜਾਂਦਾ ਹੈ ਪ੍ਰਾਈਵੇਟ ਲੈਂਡਿੰਗ ਦਾ ਤੇ ਜੇ ਤੁਸੀਂ ਫਰਸਟ ਮਾਰਗੇਜ ਵੀ ਪ੍ਰਾਈਵੇਟ ਦੇ ਥਰੂ ਜਾਂਦੇ ਹੋ 11 ਤੋਂ 14% ਤੱਕ ਆ ਜੇ ਇਹ ਤੁਸੀਂ ਏ ਲੈਂਡਰ ਤੇ ਜਾਂਦੇ ਹੋ ਤਾਂ ਉਹ ਤੁਹਾਡੇ ਜਿੱਦਾਂ 7.2 ਪ੍ਰਾਈਮ ਆ ਉਹ ਮਾਈਨਸ ਲਾ ਲਓ 6.ਸਮਥਿੰਗ ਤੇ ਜੇ ਤੁਸੀਂ ਬੀ ਦੇ ਥਰੂ ਜਾਂਦੇ ਹੋ ਉਹ ਵੀ ਕੈਨ ਸੇ 7 অর 8.ਸਮਥਿੰਗ ਪਰ ਜੇ ਉਹ ਹੀ ਪਲੱਸ ਇਹ ਦਾ ਸਿਰਫ ਦੇਖੋ ਇੰਟਰਸਟ ਰੇਟ ਦੀ ਗੱਲ ਨਹੀਂ ਹੈਗੀ ਜੇ ਤੁਸੀਂ 1 ਮਿਲੀਅਨ ਦੀ ਮਾਰਗੇਜ ਲਈ ਆ ਤਾਨੂੰ ਏ ਲੈਂਡਰ ਨੇ ਕੁਛ ਨਹੀਂ ਚਾਰਜ ਕਰਨਾ ਬੀ ਲੈਂਡਰ ਨੇ 1% ਲੈਂਡਿੰਗ ਫੀਸ ਚਾਰਜ ਕਰਨੀ ਆ ਕਸਟਮਰ ਨੂੰ ਜੇ ਤੁਸੀਂ 1 ਮਿਲੀਅਨ ਦਾ ਲੋਨ ਲਿਆ ਆ ਮਾਰਗੇਜ ਲਈ ਆ ਤੇ ਤੁਹਾਨੂੰ 10000 ਲੈਂਡਰ ਨੂੰ ਦੇਣਾ ਪੈਣਾ ਆ ਤੇ ਇਹਦੇ ਵਿੱਚ ਕੋਈ ਮਾਰਗੇਜ ਬ੍ਰੋਕਰ ਦੀ ਵੀ ਫੀਸ ਹੁੰਦੀ ਆ ਉਹ ਡਿਫਰੈਂਟ ਉਹ ਅੱਡ ਉਹ ਤੁਹਾਨੂੰ ਅੱਡ ਦੇਣੇ ਪੈਣੇ ਆ ਮਾਰਗੇਜ ਬ੍ਰੋਕਰ ਨੂੰ ਤੇ ਜੇ ਤੁਸੀਂ ਪ੍ਰਾਈਵੇਟ ਦੇ ਥਰੂ ਚੱਲੇ ਜਾਂਦੇ ਹੋ ਪ੍ਰਾਈਵੇਟ ਦੇ ਉੱਪਰ ਡਿਪੈਂਡ ਕਰਦਾ 2% ਆ 3% ਆ ਕਿ 4% ਆ 4 ਤੋਂ ਉੱਪਰ ਵੀ ਕਈ ਚੱਲੇ ਜਾਂਦੇ ਆ ਬਟ ਮੈਕਸ ਅਸੀਂ ਜਿੰਨਾ ਕਿ ਡੀਲ ਕਰਦੇ ਆ ਉਹ ਅਸੀਂ 4% ਤੱਕ ਦੇਖਿਆ ਹੋਇਆ ਜਿਹਦੇ ਵਿੱਚ ਲੈਟਸ ਸੇ ਕਿ ਜੇ ਤੁਹਾਡੀ ਮਿਲੀਅਨ ਦੀ ਮਾਰਗੇਜ ਹੈਗੀ ਆ ਉਹਦਾ 4% 40000 ਬਣਦਾ ਹੈ ਤਾਂ ਤੁਸੀਂ ਕਰਫ ਫੀਸ ਹੈ ਫੀਸ ਹੀ ਫੀਸ 40000 ਆ ਮਾਰਗੇਜ ਏਜੰਟ ਦੀ ਨਹੀਂ ਉਸ ਲੈਂਡਰ ਦੀ ਸੋ ਇਦਾਂ ਲਾ ਲਓ ਕਿ ਜੇ ਤੁਸੀਂ 1 ਮਿਲੀਅਨ ਦਾ ਕਰਜ਼ਾ ਲੈ ਰਹੇ ਹੋ ਤਾਂ ਤੁਸੀਂ 1 ਮਿਲੀਅਨ 40000 ਦਾ ਕਰਜ਼ਾ ਲੈ ਰਹੇ ਹੋ ਤੇ 40000 ਤੁਹਾਨੂੰ ਦੇਣਾ ਪੈਣਾ ਹੈ ਕਰਜ਼ਾ ਲੈਣ ਵਾਸਤੇ ਮਿਲੀਅਨ ਦਾ ਤੇ ਕੀ ਕੀ ਚੀਜ਼ਾਂ ਸਾਨੂੰ ਲਾਈਕ ਰੈਡ ਫਲੈਗ ਦੇ ਸਕਦੇ ਨੇ ਕਿ ਆਪਾਂ ਨਾ ਉਸ 3 ਮੌਰਗੇਜ ਬ੍ਰੋਕਰ ਦੇ ਕੀ ਰੈੱਡ ਫਲੈਗ ਨੇ ਜਿੱਕੇ ਉਹ ਬੰਦਾ ਹੁਣ ਸਾਨੂੰ ਕੀ ਪਤਾ ਬੰਦਾ ਕਿੱਦਾਂ ਦਾ ਹਨਾ ਹਾਂਜੀ ਰੈੱਡ ਫਲੈਗ ਕਿਹੜੇ ਆ ਮੌਰਗੇਜ ਬ੍ਰੋਕਰ ਦੇ ਜਿਹੜਾ ਫੋਨ ਚੁੱਕ ਕੇ ਕਹਿੰਦਾ ਹਾਂਜੀ ਭਾਜੀ ਆਜੋ ਕਰ ਦਾਂਗੇ ਸਭ ਤੋਂ ਰੈੱਡ ਫਲੈਗ ਆ ਬਿਲਕੁਲ ਸਿੱਧਾ ਰੈੱਡ ਫਲੈਗ ਬਿਨਾਂ ਤੁਹਾਡੀ ਬਿਨਾਂ ਤੁਹਾਡੀ ਪ੍ਰੋਫਾਈਲ ਦੇਖੇ ਬਿਨਾਂ ਤੁਹਾਡੀ ਪ੍ਰੋਫਾਈਲ ਦੇਖ ਕੇ ਜਿਹੜਾ ਬੰਦਾ ਕਹਿੰਦਾ ਹਾਂਜੀ ਭਾਜੀ ਆਜੋ ਕਰ ਦਾਂਗੇ ਸਭ ਤੋਂ ਵੱਡਾ ਰੈੱਡ ਫਲੈਗ ਆ ਤੇ ਮੋਸਟਲੀ ਹਮ ਕੀ ਨਾਮ ਆ ਮੈਂ ਦੇਖੇ ਐਦਾਂ ਦੇ ਬੰਦੇ ਜਿਹੜੇ ਪਹਿਲਾਂ ਜਾ ਕੇ ਫਾਈਲਾਂ ਫੜਾ ਦਿੰਦੇ ਆ ਕਹਿੰਦਾ ਭਾਜੀ ਕੋਈ ਚ ਨਹੀਂ ਪਾਜੀ ਹੋਈ ਨਹੀਂ ਕਿਉਂਕਿ ਇਹਦੇ ਵਿੱਚ ਪ੍ਰੋਬਲਮ ਪਤਾ ਕੀ ਆਉਂਦੀ ਆ ਹੁਣ ਇਹਦੇ ਵਿੱਚ ਕਲਾਇੰਟ ਵੀ ਕਾਣਾ ਹੁੰਦਾ ਆ ਕਲਾਇੰਟ ਨੇ ਇਨਕਮ ਸ਼ੋ ਕੀਤੀ ਹੈ 40 ਹਜ਼ਾਰ ਡਾਲਰ ਸਾਲ ਦੀ ਸੀਆਰਏ ਨੂੰ ਨਕਲੀ ਪੇਪਰ ਲਾਏ ਹੋਏ ਆ ਮੌਰਗੇਜ ਵਾਸਤੇ ਮੌਰਗੇਜ ਜਿਹਨੇ ਤਾਂ ਹੋਲੀ ਜੀ ਕਹਿਣਾ ਪਾਜੀ ਆਪਾਂ ਪੇਪਰ ਲਾਏ ਸੀ ਆਪਣੀ ਮੌਰਗੇਜ ਅਪਰੂਵਲ ਨਹੀਂ ਆਈ ਤੇ ਉਹ ਬੈਂਕ ਨੂੰ ਪਤਾ ਲੱਗ ਗਿਆ ਨਕਲੀ ਇਨਕਮ ਦਾ ਹਣਾ ਤੇ ਅੱਛਾ ਪਾਜੀ ਹੁਣ ਕੀ ਕਰੀਏ ਹੁਣ ਤਾਂ ਜੀ ਆਪਾਂ ਨੂੰ ਪ੍ਰਾਈਵੇਟ ক্লোਜ਼ ਕਰਾਉਣੀ ਪੈਣੀ ਹੈ। রাইਟ ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਤੁਹਾਡ ਨੂੰ ਬੈਂਕ 플ੈਗ ਵੀ ਕਰ ਦਿੰਦੀ ਹੈ ਨਾ ਤੁਸੀਂ ਸਾਰੀਆਂ ਬੈਂਕਾਂ ਚ 플ੈਗ ਹੋ ਜਾਂਦੇ ਹੋ। ਤੁਹਾਨੂੰ ਸਾਰੀਆਂ ਬੈਂਕਾਂ ਨੂੰ ਪਤਾ ਹੋਊਗਾ ਕਿ ਤੁਸੀਂ ਟ੍ਰਾਈ ਕੀਤਾ ਸੀ ਪਾਸਟ ਦੇ ਵਿੱਚ ਫੇਕ ਤਰੀਕੇ ਦੇ ਨਾਲ ਮਾਰਗੇਜ ਲੈਣ ਦਾ। ਇਹ ਨਹੀਂ ਹੈਗਾ ਕਿ ਤੁਹਾਨੂੰ ਅੱਗੇ ਕੋਈ ਲੋਨ ਨਹੀਂ ਮਿਲੂਗਾ ਜਾਂ ਮਾਰਗੇਜ ਨਹੀਂ ਮਿਲੂਗੀ ਪਰ ਕੇਅਰਫੁਲ ਹੋਣਗੇ ਉਹ। ਹਾਂਜੀ ਉਹ ਤੁਹਾਡੀ ਇਨਵੈਸਟੀਗੇਸ਼ਨ ਜਾਰੀ ਹੋਊਗੀ। ਨੈਕਸਟ ਟਾਈਮ ਤੋਂ ਤੁਸੀਂ ਕਿਸੇ ਵੀ ਚੀਜ਼ ਵਾਸਤੇ ਜਾਣਾ ਆ ਸੋ ਖਾਸ ਕਰਕੇ ਜੇ ਤੁਸੀਂ ਯੰਗ ਹੋ ਤੁਹਾਡੀ ਅਜੇ ਤੁਸੀਂ ਆਪਣੀ ਲਾਈਫ ਸ਼ੁਰੂ ਕਰਨੀ ਆ ਛੋਟਾ ਘਰ ਲੈ ਲਓ। ਬੀ ਲੈਂਡਰ ਦੇ ਥਰੂ ਚਲੇ ਜਾਓ ਪਰ ਕਦੇ ਵੀ ਆਪਣੇ ਰੈਕਡ ਤੇ ਇਦਾਂ ਦੀ ਚੀਜ਼ ਨਾ ਪਵਾ ਲਿਓ ਕਿ ਬੈਂਕਰ ਦੇ ਰੈਕਡ ਚ ਜੇ ਇੱਕ ਕਰੀ ਇਦਾਂ ਦੀ ਚੀਜ਼ ਪੈ ਗਈ ਤੁਹਾਡੇ ਰੈਕਡ ਦੇ ਵਿੱਚ ਤੁਹਾਨੂੰ ਪੂਰੀ ਲਾਈਫ ਤੁਸੀਂ ਜਿੱਥੇ ਲੈਟ ਸੇ ਕਿ ਤੁਹਾਡੇ ਚਾਰ ਡਾਕੂਮੈਂਟ ਲੱਗਣੇ ਆ ਬੈਂਕ ਨੇ ਛੇ ਮੰਗਲੇ ਜਾਂ ਤੇ ਉਹਨਾਂ ਨੇ ਆਪਣੀ ਡਿਊ ਡਿਲੀਜੈਂਸ ਵੀ ਜ਼ਿਆਦਾ ਹੀ ਕਰਨੀ ਆ ਕੋਈ ਵੀ ਫਿਊਚਰ ਦੇ ਵਿੱਚ ਤੁਹਾਨੂੰ ਲਾਈਨ ਆਫ ਕ੍ਰੈਡਿਟ ਚਾਹੀਦੀ ਆ ਲੋਨ ਚਾਹੀਦਾ ਬਿਜ਼ਨਸ ਲੋਨ ਚਾਹੀਦਾ ਆ ਤੁਹਾਨੂੰ ਆਲਵੇਸ ਉਹਦੇ ਵਿੱਚ ਪ੍ਰੋਬਲਮ ਜਿਹੜੀ ਆਊਗੀ ਹੀ ਆਊਗੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਮਾਰਗੇਜ ਬ੍ਰੋਕਰੇ ਜਾਣ ਕੇ ਕਰਦੇ ਆ ਬੀ ਕਿੱਥੇ ਕੀ ਪਤਾ A ਤੋਂ ਹੀ ਪ੍ਰੂਵ ਹੁੰਦਾ ਹੋਵੇ ਆਪਣੇ ਕਮਿਸ਼ਨ ਲਈ B ਤੋਂ ਕਰਾਉਂਦੇ ਆ ਨਹੀਂ B ਦੇ ਵਿੱਚ ਚਲੋ ਕਮਿਸ਼ਨ ਘੱਟ ਹੁੰਦਾ ਐਦਾਂ ਜ਼ਰੂਰ ਹੋ ਸਕਦਾ ਹੈ ਕਿ ਉਹ ਆਪਣੇ ਕਮਿਸ਼ਨ ਵਾਸਤੇ ਕੋਈ ਦੇਖੋ ਜੀ ਹਰੇਕ ਬਿਜ਼ਨਸ 'ਚ ਮਾੜੇ ਬੰਦੇ ਵੀ ਹੁੰਦੇ ਆ ਚੰਗੇ ਵੀ ਹੁੰਦੇ ਆ ਹਾਂ ਐਦਾਂ ਦੇ ਵੀ ਡੈਫੀਨੇਟਲੀ ਹੋਣਗੇ ਜਿਹੜੇ ਜਾਣ ਕੇ A ਜਾਂ B ਤੋਂ ਡੀਲ ਅਪਰੂਵ ਹੁੰਦੀ ਹੋਊਗੀ ਤੇ ਉਹ ਜਾਣ ਕੇ ਪ੍ਰਾਈਵੇਟ ਵੀ ਲੈ ਜਾਂਦੇ ਆ ਕਈ ਵਾਰੀ ਆਪਣਾ ਕਮਿਸ਼ਨ ਵਾਸਤੇ ਪਰ ਮੈਨੂੰ ਲੱਗਦਾ ਕਿ ਕਈ ਮੈਂ ਦੇਖਿਆ ਨਾ ਸੀ ਉਹ ਕੀ ਕਹਿੰਦੇ ਆ ਚਲੋ ਐਤਕੀ ਤੁਸੀਂ ਆ ਸਾਲ ਬੀ ਲੈਂਡਰ ਕੋ ਚਲੇ ਜਾਓ ਅਗਲੇ ਸਾਲ ਤੁਹਾਡਾ ਇਹ ਲੈਂਡਰ ਕੋ ਕਰਾ ਦਾਂਗੇ ਹਾਂਜੀ ਸੋ ਟੈਕਨੀਕਲੀ ਉਹ ਕਹਿੰਦੇ ਸਾਨੂੰ ਦੋ ਵਾਰੀ ਕਮਿਸ਼ਨ ਆ ਗਈ ਐਤਕੀ ਵੀ ਆ ਗਈ ਅਗਲੇ ਸਾਲ ਜਦੋਂ ਫੇਅਰ ਆਉਣਗੇ ਫਿਰ ਕਮਿਸ਼ਨ ਆ ਜੂਗੀ ਹਾਂਜੀ ਉਹ ਵੀ ਗੱਲ ਹੈਗੀ ਆ ਪਰ ਇਹਦੇ ਵਿੱਚ ਇਦਾਂ ਹੁੰਦਾ ਹੈ ਕਿ ਅਸੀਂ ਕਈ ਵਾਰੀ ਕਸਟਮਰ ਦੀ ਪ੍ਰੋਫਾਈਲ ਦੇਖੀ ਦੀ ਆ ਉਹ ਇਹ ਵਾਸਤੇ ਕੁਆਲੀਫਾਈਡ ਨਹੀਂ ਹੁੰਦੇ ਪਰ ਉਹ ਆ ਕਹਿੰਦੇ ਨਹੀਂ ਜੀ ਅਸੀਂ ਤਾਂ ਜਾਣਾ ਹੀ ਏ ਸਾਈਡ ਆ ਉਹ ਜਦੋਂ ਨਿਆਣਾ ਨਹੀਂ ਜਦ ਕਰਨ ਲੱਗੇ ਨਾ ਨਹੀਂ ਨਹੀਂ ਮੈਂ ਤਾਂ ਆਈ ਟਾਫੀ ਖਾਣੀ ਆ ਮੈਂ ਤੇਰੀ ਟਾਫੀ ਨਹੀਂ ਖਾਣੀ ਨਾ ਪਰ ਉਹ ਸਮਝਦੇ ਨਹੀਂਗੇ ਕਿ ਉਹਨਾਂ ਦੀ ਸਿਚੁਏਸ਼ਨ ਇੰਨੀ ਉਸ ਸਮੇਂ ਕਹ ਲਈਏ ਵੋਲੇਟਾਈਲ ਹੁੰਦੀ ਆ ਕਿ ਏ ਲੈਂਡਰ ਨੇ ਅਪਰੂਵ ਨਹੀਂ ਕਰਨਾ ਸੋ ਉੱਥੇ ਬੈਸਟ ਕਲਾਇੰਟ ਵਾਸਤੇ ਇਹ ਹੁੰਦਾ ਕਿ ਆਹ ਸਾਲ ਤੁਸੀਂ ਬੀਕੋ ਚਲੇ ਜਾਓ ਅਗਲੇ ਸਾਲ ਜੇ ਤੁਹਾਡੀ ਪ੍ਰੋਫਾਈਲ ਵਧੀਆ ਰਹੀ ਤੁਹਾਡੀ ਇਨਕਮ ਵਧੀਆ ਰਹੀ ਤਾਂ ਆਪਾਂ ਏਕੋ ਚਲੇ ਜਾਵਾਂਗੇ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਵੈਸੇ ਮੋਡਿਫਾਈਸ ਕਰਨ ਦਾ ਤੇ ਕਲਾਇੰਟ ਨੂੰ ਵੀ ਹਾਂ ਪਰ ਜੇ ਜਾਣ ਕੇ ਇਹ ਚੀਜ਼ ਕਰਨੀ ਆ ਫਿਰ ਗੱਲ ਤਾਂ ਪਰ ਹਰੇਕ ਬੰਦੇ ਦਾ ਮੋਡਿਫਾਈਸ ਦਾ ਕੰਮ ਇਦਾਂ ਦਾ ਆ ਨਾ ਜੇ ਤੁਸੀਂ ਮੈਂ ਕਹਿੰਦਾ 10 ਸਾਲ ਵੀ ਹੋ ਗਏ ਨਾ ਤੁਹਾਨੂੰ ਕੰਮ ਕਰਦਿਆਂ ਨੂੰ ਤਾਨੂੰ ਨਹੀਂ ਪਤਾ ਕਿ 10 ਸਾਲਾਂ ਬਾਅਦ ਕਿੱਦਾਂ ਦਾ ਕੇਸ ਆ ਜਾਣਾ ਹੋ ਸਕਦਾ ਹੈ ਕਿ ਤੁਸੀਂ 10 ਸਾਲਾਂ ਜੋ ਕੇਸ ਕਰੀ ਦੇਖਿਆ ਹੀ ਨਾ ਹੋਵੇ ਕਰੀ ਉਹਨਾਂ ਦੀ ਫਾਈਲ ਤੁਹਾਡੇ ਕੋਲ ਆਈ ਹੀ ਨਾ ਹੋਵੇ ਫਾਈਨੈਂਸ ਦਾ ਕੰਮ ਇਦਾਂ ਲਾ ਲਓ ਕਿ ਹਰ ਇੱਕ ਫਾਈਲ ਐਵਰੀ ਹਰ ਇੱਕ ਫਾਈਲ ਨਾਲੋਂ ਡਿਫਰੈਂਟ ਕੋਈ ਦੋ ਫਾਈਲਾਂ ਕਦੀ ਵੀ ਸੇਮ ਨਹੀਂ ਹੋਣਗੀਆਂ ਫਾਈਨੈਂਸ ਦੇ ਵਿੱਚ ਠੀਕ ਤੇ ਭਾਜੀ ਹੁਣ ਜਿੱਦਾਂ ਦੇਖੋ ਕਿਸੇ ਦੀ 2020 ਤੋਂ ਪਹਿਲਾਂ 2000 ਪੇਮੈਂਟ ਸੀਗੀ ਠੀਕ ਆ ਕਰਦੀ ਹਾਂਜੀ ਹੁਣ ਉਹੀ ਪੇਮੈਂਟ ਚਾਰ ਯਾਰ ਹੋ ਗਈ ਹੋਈ ਆ ਹਾਂਜੀ ਹੁਣ ਜਿਹੜਾ ਬੰਦਾ ਸਟਕ ਆ ਉਹ ਕੀ ਕਰੇ ਤੱਕ ਉਹਦਾ ਪੇਮੈਂਟ ਕਰਨੀ ਪੈਣੀ ਹੈ ਜੀ ਹੋਰ ਕੁਝ ਨਹੀਂ ਕਰ ਸਕਦੇ ਨਹੀਂ ਕੋਈ ਹੈਗਾ ਹੋਰ ਵੀ ਇਸ ਚੀਜ਼ ਤੋਂ ਬਾਹਰ ਨਿਕਲਣ ਦਾ ਨਹੀਂ ਹੋਰ ਕੋਈ ਤਰੀਕਾ ਨਹੀਂ ਜੇ ਆਪਣੀ ਪੇਮੈਂਟ ਵੱਧ ਗਈ ਆ ਤੇ ਆਪਾਂ ਨੂੰ ਪੇਮੈਂਟ ਕਰਨੀ ਹੀ ਪੈਣੀ ਆ ਸੋ ਦੇਖੋ ਇਹਦੇ ਵਿੱਚ ਨਾ ਮਾਰਗੇਜ ਲੈਣ ਲੱਗੇ ਆਪਾਂ ਨੂੰ ਕੁਝ ਕਿਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਆ ਤੁਹਾਡੀ ਮਾਰਗੇਜ ਕਿਦਾਂ ਦੀ ਆ ਫਿਕਸਡ ਵੇਰੀਏਬਲ ਆ ਜਾਂ ਜਾਨੀ ਕਿ ਓਪਨ ਵੇਰੀਏਬਲ ਆ ਕਿ ਲੌਕਡ ਵੇਰੀਏ ਸਾਡੇ ਲੋਕੀ ਕਹਿੰਦੇ ਸਾਡੀ ਮਾਰਗੇਜ ਲੌਕਡ ਆ ਉਹ ਅਸੀਂ ਬਾਅਦ ਚ ਦੇਖੀਦਾ ਨਹੀਂ ਤਾਂ ਜੀ ਲੌਗਡ ਵੇਰੀਏਬਲ ਆ ਲੌਗਡ ਵੇਰੀਏਬਲ ਕੀ ਹੁੰਦਾ ਲੈਟਸ ਸੇ ਕਿ ਤੁਹਾਡੀ 5000 ਰਮੋਡ ਦੇ ਜਾਂਦੀ ਆ ਜਿਹਦੇ ਵਿੱਚੋਂ 2000 ਵਿਆਜ ਜਾਂੜਿਆ 3000 ਤੁਹਾਡਾ ਪ੍ਰਿੰਸੀਪਲ ਜਾਂੜਿਆ ਇੰਟਰਸਟ ਰੇਟ ਵਧ ਗਏ ਉਹਦੇ ਵਿੱਚ ਕੀ ਹੋਣ ਲੱਗ ਗਿਆ ਕਿ ਤੁਹਾਡਾ ਜਿਹੜਾ ਪ੍ਰਿੰਸੀਪਲ ਅਮਾਉਂਟ ਆ ਘਟਣਾ ਸ਼ੁਰੂ ਹੋ ਗਿਆ 5000 ਦੇ ਵਿੱਚੋਂ ਤੁਹਾਡਾ 3000 ਵਿਆਜ ਜਾਂਣ ਲੱਗ ਗਿਆ 2000 ਪ੍ਰਿੰਸੀਪਲ ਆ ਗਿਆ 1 ਪੁਆਇੰਟ ਇਦਾਂ ਨਾ ਆਉਂਦਾ ਆ ਜਦੋਂ ਤੁਹਾਡਾ 5000 ਵਿਆਜ ਵੀ ਨਹੀਂ ਕਵਰ ਕਰਦਾ ਉਹ ਉਹਨੂੰ ਕਹਿੰਦੇ ਟ੍ਰਿਗਰ ਪੁਆਇੰਟ ਫਾਰ ਐਗਜ਼ਾਮਪਲ ਕਿ ਜੇ ਤੁਹਾਡੀ 5000 ਪੇਮੈਂਟ ਜਾਂ ਪੇਮੈਂਟ ਜਾਂਦੀ ਆ ਤੇ 5100 ਡਾਲਰ ਜਿਹੜਾ ਵਿਆਜ ਜਾਣ ਲੱਗ ਗਿਆ ਫਿਰ ਤੁਹਾਨੂੰ ਬੈਂਕ ਕੰਟੈਕਟ ਕਰਦੇ ਆ ਦੇ ਗਿਵ ਯੂ ਫਿਊ ਆਪਸ਼ਨਸ ਉਹ ਕਹਿੰਦੇ ਆ ਜੀ ਤੁਸੀਂ ਆਪਣੀ ਪੇਮੈਂਟ ਵਧਾ ਲਓ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਤੁਸੀਂ ਸਾਨੂੰ ਲਮਸਮ ਇੰਨੀ ਪੇਮੈਂਟ ਕਰ ਦਿਓ ਸੋ ਜੋ ਵੀ ਆਪਸ਼ਨਸ ਤੁਹਾਡੇ ਵਾਸਤੇ ਬੈਸਟ ਹੋ ਤੁਸੀਂ ਚੂਜ਼ ਕਰ ਸਕਦੇ ਹੋ ਦੂਸਰੀ ਹੁੰਦੀ ਆ ਓਪਨ ਵੇਰੀਏਬਲ ਓਪਨ ਵੇਰੀਏਬਲ ਫਾਰ ਇਕਜ਼ਾਮਪਲ ਇੰਟਰਸਟ ਰੇਟ ਉੱਪਰ ਚੱਲਿਆ ਗਿਆ ਜੇ ਅੱਜ ਤੁਹਾਡੀ ਪੇਮੈਂਟ 3000 ਆ ਇੰਟਰਸਟ ਰੇਟ ਵਧਿਆ ਹੋ ਸਕਦਾ ਅਗਲੇ ਸਾਲ 3200 ਹੋ ਜੇ 3500 ਹੋ ਜੇ ਤਾਂ ਤੀਸਰੀ ਹੁੰਦੀ ਆ ਆਪਣੀ ਫਿਕਸਡ ਮਾਰਗੇਜ ਸੋ ਫਿਕਸਡ ਮਾਰਗੇਜ ਹੁੰਦੀ ਆ 1 ਸਾਲ ਦੀ ਵੀ ਲੈ ਸਕਦੇ ਹੋ 2 ਦੀ ਵੀ 3 ਦੀ ਵੀ 5 ਦੀ ਵੀ ਸੋ ਜਿਹੜੀ ਫਿਕਸਡ ਆ ਉਹ ਫਿਕਸਡ ਹੀ ਰਹਿਣੀ ਆ ਜੋ ਤੁਹਾਡੀ ਕਿਸ਼ਤ ਜਾਂਦੀ ਇੰਟਰਸਟ ਵਧ ਜੇ ਘਟ ਜੇ ਉਹ ਜਿੰਨੇ ਚਿਰ ਵਾਸਤੇ ਲੌਕਡਾ ਮਾਰਗੇਜ ਉਹਦੇ ਨਾਲ ਤੁਹਾਨੂੰ ਕੋਈ ਇੰਪੈਕਟ ਨਹੀਂ ਪੈਂਦਾ ਤੇ ਹੁਣ ਜਿੱਦਾਂ ਦੀ ਮਾਰਕੀਟ ਕੰਡੀਸ਼ਨ ਬਣੀ ਹੋਈ ਆ ਹੁਣ ਕਿਹੜੇ ਟਾਈਪ ਦੀ ਲੈਣ ਦਾ ਫਾਇਦਾ ਜੇ ਤੁਸੀਂ ਹੁਣ ਪ੍ਰਾਪਰਟੀ ਬਾਏ ਕਰਦੇ ਹੋ ਰਾਈਟ ਨਾਓ ਇਟਸ ਨਾਟ ਅ ਫਾਈਨੈਂਸ਼ੀਅਲ ਐਡਵਾਈਸ ਬਟ ਜੇ ਮੈਂ ਪਰਸਨਲੀ ਪ੍ਰਾਪਰਟੀ ਇਸ ਸਮੇਂ ਬਾਏ ਕਰੂੰਗਾ ਮੈਂ ਓਪਨ ਰੱਖੂਗਾ ਉਹਦਾ ਰੀਜ਼ਨ ਇਹ ਆ ਕਿ ਓਪਨ ਵਰੀਏਬਲ ਹਾਂਜੀ ਓਪਨ ਓਪਨ ਜਾਂ ক্লোਜ਼ਡ ਵੇਰੀਏਬਲ ਵੀ ਰੱਖ ਸਕਦੇ ਆ ਓਪਨ ਵੇਰੀਏਬਲ ਵੀ ਪਰ ਮੈਂ ਕਦੀ ਲਾਕ ਮਾਰਗੇਜ ਨਹੀਂ ਕਰਾਉਂਗਾ ਫਿਕਸਡ ਨਹੀਂ ਕਰਾਉਂਗਾ ਖਾਸ ਕਰਕੇ 3 ਸਾਲ ਦੀ 5 ਸਾਲ ਦੀ ਕਿਉਂਕਿ ਹੁਣ ਜੇ ਆਲਰੇਡੀ ਇਹਨੇ ਆਪਣੇ ਹਨਾ ਹਾਂਜੀ ਤੇ ਹੋ ਸਕਦਾ ਹੈ ਕਿ ਸਾਲ ਬਾਅਦ 2 ਸਾਲਾਂ ਬਾਅਦ ਜਿਹੜੇ ਇੰਟਰਸਟ ਰੇਟ ਨੇ ਉਹ ਥੱਲੇ ਆਉਣੇ ਸ਼ੁਰੂ ਹੋ ਜਾਣ ਮੈਂ 5 ਸਾਲ ਦੀ ਲਾਕ ਕਰਾਈ ਹੋਵੇ ਮੈਂ ਨੁਕਸਾਨ ਦੇ ਵਿੱਚ ਜਾ ਸਕਦਾ ਹਾਂ ਸੋ ਮੇਰੇ ਵਾਸਤੇ ਜੇ ਮੈਂ ਪਰਸਨਲ ਆਪਣੇ ਵਾਸਤੇ ਪ੍ਰਾਪਰਟੀ ਖਰੀਦਦਾ ਇਹਨੂੰ ਮੈਂ ਵੇਰੀਏਬਲ ਰੱਖੂੰਗਾ ਹਾਂਜੀ ਲੈਟਸ ਟਾਕ ਅਬਾਊਟ ਇਕਨੋਮੀ ਹਾਂਜੀ ਅ ਅਸੀਂ ਬਹੁਤ ਗੱਲ ਕੀਤੀ ਸਟਾਰਟਿੰਗ 'ਚ ਆਪਾਂ ਗੱਲ ਕਰ ਰਹੇ ਸੀ ਇਹ ਬਹੁਤ ਜ਼ਿਆਦਾ ਇਕਨੋਮੀ ਬਾਰੇ ਕੀ ਹੁਣ ਇਨਫਲੇਸ਼ਨ ਹੈਗੀ ਆ ਤੇ ਕਿਸ ਤਰੀਕੇ ਦੀ ਇਨਫਲੇਸ਼ਨ ਹੈਗੀ ਆ ਇਸ ਟਾਈਮ ਤੇ ਕੈਰ ਗਵਰਨਮੈਂਟ ਦਾ ਕਹਿ ਨਹੀਂ ਹੈਗੀ ਗਵਰਨਮੈਂਟ ਦਾ ਡਿਨਾਈ ਕਰਦੀ ਹੈ ਕਾਈਂਡ ਆਫ ਇਹਨਾਂ ਡਾਟਾ ਜਿਹੜਾ ਜੇ ਨਾ ਆਪਾਂ 올ਡ ਸਟਾਈਲ ਦੇ ਨਾਲ ਇਨਫਲੇਸ਼ਨ ਦਾ ਡਾਟਾ ਕੈਲਕੂਲੇਟ ਕਰੀਏ ਫਿਰ ਇਨਫਲੇਸ਼ਨ ਡਬਲ ਡਿਜੀਟ ਦੇ ਵਿੱਚ ਹੈਗੀ ਹੈ ਸਮੇਂ ਹਮਮ ਤੇ ਜੇ ਇਹ ਹੁਣ ਕੀ ਕਰਨ ਦਾ ਆ ਲੈਟਸ ਸੇ ਕਿ ਇੱਕ ਕਿਊ ਦਾ ਡੱਬਾ ਆ ਕਿਊ ਆ ਉਹ ਚਾਰ ਕੰਪਨੀਆਂ ਕਿਊ ਵੇਚਦੀਆਂ ਆ ਸਾਰਿਆਂ ਦਾ ਪ੍ਰਾਈਸ 10 10 ਡਾਲਰ ਸੀਗਾ ਇੱਕ ਕੰਪਨੀ ਨੇ ਕਿਹਾ ਦਾ ਪ੍ਰਾਈਸ ਕਰਤਾ 15 ਡਾਲਰ ਦੂਜੀ ਨੇ ਕਰਤਾ 14 ਤੀਜੀ ਨੇ ਕਰਤਾ 13 ਜਿਹੜੀ ਇੱਕ ਲਾਸਟ ਕੰਪਨੀ ਸੀ ਉਹਨੇ ਕੀਤਾ 10 ਡਾਲਰ 50 ਸੈਂਟ ਸੋ ਉਹਨਾਂ ਨੇ ਕੀ ਕੰਪੇਅਰ ਕਰਨਾ ਕਿ ਦੇਖੋ ਸਿਰਫ 50 ਸੈਂਟੀ ਵਧੇ ਆ ਸੋ ਅਗਲੇ ਕੁਆਟਰ ਦੇ ਵਿੱਚ ਕੀ ਕੀਤਾ ਜਿਨੇ 10 ਡਾਲਰ ਤੇ ਸਿਰਫ 50 ਸੈਂਟ ਵਧਾਏ ਸੀ ਉਹਨੇ 6 ਡਾਲਰ ਵਧਾ ਲੈਣੇ ਆ ਜਿਨੇ 15 ਡਾਲਰ ਦਾ ਕੀਤਾ ਸੀ ਉਹਨੇ ਉਹਨੇ 1 ਡਾਲਰ ਵਧਾ ਲੈਣਾ 16 ਡਾਲਰ ਹੋ ਗਿਆ ਫਿਰ ਗਵਰਨਮੈਂਟ ਨੇ ਕਿਹਾ ਉਹ ਦੇਖੋ ਸਿਰਫ 1 ਡਾਲਰ ਹੀ ਵਧਿਆ ਸੋ ਇਸ ਤਰੀਕੇ ਦੇ ਨਾਲ ਪਿੱਛੋਂ ਤੱਕ ਤਾਂ ਇੰਨਾ ਵਧ ਗਿਆ ਨਾ ਸੋ ਇਸ ਤਰੀਕੇ ਨਾਲ ਡੇਟਾ ਜਿਹੜਾ ਉਹ ਮੈਨੀਪੂਲੇਟ ਕੀਤਾ ਜਾ ਰਿਹਾ ਵਾ ਤੇ ਮੈਂ ਆਲਵੇਸ ਇੱਕ ਐਗਜ਼ਾਮਪਲ ਦੇਣਾ ਨਾ ਛੇਰ ਆਟਾ ਛੇਰ ਆਟਾ ਜੀ ਇੱਕ 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 ਬੜੀ ਕਾਮਨ ਚੀਜ਼ ਆ ਆਪਾਂ ਸਾਰੇ ਖਾਂਦੇ ਹਾਂ ਨਾ ਭਾਈ ਨਾ ਮੈਂ ਗੱਲ ਕੀਤੀ ਉਹਨੂੰ ਕਹੋਂ ਸ਼ੇਰ ਨਹੀਂ ਹੁਣ ਤਾਂ ਸ਼ੇਰ ਡਰਾਉਂਦਾ ਹੈ ਤੇ ਉਹ ਕਹਿੰਦੇ ਉਹ 9.9 ਡਾਲਰ ਦਾ ਆਮ ਬੈਗ ਆ ਜਾਂਦਾ ਸੀ ਸਹੀ ਗੱਲ ਇਸ ਸਮੇਂ ਆਈ ਥਿੰਕ ਸੋ 20 20 ਪਲੱਸ ਆ 20 ਪਲੱਸ 20 22 23 ਇੰਨਾ ਵਿੱਚ ਚੱਲਦਾ ਸੋ ਉਹ ਦੇਖੋ ਕਿ 100% ਤੋਂ ਵੀ ਜ਼ਿਆਦਾ ਇਨਕਰੀਜ਼ ਆ ਪ੍ਰਾਈਸ ਦੇ ਵਿੱਚ 2019 ਤੋਂ ਮੋਰ ਦੈਨ ਵੀ ਕੈਨ ਸੀ ਸ਼ੇਰ ਤਗੜਾ ਹੋ ਗਿਆ ਹੁਣ ਸ਼ੇਰ ਜ਼ਿਆਦਾ ਤਗੜਾ ਹੋ ਗਿਆ ਤੇ ਹੁਣ ਉਹ ਵੀ ਦੇਖੋ ਕਿ ਇਹਨਾਂ ਨੇ ਕੀ ਕਰਨਾ ਹੈ ਕਿ ਉਸ ਉਸ ਬ੍ਰਾਂਡ ਨੂੰ ਇਹਨਾਂ ਨੇ ਨਹੀਂ ਕਾਊਂਟ ਕਰਨਾ ਉਹਨਾਂ ਨੇ ਕੋਈ ਹੋਰ ਬ੍ਰਾਂਡ ਦੇਖਣਾ ਹੈ ਕਿ ਜਿਹਦਾ ਲੈਟਸ ਸੇ ਕਿ ਉਦੋਂ ਪਹਿਲਾਂ ਹੀ ਪ੍ਰਾਈਸ 20 ਡਾਲਰ ਸੀਗਾ ਅੱਜ ਉਹਦਾ ਪ੍ਰਾਈਸ 22 ਡਾਲਰ ਹੋ ਗਿਆ ਉਹਨਾਂ ਕਹਿੰਦਾ ਨਹੀਂ ਤੂੰ ਵੈਜੀਟੇਬਲਸ ਵਗੈਰਾ ਲਾ ਲੈਣਗੇ ਜਾਂ ਕੁਝ ਹਾਂ ਕੁਝ ਵੀ ਸੋ ਉਹ ਆਲਵੇਸ ਉਸ ਚੀਜ਼ ਨੂੰ ਪਿਕ ਕਰਦੇ ਆ ਜਿਹਦਾ ਪ੍ਰਾਈਸ ਸਭ ਤੋਂ ਘੱਟ ਵਧਿਆ ਹੁੰਦਾ ਵਾ ਉਹ ਇਦਾਂ ਨਹੀਂ ਦੇਖਦੇ ਕਿ ਓਵਰ ਆਲ ਜਿਹੜੀ ਮਾਰਕੀਟ ਆ ਕਿਸ ਤਰੀਕੇ ਦੇ ਨਾਲ ਚੱਲਣ ਦੀ ਆ ਜੋ ਕਿ ਇੱਕ ਬੜਾ ਇਹ ਨਵਾਂ ਤਰੀਕਾ ਇਨਫਲੇਸ਼ਨ ਨੂੰ ਕੈਲਕੂਲੇਟ ਕਰਨ ਦਾ ਤੇ ਇੱਕ ਤਰੀਕੇ ਦਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕਿ ਦੇਖੋ ਜੀ ਸਾਰਾ ਕੁਝ ਕੰਟਰੋਲ ਦੇ ਵਿੱਚ ਆ ਆਹ 인ਫਲੇਸ਼ਨ ਥੱਲੇ ਆ ਗਈ ਆ ਤੇ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ ਜੇ ਦੇਖੋ ਇਕਨੋਮੀ ਸਾਡੀ ਇੰਨੀ ਵਧੀਆ ਚੱਲਦੀ ਹੁੰਦੀ ਆ ਜਿਹੜੇ ਆ 40 40 ਹਜ਼ਾਰ ਮੂਰਨੇ ਸੀਗੇ ਅੱਜ ਹੀ ਸਟੇਟਮੈਂਟ ਆਈ ਆ ਕਿ ਅਸੀਂ 1 ਸਾਲ ਵਾਸਤੇ ਐਕਸਟੈਂਡ ਕਰ ਦਿੱਤਾ ਆ ਹੂੰ ਪਤਾ ਗਵਰਨਮੈਂਟ ਨੂੰ ਵੀ ਹੈਗਾ ਕਿ ਬੈਕ ਐਂਡ ਤੇ ਅਸਲ ਸਿਚੁਏਸ਼ਨ ਲੋਕਾਂ ਦੀ ਕੀ ਹੈਗੀ ਆ ਪੇ ਨਹੀਂ ਹੋਣੇ ਲੋਕਾਂ ਤੋਂ ਡਿਫਾਲਟ ਹੋ ਜਾਣਗੇ ਤੇ ਉਹਦਾ ਕਰਕੇ ਗਵਰਨਮੈਂਟ ਨੇ ਇਹ ਡਿਸੀਜਨ ਲਿਆ ਕਿ ਅਸੀਂ 1 ਸਾਲ ਹੋਰ ਦਿੰਨੇ ਆ ਤੇ ਜੇ ਜਿਸ ਤਰੀਕੇ ਨਾਲ ਗਵਰਨਮੈਂਟ ਕਹਿੰਦੀ ਕਿ ਨਹੀਂ ਇਕਨੋਮੀ ਵਧੀਆ ਇਨਫਲੇਸ਼ਨ ਕੰਟਰੋਲ ਦੇ ਵਿੱਚ ਹੈਗੀ ਐ एवरीथिंग ਇਜ਼ ਓਕੇ ਤਾਂ ਫਿਰ ਇਹਨਾਂ ਨੇ 1 ਸਾਲ ਕਿਉਂ ਐਕਸਟੈਂਡ ਕੀਤਾ ਹੁਣ ਦੇਖੋ ਗਵਰਨਮੈਂਟ ਦੀਆਂ ਸਟੇਟਮੈਂਟਾਂ ਹੀ ਕਾਊਂਟਰ ਆਪਸ ਦੇ ਵਿੱਚ ਨਹੀਂ ਰਲਣ ਦਈਆਂ ਇੱਕ ਬੰਦੇ ਤੇ ਕਹਿੰਦੇ ਜੀ ਸਾਰਾ ਕੁਝ ਵਧੀਆ ਆ ਤੇ ਦੂਸਰੇ ਪੰਨੇ ਲੋਕਾਂ ਨੂੰ ਜਿਹੜਾ ਕਰਜ਼ਾ ਦਿੱਤਾ ਉਹ ਰਿਲੀਫ ਦੇਈ ਜਾਂਦੇ ਆ ਤੇ ਪਲੱਸ ਕਾਫੀ ਬਿਜ਼ਨੈਸਸ ਨੇ ਮੈਨੂੰ ਕੰਟੈਕਟ ਕੀਤਾ ਵਾ ਆ ਮਹੀਨੇ ਦੇ ਵਿੱਚ ਕਹਿੰਦੇ ਭਾਜੀ ਕੋਈ ਨਾ ਕੋਈ ਬਿਜ਼ਨਸ ਲੋਨ ਦਵਾ ਦਿ ਪੁੱਛਿਆ ਰੀਜ਼ਨ ਕਿ ਯਾਰ ਕੰਮ ਵਧੀਆ ਚੱਲਣ ਦੇ ਤਾਂ ਡਾ ਹੂੰ ਹੂੰ ਕਹਿੰਦੇ ਪਾਜੀ ਐਚਐਸਟੀ ਮੁੜ ਕੇ ਆਉਣੀ ਆ ਕਿਸੇ ਦੀ 2 ਲੱਖ ਅੜੀ ਹੋਈ ਆ ਕਿਸੇ ਦੀ 5 ਲੱਖ ਅੜੀ ਆ ਕਹਿੰਦਾ ਗਵਰਨਮੈਂਟ ਪੈਸਾ ਹੀ ਨਹੀਂ ਦੇਣ ਢਈ ਸੰ ਜਿਹੜੀ ਗਵਰਨਮੈਂਟ ਤੋਂ ਐਚਐਸਟੀ ਵਾਪਸ ਆਉਂਦੀ ਆ ਬਿਜ਼ਨਸਿਸ ਨੂੰ ਉਹ ਵਾਪਸ ਹੀ ਨਹੀਂ ਆਈ ਕਈਆਂ ਦੀ ਕਈ ਕਈ ਕੁਆਟਰ ਦੀ ਅੜੀ ਹੋਈ ਆ ਵਾਓ ਤੇ ਇਹਦਾ ਕੀ ਮਤਲਬ ਕੱਟ ਸਕਦੇ ਆਪਾਂ ਕਿ ਸਰਕਾਰ ਕੋ ਪੈਸਾ ਨਹੀਂਗਾ ਇਸ ਸਮੇਂ ਤੇ ਫਿਰ ਸਰਕਾਰ ਝੂਠ ਕਿਉਂ ਬੋਲ ਰਹੀ ਹੈ ਕਿਉਂ ਲਾਈਕ ਮੈਨੀਪੂਲੇਟ ਕਰ ਰਹੀ ਹੈ ਸਾਰੇ ਰਿਪੋਰਟਸ ਤੇ ਲਾਈਕ ਵੋਟਾਂ ਕਰਕੇ ਮੈਂ ਵੀ ਨੇ ਇਹ ਸਿਰਫ ਵੋਟਾਂ ਕਰਕੇ ਨਹੀਂ ਹੁੰਦਾ ਹਾਂ ਇੱਕ ਇੱਕ ਕਾਰਨ ਹੈਗਾ ਦੇਖੋ ਹਰੇਕ ਸਰਕਾਰ ਨੂੰ ਹੁੰਦਾ ਕਿ ਅਗਲੀ ਵਾਲੀ ਗਵਰਨਮੈਂਟ ਮੇਰੀ ਬਣੇ ਪਰ ਉਹ ਪੈਨਿਕ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਜੇ ਪੈਨਿਕ ਕ੍ਰੀਏਟ ਕਰਤਾ ਜਿਹੜਾ ਸਾਰਾ ਇਹਨਾਂ ਨੇ ਸਿਸਟਮ ਕ੍ਰੀਏਟ ਕੀਤਾ ਆ ਇਹ ਕੋਲੈਪਸ ਕਰ ਜਾਊਗਾ ਲੋਕੀ ਡਰ ਗਏ ਪੈਨਿਕ ਹੋ ਗਿਆ ਨਾ ਇੱਕੋ ਦਮ ਡਰ ਗਏ ਫੋਰ ਹੁਣ ਦੇਖੋ ਜੇ ਹਰੇਕ ਬੰਦਾ ਹੀ ਕਵੇ ਕਿ ਮੈਂ ਨਹੀਂ ਕਰਦੀ ਪੇਮੈਂਟ ਕਰਦਾ ਬੈਂਕ ਨੂੰ ਕਵੇ ਘਰ ਲੈ ਜੋ ਬੈਂਕਾਂ ਇੰਨੇ ਘਰਾਂ ਦੇ ਕੀ ਕਰਨਗੀਆਂ ਹੁਣ ਉਹ ਬੈਂਕਾਂ ਨੇ ਵੀ ਕਿਤਨੇ ਕਿਤੋਂ ਪੈਸਾ ਕਮਾਉਣਾ ਆ ਹੁਣ ਦੇਖੋ ਗਵਰਨਮੈਂਟ ਨੇ ਇਹ ਵੀ ਕਹਿ ਦਿੱਤਾ ਆ ਕਿ ਜੇ ਕਿਸੇ ਦੀ ਐਮੋਰਟਾਈਜੇਸ਼ਨ 90 ਸਾਲ ਦੀ ਵੀ ਹੁੰਦੀ ਆ ਵਾਓ 90 ਸਾਲ ਦੀ ਮੈਕਸਿਮਮ ਐਮੋਰਟਾਈਜੇਸ਼ਨ ਮਾਰਗੇਜਸ ਦੀ ਹੋ ਚੁੱਕੀ ਆ ਆਪਣੀ ਕੰਟਰੀ ਦੇ ਵਿੱਚ ਕਿ ਪਹਿਲਾਂ ਲੋਕੀ ਜਾਣ ਲੱਗੇ ਆਪਣੇ ਬੱਚਿਆਂ ਨੂੰ ਸੋ ਉਹ ਤਾਂ ਲਿਟਰਲੀ ਤੁਹਾਡਾ ਕਰ ਰਹੇ ਹੁਣ ਐ ਨਹੀਂ ਸਾਰੀ ਉਮਰ ਹੀ ਬੱਚਿਆਂ ਨੂੰ ਕਰਜ਼ਾ ਦੇ ਕੇ ਜਾਵਾਂਗੇ ਆਪਾਂ ਅੱਗੇ ਜਨ ਜਨਰੇਸ਼ਨਲ ਮਾਰਗੇਜਸ ਕਹਿੰਦੇ ਆ ਇਹਨਾਂ ਨੂੰ ਕਿ ਤੁਹਾਡੀ ਜਿਹੜੀ ਮਾਰਗੇਜ ਆ ਅੱਗੇ ਜਨਰੇਸ਼ਨ ਨੂੰ ਪਾਸ ਔਨ ਹੋ ਜੂਗੀ ਇਸ ਤਰੀਕੇ ਦੇ ਸਿਨੈਰੀਓ ਦੇ ਵਿੱਚ 90 90 ਸਾਲ ਦੀਆਂ ਮਾਰਗੇਜਸ ਹੁੰਦੀਆਂ ਆ ਤੇਰੇ ਤੋਂ ਰੈਂਟ ਤੇ ਲੈ ਲਉ ਦੱਸ ਇਹ ਤਾਂ ਇੰਡੀਆ ਤੋਂ ਵੀ ਹੋ ਗਿਆ ਕਿ ਇੰਡੀਆ ਆਪਾਂ 99 ਇਅਰਸ ਦੀ ਲੀਜ਼ ਤੇ ਲਿਆ ਸੀਗਾ ਤੇ ਉਹਦਾ ਭੁਗਤਾਨ ਲੈ ਲਉ ਕਿ ਯਾਰ ਤੁਸੀਂ ਇੰਡੀਆ ਕਵਰ ਕੀਤਾ ਮੈਂ ਇੱਕ ਐਗਜ਼ਾਮਪਲ ਦੇਣੀ ਆ ਕਈ ਲੋਕੀ ਕਹਿੰਦੇ ਆ ਕਿ ਪ੍ਰਾਪਰਟੀ ਦੇ ਪ੍ਰਾਈਸਸ ਹਮੇਸ਼ਾ ਉੱਪਰ ਜਾਂਦੇ ਆ ਜੋ ਕਿ ਬਹੁਤ ਗਲਤ ਗੱਲ ਆ ਬੈਸਟ ਐਗਜ਼ਾਮਪਲ ਦਿੰਦਾ ਆ ਆਪਾਂ ਪਿੰਡਾਂ ਵਾਲੇ ਆ ਤੇ ਆਪਾਂ 4-5 ਚ ਵੇਖਿਆ ਸੀ ਪੈਲੀਆਂ ਦੀਆਂ ਕੀਮਤਾਂ ਕਿੰਨੀਆਂ ਵਧ ਗਈਆਂ ਸੀਗੀਆਂ ਈਵਨ ਕਿ ਜਿਹੜੀ ਆਮ ਐਗਰੀਕਲਚਰ ਲੈਂਡ ਸੀ ਉਹਦੀ ਵੀ ਕੀਮਤ 40-50 ਲੱਖ ਹੋ ਗਈ ਸੀਗੀ ਅੱਜ ਵੀ ਜੇ ਪੰਜਾਬ ਦੇ ਵਿੱਚ ਜੇ ਅੱਜ ਅਹੀਂ ਪੈੜੀ ਲੈਣੀ ਓਹੀ ਪੈੜੀ ਜਿਹੜੀ 2004-5 ਦੇ ਵਿੱਚ 40-50 ਲੱਖ ਦੀ ਸੀ 15-20 ਦੀ ਮੈਂ ਲਈ ਆ। ਸੋ ਇਹ ਦੇਖੋ ਕਿ ਇੰਡੀਆ ਦੇ ਵਿੱਚ ਜਿਹੜੇ 2005-6 ਵਾਲੇ ਪ੍ਰਾਈਸਿਸ ਸੀਗੇ ਅੱਜ ਤੱਕ ਵਾਪਸ ਨਹੀਂ ਆਏ। 20 ਸਾਲ ਹੋ ਗਏ ਆ। ਸੋ ਹੋ ਸਕਦਾ ਆ ਜਿਹੜੇ ਅਸੀਂ ਪੀਕ ਪ੍ਰਾਈਸਿਸ 2021-2022 ਦੇ ਵਿੱਚ ਦੇਖੇ ਆ ਅਗਲੇ 10 ਸਾਲ ਸਾਨੂੰ ਕੈਨੇਡਾ ਦੇ ਵਿੱਚ ਨਾ ਦੇਖਣ ਨੂੰ ਮਿਲਣ। ਤੇ ਮੇਰੇ ਫਰੈਂਡ ਨੇ ਘਰ ਲਿਆ ਸੀਗਾ 13 ਲੱਖ ਦਾ। ਆ ਸੇਮ ਕਾਰ ਉਹਦੀ ਸਟਰੀਟ ਤੇ ਅੱਜ 85 ਦਾ سیل ਤੇ ਲੱਗਾ ਵਾਓ ਕਿੰਨਾ ਟਾਈਮ ਹੋ ਗਿਆ ਉਹਨੂੰ ਲੈਣ ਨੂੰ ਸਾਲ ਉਹਨੇ ਹੁਣ ਜਦੋਂ ਮੰਨ ਲਓ ਉਹਦਾ 2 ਸਾਲ 3 ਸਾਲ ਬਾਅਦ ਜੋ ਰੀਫਾਈਨਾਂਸ ਹੋਣਾ ਹੋਗਾ ਚੱਕਰ ਨਹੀਂ ਪਊਗਾ ਪਾਊਗਾ ਕਿਉਂ ਨਹੀਂ ਪੈਣਾ ਡੈਫੀਨਿਟਲੀ ਹੁਣ ਪ੍ਰੋਬਲਮ ਆਊਗੀ ਸੋ ਦੋ ਚੀਜ਼ਾਂ ਨੇ ਜੇ ਉਹ ਇੰਸਟੀਟਿਊਸ਼ਨ ਚੇਂਜ ਕਰਦਾ ਆਪਣਾ ਲੈਟਸ ਸੇ ਕਿ ਇੱਕ ਬੈਂਕ ਤੋਂ ਦੂਜੀ ਬੈਂਕ ਤੇ ਜਾਂਦਾ ਆ ਤੇ ਉਹਨੂੰ ਹੋ ਸਕਦਾ ਡਾਊਨ ਪੇਮੈਂਟ ਪਾਉਣੀ ਪਵੇ ਆਪਣੀ ਮਾਰਗੇਜ ਕਰਾਉਣ ਵਾਸਤੇ ਤੇ ਜੇ ਉਹ ਉਸੇ ਬੈਂਕ ਦੇ ਨਾਲ ਰਹਿੰਦਾ ਆ ਫਿਰ ਉਹਨੂੰ ਟਰਮਸ ਐਂਡ ਕੰਡੀਸ਼ਨਸ ਜੋ ਬੈਂਕ ਦੀਆਂ ਸ਼ਰਤਾਂ ਹੋਣੀਆਂ ਸਾਰਗ ਮੰਨਣੀਆਂ ਪੈਣਗੀਆਂ ਨਲਫਸਿਆ ਹੀ ਹੈ ਫਸਿਆ ਹੀ ਹੈ ਹਰ ਹਰ ਤਰੀਕੇ ਬੰਦਾ ਫਸਿਆ ਹੈ ਤਾਂ ਭਾਜੀ ਬਹੁਤ ਸੀਰੀਅਸ ਸਵਾਲ ਹੈ ਬੰਦਾ ਹੋਣ ਇੱਕ ਆਈਲੈਂਡ ਬਾਏ ਕਰੇ ਜਾਂ ਇੱਕ ਕਾਰ ਬਾਏ ਕਰੇ 90 ਸਾਲ ਦੀ ਲਿਸਟ ਕੰਟਰੀ ਬਾਏ ਕਰ ਲੇ ਜਾਂ ਕਾਰ ਬਾਏ ਕਰ ਲੇ ਜਿਸ ਦਾ ਉਹਨਾਂ 90 ਸਾਲ 80 ਸਾਲ 50 ਸਾਲ 25 30 ਸਾਲ ਚੱਲ ਰਿਹਾ ਕੀ ਕਰਨਾ ਚਾਹੀਦਾ ਇਹ ਤਾਂ ਯਾਰ ਦੇਖੋ ਆਪਾਂ ਨੂੰ ਵੇਖਣਾ ਚਾਹੀਦਾ ਹੈ ਕਿ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਆ ਕਿਸੇ ਵੀ ਸੇਲਸ ਪਰਸਨ ਦੇ ਕੋ ਮਾਰਗੇਜ ਵੀ ਸੇਲਸ ਦਾ ਬਿਜ਼ਨਸ ਆ ਰੀਅਲ ਏਸਟੇਟ ਵਿੱਚ ਸੇਲਸ ਦਾ ਬਿਜ਼ਨਸ ਹੈ ਸਾਨੂੰ ਕਿਸੇ ਤੀਜੇ ਬੰਦੇ ਦੇ ਆਪਾਂ ਕਹਿ ਲઈએ ਇਨਫਲੂਐਂਸ ਦੇ ਵਿੱਚ ਆ ਕੇ ਆਪਣੇ ਫਾਈਨੈਂਸ਼ੀਅਲ ਡਿਸੀਜਨਸ ਨਹੀਂ ਲੈਣੇ ਚਾਹੀਦੇ ਸਾਨੂੰ ਆਪਣੇ ਫਾਈਨੈਂਸ ਆਪ ਦੇਖਣੇ ਚਾਹੀਦੇ ਕਿ ਸਾਡਾ ਖਰਚਾ ਕਿੰਨਾ ਸਾਡੀ ਇਨਕਮ ਕਿੰਨੀ ਆ ਤੇ ਇੱਕ ਗੱਲ ਸਾਨੂੰ ਹੋਰ ਸਮਝ ਲੈਣੀ ਚਾਹੀਦੀ ਹੈ ਕਿ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆਈ ਕੋਵਿਡ ਦੇ ਵਿੱਚ ਰੀਅਲ ਏਸਟੇਟ ਏਜੰਟਸ ਨੇ ਕੀ ਕਿਹਾ ਕਿ ਦੇਖੋ ਜੇ ਤੁਸੀਂ ਆ ਘਰ 11 ਲੱਖ ਦਾ ਲੈਂਦੇ ਸੀਗੇ ਉਦੋਂ ਇੰਟਰਸਟ ਰੇਟ ਸੀਗਾ 5% ਅੱਜ ਹੈਗਾ 2% ਅੱਜ ਤੁਸੀਂ 14 ਦਾ ਵੀ ਲੈ ਲਓਗੇ ਤਾਂ ਵੀ ਕੋਈ ਚੱਕਰ ਨਹੀਂ ਇਹ ਗੱਲ ਕੈਨੇਡਾ ਦੇ ਵਿੱਚ ਸਰਾਸਰ ਝੂਠ ਆ ਹਾਂ ਅਮਰੀਕਾ ਵਾਸਤੇ ਮੈਂ ਗੱਲ ਕਹਿ ਸਕਦਾ ਠੀਕ ਆ ਉਹਦਾ ਰੀਜ਼ਨ ਕੀ ਆ ਅਮਰੀਕਾ ਦੇ ਵਿੱਚ ਮਾਰਗੇਜ ਹੁੰਦੀ ਆ 30 ਸਾਲ ਦੀ ਲੋਕ ਤੁਸੀਂ ਉੱਥੇ 30 ਸਾਲਾਂ ਵਾਸਤੇ ਲੋਕ ਕਰਵਾ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਸੋ ਫੋਰ ਐਗਜ਼ਾਮਪਲ ਜੇ ਅਮਰੀਕਾ ਦੇ ਵਿੱਚ ਤੁਸੀਂ ਉਹ ਪਹਿਲਾਂ ਘਰ ਤੇ 1 ਲੱਖ ਦਾ ਸੀਗਾ ਤੁਹਾਡਾ ਇੰਟਰਸਟ ਰੇਟ 6% ਸੀਗਾ ਉਹੀ ਘਰ ਤੁਸੀਂ 4.5 ਲੱਖ ਦਾ ਜਾਂ 4 ਲੱਖ ਦਾ ਲੈ ਲਿਆ ਤਾਂ ਅੱਜ ਤੁਹਾਡਾ ਇੰਟਰਸਟ ਰੇਟ 2% ਤੁਸੀਂ 30 ਸਾਲਾਂ ਲਈ ਲੋਕ ਕਰਾ ਲਿਆ 30 ਸਾਲਾਂ ਲਈ ਉਹੀ ਇੰਟਰਸਟ ਰੇਟ ਲੋ ਉਹੀ 30 ਸਾਲਾਂ ਲਈ ਲੋਕ ਉਹੀ ਰਹੂਗਾ ਇਹ ਤਾਂ ਲੋਕਾਂ ਨੇ ਬਹੁਤ ਫਾਇਦਾ ਚ ਤੋ ਅਮਰੀਕਾ ਦੇ ਵਿੱਚ ਇਹ ਚੀਜ਼ ਹੈਗੀ ਆ ਲੋਕੀ ਇਦਾਂ ਕਰਦੇ ਉੱਥੇ ਇੱਥੇ ਮੈਕਸ ਕਿੰਨਾ ਮੈਕਸ 500 ਸੋ ਹੁਣ ਉਹ ਦੇਖੋ ਜਿਨ੍ਹਾਂ ਨੇ 2020 2021 2022 ਦੇ ਵਿੱਚ ਲੋਕ ਮਾਰਗੇਜਸ ਕਰਵਾਈਆਂ ਸੀਗੀਆਂ ਉਹ ਜਦੋਂ ਰੀਨਿਊਵਲ ਆਉਣੀਆਂ ਆ ਉਹਨਾਂ ਦੀ ਪੇਮੈਂਟ 40 ਤੋਂ 60% ਤੱਕ ਉੱਪਰ ਚਲੀ ਜਾਣੀ ਆ ਤੋ ਉਹ ਲੋਕ ਆਪਣਾ ਘਰ ਕਿਦਾਂ ਅਫੋਰਡ ਕਰਨਗੇ ਰਾਈਟ ਆਪਣੀ ਪ੍ਰਾਪਰਟੀ ਕਿਦਾਂ ਸਸਟੇਨ ਕਰਨਗੇ ਹੁਣ ਤੁਸੀਂ ਇਹ ਦੇਖੋ ਕਿ ਜੇ ਕਿਸੇ ਦੀ ਮਾਰਗੇਜ 50% ਵੱਧ ਜਾਂਦੀ ਆ ਇਨਕਮ ਵਧੀ ਕਿਸੇ ਦੀ ਨੋ ਇਨਕਮ ਤਾਂ ਵਧੀ ਨਹੀਂ ਪ੍ਰਾਪਰਟੀ ਟੈਕਸ ਵੀ ਵੱਧ ਗਿਆ ਖਰਚੇ ਵੱਧ ਗਏ ਗਰੋਸਰੀ ਐਕਸਪੈਂਸਿਵ ਹੋ ਗਈ ਗੈਸ ਕਿੰਨੀ ਮਹਿੰਗੀ ਹੋ ਗਈ ਗੈਸ ਆਈ ਰਿਮੈਂਬਰ 90 85 ਮੈਕਸ ਹੁੰਦੀ ਸੀ ਬਿਫੋਰ 2019 ਤੇ ਅਸੀਂ ਲਗਭਗ ਹੁਣ ਡਬਲ ਦੇ ਨੀਅਰ ਬਾਈ ਪਹੁੰਚੇ ਪਏ ਆ ਗੈਸ ਐਕਸਪੈਂਸਿਵ ਆ ਗੱਡੀਆਂ ਐਕਸਪੈਂਸਿਵ ਆ ਹਰ ਇੱਕ ਚੀਜ਼ ਮਹਿੰਗੀ ਹੋ ਗਈ ਆ ਇਨਕਮ ਕਿਸੇ ਦੀ ਨਹੀਂ ਵਧੀ ਹੁਣ ਬੰਦਾ ਗਰੋਸਰੀ ਖਾਣੀ ਨਹੀਂ ਛੱਡ ਸਕਦਾ ਆਪਣੀ ਯੂਟਿਲਿਟੀਆਂ ਦੇਖੋ ਖਾਸ ਕਰਕੇ ਜਦੋਂ ਦਾ ਕਾਰਬਨ ਟੈਕਸ ਲਗਾਇਆ ਗਿਆ ਵਾ ਆ ਤਿੰਨ ਵਾਰੀ ਕਾਰਬਨ ਟੈਕਸ ਇਨਕਰੀਜ਼ ਹੋ ਗਿਆ ਪਲੱਸ ਹੁਣ ਇਹ ਨਵਾਂ ਟੈਕਸ ਲੈ ਕੇ ਆਇਆ ਜਿਹਦਾ ਨਾਮ ਰੱਖਿਆ ਨੇ ਕਲੀਨ એનર્ਜੀ ਟੈਕਸ ਯੇ ਤੇ ਇਹ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਆ ਸਾਨੂੰ ਕਾਰਬਨ ਟੈਕਸ ਦੇ ਉੱਪਰ ਵੀ 13% ਐਚਐਸਟੀ ਪੇ ਕਰਨੀ ਪੈਣੀ ਆ ਕਿ ਪਹਿਲਾਂ ਟੈਕਸ ਭਰੋ ਪਲੱਸ ਇਹਦੇ 13% ਟੈਕਸ ਦੇ ਉੱਪਰ ਟੈਕਸ ਭਰੋ ਨਾਲੇ ਆਪਣਾ ਜਦੋਂ ਆ ਹੁਣ ਕੋਵਿਡਿ ਸ਼ੁਰੂ ਹੋਇਆ ਗਵਰਨਮੈਂਟ ਨੇ ਆਪ ਕਿਹਾ ਸੀ ਵੀ ਇੰਟਰਸਟ ਰੇਟ ਸਟੇਬਲ ਰਹਿਣਗੇ ਕਿੰਨੇ ਸਾਲਾਂ ਲਈ ਹਾਂਜੀ ਇਹਨਾਂ ਨੇ ਦੋ ਸਾਲਾਂ ਦੇ ਅੰਦਰ ਹੀ ਦੇਖ ਲਓ ਕਿੰਨੇ ਹੋਗੇ ਇਹ ਪਤਾ ਕੀ ਹੁੰਦਾ ਵੀਰ ਜੀ ਦੇਖੋ ਗਵਰਨਮੈਂਟ ਨੇ ਉਦੋਂ ਕਹਿ ਦਿੱਤਾ ਤੇ ਆਪਣੇ ਲੋਕਾਂ ਨੇ ਮੰਨ ਲਿਆ ਲੈਟਸ ਸੇ ਕਿ 2024 ਦੇ ਐਂਡ ਤੱਕ ਇਹ ਆ ਸੀਗਾ ਕਿ ਲੋਅ ਰਹਿਣਗੇ ਹੂੰ ਮੈਂ ਮੰਨ ਲਿਆ 2024 ਦੇ ਐਂਡ ਤੱਕ ਲੋਅ ਰਹਿਣਗੇ ਉਹ 2025 ਦੇ ਮਿਡਲ ਚ ਆ ਕੇ ਇਨਕਰੀਜ਼ ਕਰ ਦਿੰਦੇ ਆ ਤੁਹਾਡਾ ਪਲਾਨ ਕੀ ਹੈਗਾ ਆ ਕਿ ਜਿਹੜੀ ਪ੍ਰਾਪਰਟੀ ਤੁਸੀਂ 2021 ਦੇ ਵਿੱਚ ਖਰੀਦੀ ਸੀਗੀ ਤੁਸੀਂ ਉਹਨੂੰ 2025 ਦੇ ਵਿੱਚ ਅਫੋਰਡ ਕਿਦਾਂ ਕਰਨਾ ਹੈ ਸੋ ਸਾਨੂੰ ਫਾਈਨੈਂਸ਼ਲੀ ਬਹੁਤ ਜ਼ਿਆਦਾ ਐਜੂਕੇਟ ਹੋਣ ਦੀ ਲੋੜ ਆ ਅਸੀਂ ਅੱਖਾਂ ਤੇ ਪੱਟੀ ਬਨ ਕੇ ਸ਼ਾਰਟ ਟਰਮ ਡਿਸੀਜਨਸ ਨਾ ਲਿਆ ਕਰੀਏ ਅਸੀਂ ਜਦੋਂ ਵੀ ਕੋਈ ਵੀ ਫਾਈਨੈਂਸ਼ੀਅਲ ਡਿਸੀਜਨ ਲੈਣਾ ਆ ਅਸੀਂ ਆਲਵੇ ਸੋਚੀ ਕਿ ਠੀਕ ਆ 2024 ਤੱਕ ਲੋਅ ਰਹਿਣਗੇ 25 ਚ ਉੱਪਰ ਚਲੇ ਜਾਣਗੇ 25 ਦੇ ਵਿੱਚ ਜਦੋਂ ਉੱਪਰ ਚਲੇਗੇ ਤੇ ਮੈਂ ਆਪਣੀ ਮਾਰਗੇਜ ਕਿਦਾਂ ਸਸਟੇਨ ਕਰੂੰਗਾ ਸੋ ਇਹ ਵੀ ਸੋਚਣ ਵਾਲੀ ਗੱਲ ਆ ਜੋ ਪ੍ਰੋਬਲਮ ਅੱਜ ਆਈ ਹੋਈ ਆ ਕਿ ਇਹ ਸਿਚੁਏਸ਼ਨ 2025 ਦੇ ਵਿੱਚ ਨਹੀਂ ਸੀ ਬਣਨੀ ਜੇ ਇੰਟਰਸਟ ਰੇਟ ਉੱਪਰ ਚਲੇ ਜਾਂਦੇ ਸੋ ਹਾਂ ਇੱਕ ਜ਼ਰੂਰ ਗਲਤ ਹੈ ਉਹ ਲੋਕਾਂ ਦੇ ਨਾਲ ਇੰਨਾ ਵੱਡਾ ਧੋਖਾ ਕੀ ਪਹਿਲਾ ਗਵਰਨਰ ਤੁਹਾਡੀ ਬੈਂਕ ਦਾ ਬੈਂਕ ਆਫ ਕੈਨੇਡਾ ਦਾ ਉਹ ਆ ਕੇ ਕਹਿੰਦਾ ਕਿ ਇੰਟਰਸਟ ਰੇਟ ਲੋ ਰਹਿਣਗੇ ਲੋਕਾਂ ਨੇ ਤੁਹਾਡੇ ਤੇ ਭਰੋਸਾ ਕਰ ਲਿਆ ਭਰੋਸਾ ਕਰਕੇ ਵੱਡੇ ਡੈਟ ਤੇ ਕਰ ਲਏ ਭਾਵੇਂ ਉਹ ਬਿਜ਼ਨਸ ਡੈਟ ਸੀਗਾ ਭਾਵੇਂ ਘਰਾਂ ਦੇ ਡੈਟ ਸੀਗੇ ਤੁਸੀਂ ਬਾਅਦ ਚ ਆ ਕੇ ਸਾਲ ਬਾਅਦ ਤੁਸੀਂ ਕਹਿੰਦੇ ਨਾ ਜੀ ਸਾਡੀ ਤਾਂ ਇਕਨੋਮੀ ਲਾਸਟ ਜਾਣ ਰਹੀ ਆ ਬਸ ਇੰਟਰਸਟ ਰੇਟ ਚੁੱਕਣੇ ਆ ਠੀਕ ਹੈ ਇਕਨੋਮੀ ਵੀ ਬਚਾਉਣੀ ਆ ਪਰ ਤੁਸੀਂ ਕੋਈ ਨਾ ਕੋਈ ਇਦਾਂ ਦਾ ਉਹ ਲੈ ਕੇ ਆਉਂਦੇ ਕੀ ਨਾਮ ਆ ਵੀ ਸੇ ਪਾਲਿਸੀ ਜਿਹਦੇ ਵਿੱਚ ਤੁਹਾਡਾ ਜਿਹੜਾ ਪ੍ਰਾਇਮਰੀ ਹਾਊਸ ਹੈ ਜਿਹੜੇ ਬੰਦੇ ਕੋਲ ਇੱਕ ਘਰ ਆ ਤੁਸੀਂ ਇੱਕ ਪ੍ਰਾਪਰਟੀ ਹੋਲਡ ਕਰਦੇ ਹੋ ਤੁਹਾਡੇ ਇੰਟਰਸਟ ਰੇਟ ਇੰਨੇ ਰਹਿਣਗੇ ਜੇ ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਪ੍ਰਾਪਰਟੀਆਂ ਹੈਗੀਆਂ ਨੇ ਤੁਸੀਂ ਇਹ ਬਿਜ਼ਨਸ ਕਰਨ ਦੇ ਜੇ ਸੋ ਮੈਂ ਆਲਵੇਜ਼ ਇੱਕ ਗੱਲ ਕਹਿੰਦਾ ਹਾਂ ਨਾ ਦੇਖੋ ਜੇ ਤਾਂ ਤੁਸੀਂ ਘਰ ਲਿਆ ਰਹਿਣ ਵਾਸਤੇ ਫਿਰ ਤਾਂ ਤੁਹਾਨੂੰ ਕੋਈ ਨਾ ਕੋਈ ਹੈਲਪ ਗਵਰਨਮੈਂਟ ਵੱਲੋਂ ਡੈਫੀਨਿਟਲੀ ਹੋਣੀ ਚਾਹੀਦੀ ਆ ਤੇ ਜੇ ਤੁਸੀਂ ਬਿਜ਼ਨਸ ਕਰਨ ਦੇ ਵਪਾਰੀ ਹੋ ਫਿਰ ਮੈਂ ਐਗਜ਼ਾਮਪਲ ਦੇਣਾ ਨਾ ਟਰੱਕਾਂ ਦੀ ਤੁਸੀਂ ਜੇ 10 ਟਰੱਕ ਪਾਏ ਆ ਤੁਹਾਨੂੰ ਘਾਟਾ ਪੈ ਗਿਆ ਇਹ ਚ ਸਰਕਾਰ ਦੀ ਤਾਂ ਕੋਈ ਗਲਤੀ ਨਹੀਂ ਤੇ ਤੁਸੀਂ ਉਹ 10 ਟਰੱਕਾਂ ਨੂੰ ਰਿਪਲੇਸ ਕਰ ਲਓ 10 ਘਰਾਂ ਦੇ ਨਾਲ ਕਿਉਂਕਿ ਉਹ ਬਿਜ਼ਨਸ ਤੁਹਾਡਾ ਹੈ ਨਾ ਹਾਂਜੀ ਉਹ ਤੁਹਾਡਾ ਬਿਜ਼ਨਸ ਆ ਤੁਹਾਡਾ ਹੀ ਗ੍ਰਹਿਣ ਵਾਸਤੇ ਕੋਈ ਇੱਕ ਢੱਡੀ ਲੋਡ ਨਹੀਂ ਹੈਗੀ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਦੀਆਂ ਆਮ ਜਨਤਾ ਦੀਆਂ ਜੋ ਡੇਲੀ ਨੈਸੈਸਿਟੀ ਰੋਟੀ ਕਪੜਾ ਮਕਾਨ ਇਹ ਚੀਜ਼ਾਂ ਵਾਸਤੇ ਉਹਨਾਂ ਦੀ ਹੈਲਪ ਕਰਨੀ ਨਾ ਕਿ ਤੁਹਾਡੇ ਬਿਜ਼ਨਸ ਦੇ ਵਿੱਚ ਹੁਣ ਤੁਸੀਂ 10 ਟਰੱਕ ਪਾਏ ਜਾਂ 10 ਘਰ ਲੈ ਆ ਟਰੱਕ ਵੀ ਫੇਲ ਹੋ ਸਕਦੇ ਆ ਕਰਾਂ ਦਾ بزਨਸ ਵੀ ਫੇਲ ਹੋ ਸਕਦਾ ਆ ਸੋ ਗਵਰਨਮੈਂਟ ਨੂੰ ਇਦਾਂ ਕਰਨਾ ਚਾਹੀਦਾ ਸੀਗਾ ਕਿ ਜਿਹਦੇ ਕੋਲ ਇੱਕ ਤੋਂ ਵੱਧ ਪ੍ਰਾਪਰਟੀਆਂ ਨੇ ਜਾਂ ਆਪਣੇ ਨਾਮ ਤੇ ਜਾਂ ਕਾਰਪੋਰੇਸ਼ਨ ਦੇ ਨਾਮ ਤੇ ਕਿ ਜੇ ਤਾਂ ਤੁਸੀਂ ਕਾਰਪੋਰੇਸ਼ਨ ਤੇ ਰੈ residențial ਪ੍ਰਾਪਰਟੀ ক্লোਜ਼ ਕਰਾਓਗੇ ਤਾਂ ਤੁਹਾਨੂੰ ਇੰਟਰਸਟ ਰੇਟ 10% ਹੋਊਗਾ 11% ਹੋਊਗਾ 8% ਹੋਊਗਾ ਹਾਂ ਜੇ ਤੁਹਾਡੇ ਨਾਮ ਤੇ ਦੂਸਰੀ ਪ੍ਰਾਪਰਟੀ ਆਉਂਦੀ ਆ ਹਾਂ ਫਿਰ ਤੁਹਾਨੂੰ ਜਿਹੜਾ ਇੰਟਰਸਟ ਰੇਟ ਆ ਉਹ ਵੀ 8-10% ਦੇਣਾ ਪਊਗਾ ਪਰ ਜਿਹਦੇ ਕੋਲ ਇੱਕ ਘਰ ਸੀਗਾ ਉੱਪਰ ਦੇ ਰਹਿਣ ਵਾਸਤੇ ਲਿਆ ਸੀਗਾ ਉਦੇ ਬਾਰੇ ਜਰੂਰ ਗਵਰਨਮੈਂਟ ਨੂੰ ਕੁਛ ਨਾ ਕੁ ਸੋਚਣਾ ਚਾਹੀਦਾ ਸੀਗਾ ਤੇ ਇਹ ਪਾਲਿਸੀਜ਼ ਦੇਖੋ ਜੇ ਮੇਰੇ ਅਰਗੇ ਇੱਕ ਬੰਦਾ ਸੋਚ ਸਕਦਾ ਕਿ ਇਦਾਂ ਅਸੀਂ ਆਮ ਜਨਤਾ ਦੀ ਹੈਲਪ ਕਰ ਸਕਦੇ ਹਾਂ ਤੇ ਜਿਹੜੀ ਸਾਡੀ ਗਵਰਨਮੈਂਟ ਆ ਉਹਨਾਂ ਦੇ ਕੋਲ ਬੰਦੇ ਪਾਲਿਸੀ ਮੇਕਰਸ ਨੇ ਜਿਹੜੇ ਉਹਨਾਂ ਦਾ ਕੰਮ ਹੀ ਇਹ ਆ ਸੋਚਣਾ ਉਹਨਾਂ ਨੂੰ ਪੈਸਾ ਹੀ ਇਸ ਚੀਜ਼ ਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਸੋਚਣਾ ਹੈ ਤੇ ਪਾਲਿਸੀਜ਼ ਬਣਾਉਣੀਆਂ ਆ ਠੀਕਿ ਮੇਰੇ ਖਿਆਲ ਦੇ ਨਾਲ ਜਿਹੜੇ ਬਿਗ ਪਲੇਅਰ ਨੇ ਉਹ ਆਪ ਹੀ ਨੇ ਆਪ ਹੀ ਸਾਰੇ ਇਨਵੈਸਟਰ ਨੇ ਵਿੱਚ ਸਾਰੇ ਮੈਨਿਪੂਲੇਟ ਆਪ ਹੀ ਕਰ ਰਹੇ ਆ ਸਾਰੇ ਚੀਜ਼ਾਂ ਹਾਂ ਠੀਕ ਹੈ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿਹੜੇ ਪੈਸੇ ਵਾਲੇ ਲੋਕ ਨੇ ਕਾਫੀ ਹੱਦ ਤੱਕ ਕੰਟਰੋਲ ਕਰਦੇ ਆ ਪਰ ਜਿਹੜਾ ਸਪੈਕੂਲੇਟਰ ਹੁੰਦਾ ਹੈ ਨਾ ਜਿਹੜਾ ਤਾਂ ਅਸਲੀ ਇਨਵੈਸਟਰ ਆ ਘਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਕੋਈ ਵੀ ਬਿਜ਼ਨਸ ਹੈ ਇਨਵੈਸਟਰ ਉਹ ਹੁੰਦਾ ਆ ਜਿਹੜਾ ਪ੍ਰਾਪਰਟੀ ਨੂੰ ਆਪਦੇ ਬਿਜ਼ਨਸ ਨੂੰ ਕਿਸੇ ਵੀ ਕਾਰਪੋਰੇਸ਼ਨ ਨੂੰ ਅਗਲੇ 10 ਸਾਲ ਤੱਕ ਹੋਲਡ ਮਾਰੇ ਸਮੇਂ ਚ ਹੋਲਡ ਕਰ ਸਕਦਾ lettes take the example ਕਿ ਜੇ ਰਿਵਰਸੇਸ਼ਨ ਆਉਂਦਾ ਆ ਕਿ ਵਾਲਮਾਰਟ ਬੰਦ ਹੁੰਦੇ ਆ ਕੀ ਹੋਮ ਡੀਪੋ ਬੰਦ ਹੁੰਦਾ ਕਿ ਕੈਨੇਡੀਅਨ ਟਾਇਰ ਬੰਦ ਹੁੰਦਾ ਨਹੀਂ ਹੁੰਦੇ ਨਾ ਕਿਉਂਕਿ ਉਹਨਾਂ ਨੇ ਆਪਣਾ ਉਸ ਤਰੀਕੇ ਨਾਲ ਇੱਕ ਸਟਰਕਚਰ ਬਣਾਇਆ ਹੈ ਕਿ ਜੇ 2-3 ਸਾਲ ਰੈਸੈਸ਼ਨ ਰਹੇ ਵੀ ਜਾਂਦਾ ਜਾਂ 5 ਸਾਲ 7 ਸਾਲ ਰਹੇ ਵੀ ਅਸੀਂ ਸਰਵਾਈਵ ਕਰ ਸਕਣ ਪ੍ਰੂਫ ਨੇ ਉਹ ਸਾਰੀਆਂ ਕੰਪਨੀਆਂ ਕਿਉਂਕਿ ਉਹਨਾਂ ਨੇ ਇੱਕ ਪੈਸਾ ਜਾਂ ਆਪਣੇ ਖਰਚੇ ਉਸ ਤਰੀਕੇ ਨਾਲ ਉਹ ਕੰਟਰੋਲ ਕਰ ਲੈਂਦੇ ਆ ਭਾਵੇਂ EMPLOYES ਨੂੰ ਫਾਇਰ ਕਰਦੇ ਆ ਆਪਣੀ ਕੋਸਟ ਕੱਟ ਕਰਦੇ ਆ ਇਸੇ ਹੀ ਤਰੀਕੇ ਦੇ ਨਾਲ ਜਿਹੜੇ ਘਰਾਂ ਦੇ ਇਨਵੈਸਟਰਸ ਨੇ ਆਈ نو ਫਿਊ ਪੀਪਲ ਮੇਰੇ ਫਰੈਂਡਸ ਨੇ ਉਹ ਉਹਨਾਂ ਨੇ ਪ੍ਰੋਪਰਟੀਆਂ ਮਹਿੰਗੀਆਂ ਬਾਈ ਕਰ ਲਈਆਂ ਮੈਂ ਉਹਨਾਂ ਨਾਲ ਕੈਲਕੂਲੇਸ਼ਨ ਵਿੱਚ ਯਾਰ ਆਤਾ ਮਹਿੰਗਾ ਕੰਮ ਆ ਗਿਆ ਯਾਰ ਮੈਨੂੰ ਕੋਈ ਚੈੱਕ ਕਰਨੀ ਕਹਿੰਦਾ ਜੇ ਮੈਨੂੰ 10 ਸਾਲ ਵੀ ਹੋਲਡ ਕਰਨੀ ਪੈਗੀ ਮੈਂ ਕਰ ਸਕਦਾ ਹੂੰ ਮੇਰੇ ਕੋਲ ਮਿਲੀਅਨ ਡਾਲਰ ਕੈਸ਼ ਪਿਆ ਵਾ ਮੈਨੂੰ ਜੇ ਜਿਪ ਚ ਵੀ ਪਾਉਣੇ ਪੈਗੇ ਤੇ ਮੈਂ ਪਾ ਸਕਦਾ ਤੇ ਇਹਦੇ ਵਿੱਚ ਫਸੇ ਕੌਣ ਲੋਕ ਨੇ ਜਿਹੜੇ ਨਾ ਨੇ ਜਿਹੜੇ 2008-10 ਤੋਂ ਬਾਅਦ ਆਏ ਕੈਨੇਡਾ ਉਹਨਾਂ ਨੇ ਇਹ 7-8 ਥੋੜਾ ਜਿਹਾ ਜਿਹੜਾ ਇਕਨੋਮਿਕਲ ਸਲੋ ਡਾਊਨ ਕਹਿ ਸਕਦੇ ਆਪਾਂ ਕੈਨੇਡਾ ਦੇ ਵਿੱਚ ਉਹਨੂੰ ਰੈਸੈਸ਼ਨ ਨਹੀਂ ਕਹਿ ਸਕਦੇ ਨਹੀਂ ਦੇਖਿਆ ਜਿਨ੍ਹਾਂ ਨੇ ਤਾਂ ਕੈਨੇਡਾ ਚ ਜੇ ਤੁਸੀਂ ਟੈਕਨੀਕਲੀ ਦੇਖੀਏ ਨਾ 1999 ਤੋਂ ਬਾਅਦ ਰੈਸੈਸ਼ਨ ਹੀ ਨਹੀਂ ਆਇਆ ਕੋਈ ਜਿਹੜਾ 2007 ਦੇ ਵਿੱਚ ਆਇਆ ਸੀ ਜਾਂ ਡਾਟ ਕਾਮ ਬੱਬਲ ਸੀਗਾ ਜਿਹੜਾ ਉਹ ਇੰਨਾ ਆਪਾਂ ਨੂੰ ਨਹੀਂ ਸੀ ਇੰਪੈਕਟ ਕੀਤਾ ਨਾ ਹੀ ਜਿਹੜਾ 2007 ਵਾਲਾ ਰੈਸੈਸ਼ਨ ਸੀਗਾ ਉਹਨੇ ਇੰਨਾ ਇੰਪੈਕਟ ਕੀਤਾ ਸੀਗਾ ਹੁਣ ਸਾਡੇ 18 ਜਾਂ 19 ਦੇ ਵਿੱਚ ਰੈਸੈਸ਼ਨ ਬਣਦਾ ਸੀ ਤੁਹਾਨੂੰ ਯਾਦ ਹੋਵੇ ਹੈਮਿਲਟਨ ਦੇ ਵਿੱਚ ਬਿਲਡਰ ਨੇ ਘਰ ਕੱਢੇ ਸੀਗੇ ਤੇ ਬੈਂਕ ਆਫ ਕੈਨੇਡਾ ਨੇ ਉਹਨੂੰ ਇੰਟਰਸਟ ਰੇਟ ਇਨਕਰੀਜ਼ ਕੀਤਾ ਸੀਗਾ ਹਾਫ ਬੇਸਿਸ ਪੁਆਇੰਟ ਪਰ 25 ਬੇਸਿਸ ਪੁਆਇੰਟ ਤੇ ਲੋਕਾਂ ਨੇ ਉਹ 6-6 7-7 ਲੱਖ ਦੇ ਘਰ ਸੀਗੇ ਤੇ ਡਿਪੋਜ਼ਿਟ ਛੱਡਦਾ ਸੀਗਾ ਕਿ ਨਹੀਂ ਭਾਈ ਤੁਸੀਂ ਸਾਡਾ ਡਿਪੋਜ਼ਿਟ ਰੱਖ ਲਓ ਤੇ ਅਸੀਂ ਇਹ ਪ੍ਰਾਪਰਟੀਆਂ ক্লোਜ਼ ਨਹੀਂ ਕਰਾ ਸਕਦੇ ਤੇ ਕੋਵਿਡ ਦੇ ਵਿੱਚ ਕੀ ਹੋਇਆ ਉਦੋਂ ਰੈਸੈਸ਼ਨ ਬਣਦਾ ਸੀ ਕੋਵਿਡ ਆ ਗਿਆ ਕੋਵਿਡ ਡੈਫੀਨਿਟਲੀ ਦੇਖੋ ਕੋਵਿਡ ਦੇ ਵਿੱਚ ਲੋਕਾਂ ਦੀ ਹੈਲਪ ਕਰਨੀ ਬਣਦੀ ਸੀਗੀ ਪਰ ਗਵਰਨਮੈਂਟ ਨੂੰ ਕੋਈ ਨਾ ਕੋਈ ਪੈਰਾਮੀਟਰ ਰੱਖਣਾ ਚਾਹੀਦਾ ਸੀਗਾ ਕਿ ਦੇਖੋ ਅੱਜ ਤੁਸੀਂ ਗਵਰਨਮੈਂਟ ਤੋਂ ਆ ਪੈਸਾ ਜ਼ਰੂਰ ਲੈਣ ਹੈ ਵੀ ਆਰ ਗਿਵਿੰਗ ਯੂ ਮਨੀ ਟੂ ਹੈਲਪ ਯੂ ਆਊਟ ਇਨ ਯਰ ਬੈਡ ਟਾਈਮ ਪਰ ਜੇ ਤੁਸੀਂ ਕਿਸੇ ਗਲਤ ਇਨਸਾਨ ਨੇ ਇਹ ਗ੍ਰਾਂਟ ਲਈ ਗਵਰਨਮੈਂਟ ਤੋ ਉਹਦੇ ਆ ਕਨਸੀਕਵੈਂਸਸ ਹੋਣਗੇ ਅਸੀਂ ਉਹਨੂੰ 5 ਸਾਲ ਦੀ ਜੇਲ੍ਹ ਹੋਊਗੀ ਉਹਨੂੰ ਇਹ ਪੈਸਾ ਦੁੱਗਣਾ ਵਾਪਸ ਕਰਨਾ ਪਊਗਾ ਤੇ ਤਿੰਗਣਾ ਉਹਨਾਂ ਨੂੰ ਲਿਟਰਲੀ ਲੋਨ ਕਿਸੇ ਨੂੰ ਵੀ ਦੇਤੇ ਕਿਸੇ ਨੂੰ ਵੀ ਹੁਣ ਉੱਥੇ ਇਹ ਵੀ ਹੋਇਆ ਵਾ ਕਈ ਕਈ ਜਗ੍ਹਾ ਤੇ ਕਿ ਮੇਰਾ ਸੈਨ ਨੰਬਰ ਚੁੱਕ ਕੇ ਕਿਸੇ ਨੇ ਭੇਜਤਾ ਤਾਂ ਉਹ ਮੇਰੇ ਨਾਂ ਤੇ 60000 ਚੁੱਕੀ ਫਿਰਦਾ ਆ ਤੇ ਮੈਨੂੰ ਪਤਾ ਹੀ ਨਹੀਂ ਹੈਗਾ ਸੋ ਇਹ ਹੁਣ ਚਲੋ ਠੀਕ ਹੈ ਉਦੋਂ ਤੁਹਾਨੂੰ ਨਹੀਂ ਪਤਾ ਲੱਗਾ ਜੇ ਇਦਾਂ ਦੀ ਕੋਈ ਨਾ ਕੋਈ ਇੱਕ ਸਟੇਟਮੈਂਟ ਗਵਰਨਮੈਂਟ ਵੱਲੋਂ ਹੁੰਦੀ ਕਿ ਜੇ ਤੁਸੀਂ 40000 ਲਓਗੇ ਗਲਤ ਤਰੀਕੇ ਨਾਲ ਲਓਗੇ ਤਾਂ ਤੁਹਾਨੂੰ ਇਹਦਾ 80000 ਮੋੜਨਾ ਪਊਗਾ ਤੇ ਜੇ ਕਿਸੇ ਨੇ 40000 ਲੈ ਵੀ ਲਿਆ ਗਵਰਨਮੈਂਟ ਨੇ ਕਿਹਾ ਤੈਨੂੰ 5% ਵਿਆਜ ਦੇਣਾ ਪਊਗਾ ਉਹ ਇਹਦਾ ਠੀਕ ਹੈ ਇਤੋਂ ਵੱਧ ਤਾਂ ਮੈਂ ਕਮਾ ਲਿਆ ਚੁੱਕ 40 ਦਾ 5% ਕਨ ਲੌਨ ਚੱਕ ਕੇ ਆਪਣੀ ਕਾਰਪੋਰੇਸ਼ਨਾਂ ਬੰਦ ਕਰਾਤੀਆਂ ਕਾਰਪੋਰੇਸ਼ਨਾਂ ਬੰਦ ਕਰ ਦਿੱਤੀਆਂ ਹੋਈਆਂ ਨਾਲੀਆਂ ਬਿਲਕੁਲ ਸੋ ਇਹ ਚੀਜ਼ਾਂ ਗਵਰਨਮੈਂਟ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਸੀਗੀਆਂ ਤੇ ਇਹ ਮਾੜੀ ਪਾਲਿਸੀ ਦਾ ਆਪਾਂ ਕਹਿ ਸਕਦੇ ਹਾਂ ਕਿ ਜੋ ਇਸ ਸਮੇ ਹੋਇਆ ਵਾ ਤੇ ਹਾਂ ਕੋਈ ਵੀ ਗਵਰਨਮੈਂਟ ਹੁੰਦੀ ਹੈ ਤੇ XYZ ਹੈਲਪ ਜ਼ਰੂਰ ਕਰਨੀ ਚਾਹੀਦੀ ਸੀ ਲੋਕਾਂ ਦੀ ਸਭ ਨੂੰ ਕਰਨੀ ਪੈਣੀ ਸੀਗੀ ਪਰ ਕੋਈ ਨਾ ਕੋਈ ਕ੍ਰਾਈਟੇਰੀਆ ਉਹਨਾਂ ਰੱਖਣਾ ਚਾਹੀਦਾ ਹੈ। ਤਾਂ ਭਾਜੀ ਰੀਅਲ ਏਸਟੇਟ ਦਾ ਉਹਨੂੰ ਫਿਊਚਰ ਕੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਫਿਊਚਰ ਚ ਕੀ ਹੋਣ ਵਾਲਾ? ਅ ਜੇ ਤਾਂ ਜਿਹੜੇ ਆਪਣੇ ਐਨਾਲਿਸਟ ਹੈਗੇ ਨੇ ਉਹਨਾਂ ਦੀਆਂ ਰਿਪੋਰਟਸ ਪੜ੍ਹੀਏ ਤੇ ਮੰਨੀਏ ਉਹਨਾਂ ਦਾ ਇਹ ਕਹਿਣਾ ਹੈ ਕਿ ਇੰਟਰਸਟ ਰੇਟਸ ਜਿਹੜੇ ਹੁੰਦੇ ਨੇ ਜਦੋਂ ਵਧਦੇ ਆ ਉਹਦਾ ਇੰਪੈਕਟ ਸਾਨੂੰ ਰਾਈਟ ਅਵੇ ਦੇਖਣ ਨੂੰ ਨਹੀਂ ਮਿਲਦਾ। ਉਹਦਾ ਇੰਪੈਕਟ ਦੇਖਣ ਨੂੰ ਡੇਢ ਤੋਂ 2 ਸਾਲ ਲੱਗ ਜਾਂਦੇ ਆ। ਓਕੇ। ਸੋ ਜਿਹੜਾ ਪਹਿਲੇ ਇੰਟਰਸਟ ਰੇਟ ਇੰਕਰੀਜ਼ ਹੋਏ ਨੇ ਤੇ ਲਾਸਟ ਇੰਟਰਸਟ ਰੇਟ ਪਿਛਲੇ 2 ਮਹੀਨੇ ਤਾਂ ਕੰਟਰੀਜ਼ ਹੁੰਦੇ ਰਹਾ ਸਤੰਬਰ ਦੇ ਵਿੱਚ ਇਹਨਾਂ ਨੇ ਇੱਕ ਪਾਜ਼ ਲੈ ਕੇ ਦੇਖਿਆ ਕਿ ਅਸੀਂ ਪਾਜ਼ ਲੈਣੇ ਆ ਦੇਖਦੇ ਆ ਕਿ ਫਿਊਚਰ ਦੇ ਵਿੱਚ ਇਕਨੋਮੀ ਕਿੱਦਾਂ ਰਿਸਪੌਂਡ ਕਰਦੀ ਆ ਤੇ ਜੇ ਵਧਾਉਣੇ ਪੈ ਤਾਂ ਅਸੀਂ ਵਧਾ ਵੀ ਸਕਦੇ ਆ ਤੇ ਹੋ ਸਕਦਾ ਹੈ ਕਿ ਸਾਨੂੰ 2024 ਦੇ ਵਿੱਚ ਅਸਲ ਸਿਚੁਏਸ਼ਨ ਹੈ ਜਿਹੜੀ ਵੀਅ ਸਟੇਟ ਦੀ ਉਹ ਪਤਾ ਲੱਗੂਗੀ ਹੁਣ ਕੁਝ ਲੋਕ ਇਹ ਕਹਿੰਦੇ ਆ ਕਿ ਜਦੋਂ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਧਾਉਣੇ ਬੰਦ ਕਰ ਦੂਗੀ ਪ੍ਰਾਪਰਟੀਆਂ ਫਿਰ ਉੱਪਰ ਜਾਣੀਆਂ ਸ਼ੁਰੂ ਹੋ ਜਾਣਗੀਆਂ ਪਰ ਅਸੀਂ ਹੈਂਡ ਇਨ ਹੈਂਡ ਇਹ ਵੀ ਦੇਖਣ ਦੇ ਆ ਕਿ ਜਿਹੜਾ ਅਨਇੰਪਲੋਇਮੈਂਟ ਆ ਡੇ ਬਾਈ ਡੇ ਇਨਕਰੀਜ਼ ਹੋਣ ਰਹੀ ਆ ਜੇ ਲੋਕਾਂ ਕੋਲ ਜੌਬ ਹੀ ਨਹੀਂ ਹੈਗੀ ਉਹ ਵਿਚਾਰਾ ਘਰ ਕਿੱਥੋਂ ਚੁੱਕ ਲੂਗਾ ਰਾਈਟ ਸੋ ਇਹ ਵੀ ਇੱਕ ਨਵੀਂ ਜਿਹੜੀ ਸੋਰਟੀ ਸ਼ੁਰਲੀ ਨਹੀਂ ਜਿਹਨੂੰ ਕਹਿ ਦਿੰਦੇ ਮਾਰਕੀਟ ਚ ਛੱਡੀ ਜਾਣ ਰਹੀ ਆ ਕਿ ਇੱਕ ਨਾ ਰੀਅਲ ਸਟੇਟ ਦਾ ਲਾਇਸੈਂਸ ਤੇ ਮੌਰਗੇਜ ਦਾ ਲਾਇਸੈਂਸ ਇਹਦੇ ਵਿੱਚ ਤੁਹਾਨੂੰ ਸਿਰਫ ਇਹ ਸਿਖਾਇਆ ਜਾਂਦਾ ਕਿ ਕਾਗਜ਼ ਕਿੱਦਾਂ ਭਰੀਦੇ ਆ ਇਟਸ ਨਾਟ ਆ ਫਾਈਨੈਂਸ਼ੀਅਲ ਐਜੂਕੇਸ਼ਨ ਇਹ ਕੋਈ ਫਾਈਨੈਂਸ਼ੀਅਲ ਨੌਲੇਜ ਦਾ ਲਾਇਸੈਂਸ ਨਹੀਂ ਹੈਗਾ ਤੁਸੀਂ ਕੋਈ ਵੀ ਬੰਦਾ ਇਟਸ ਅ ਵੈਰੀ ਈਜ਼ੀ ਐਗਜ਼ਾਮ ਤੁਸੀਂ ਕ੍ਰੈਕ ਕਰ ਸਕਦੇ ਹੋ ਲਾਇਸੈਂਸ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕੋਈ ਇਹ ਨਹੀਂ ਦੱਸਿਆ ਜਾਂਦਾ ਇਕਨੋਮੀ ਨੂੰ ਕਿੱਦਾਂ ਸਟੱਡੀ ਕਰੀਦਾ ਆ ਇਕਨੋਮੀ ਕਿੱਦਾਂ ਰਿਐਕਟ ਕਰਦੀ ਆ ਤੁਸੀਂ ਇਹਦਾ ਐਨਾਲਿਸਿਸ ਕਿੱਦਾਂ ਕਰਨਾ ਇਕਨੋਮੀ ਨੂੰ ਇਹ ਕੋਈ ਇਦਾਂ ਦਾ ਲਾਇਸੈਂਸ ਨਹੀਂ ਆ ਇਦਾਂ ਦੀ ਐਜੂਕੇਸ਼ਨ ਨਹੀਂ ਹੈਗੀ ਇਹਦੇ ਵਿੱਚ ਤੁਹਾਨੂੰ ਸਿਰਫ ਇਹ ਭਰਿਆ ਜਾਂਦਾ ਹੈ ਕਿ ਭਾਈ ਤੁਹਾਡੇ ਕੋਲ ਖਾਸ ਕਰਕੇ ਆਪਣਾ ਕਿਸੇ ਵੀ ਇੱਕ ट्रांजैक्शन ਕਿੱਦਾਂ ਕੰਪਲੀਟ ਕਰਨੀ ਆ ਜੋ ਰੀਅਲਟਰ ਦਾ ਕੰਮ ਆ ਕੰਮ ਆ ਕਿ ਜਿਹੜਾ ਸੈਲਰ ਆ ਉਹਨੂੰ ਬਾયર ਨਾਲ ਮਲਾਉਣਾ ਬਾયર ਨੂੰ ਸੈਲਰ ਨਾਲ ਮਲਾਉਣਾ ਉਹਦਾ ਜੋ ਡਾਕੂਮੈਂਟੇਸ਼ਨ ਆ ਉਹ ਪੂਰੀ ਕਰਨੀ ਆ ਪਰ ਇਟਸ ਨਾਟ ਕੋਈ ਇਕਾਰਮਸ ਦਾ ਲਾਇਸੈਂਸ ਨਹੀਂ ਹੈਗਾ ਕਿ ਜਿਹਦੇ ਵਿੱਚ ਤੁਹਾਨੂੰ ਪ੍ਰੋਪਰ ਫਾਈਨੈਂਸ਼ੀਅਲ ਨੌਲੇਜ ਦਿੱਤੀ ਇਸ ਜਸਟ ਡoing ਯੂ ਸੇਲਸ ਦੈਟਸੋ ਉਹਨੂੰ ਦਾ ਮਤਲਬ ਹੈ ਕਿ ਸੱਚੀ ਨੂੰ ਉਹ ਆਪਣਾ ਟਾਰਗੇਟ ਚਾਹੀਦਾ ਹਾਂ ਐਂਡ ਹੀ ਵਾਂਟਸ ਹਿਸ ਓਨ ਕਮਿਸ਼ਨ ਮਨੀ ਦੈਟਸੋ ਹੁਣ ਉਹਦੇ ਵਿੱਚ ਉਹ ਕਹਿੰਦਾ ਆ ਕਿ ਕੁਝ ਕੁ ਰੀਅਲਟਰਾਂ ਨੇ ਇਹ ਵੀ ਵੀਡੀਓ ਪਾਉਣੇ ਸ਼ੁਰੂ ਕਰ ਦਿੱਤੀਆਂ ਰੀਸੈਂਟਲੀ ਦੇਖੋ ਜੀ ਇਹਨਾਂ ਨੇ ਤਾਂ ਹਾਲਟ ਕਰਤੇ ਉਹ ਤਾਂ ਪਹਿਲਾਂ ਵੀ ਹੌਲਡ ਕੀਤੀ ਸੀ ਇੱਕ ਵਾਰੀ 2023 ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਇੱਕ ਇੱਕ ਮੀਟਿੰਗ ਦੇ ਵਿੱਚ ਪਾਜ਼ ਲਿਆ ਸੀਗਾ ਉਸ ਤੋਂ ਬਾਅਦ ਇਕੱਠੇ ਇਹਨਾਂ ਨੇ ਪੀਸ ਕਰਤੇ ਸੀਗੇ ਜਿਹੜੀ ਅਗਲੀ 25 ਆਫ ਅਕਤੂਬਰ ਨੂੰ ਮੀਟਿੰਗ ਆ ਜੇ ਉਹਦੇ ਵਿੱਚ ਬੈਂਕ ਆਫ ਕੈਨੇਡਾ ਇਨਕਰੀਸ ਕਰ ਦਿੰਦੀ ਹੈ ਫਿਰ ਤੁਹਾਡੀਆਂ ਸਟੇਟਮੈਂਟਾਂ ਉਸੇ ਵੇਲੇ ਬਦਲ ਜਾਂਦੀਆਂ ਘੱਟੋ ਘੱਟ ਆਪਣੇ ਆਪਣੀ ਸਟੇਟਮੈਂਟ ਤੇ ਤਾਂ ਖਲੋਭੋ ਨਾ ਮੈਂ ਰੀਅਲਟਰ ਜਾਣਦਾ ਵਾਂ ਮੇਰੇ ਆਪਣੇ ਚ ਫੋਨ ਚ ਨੰਬਰ ਸੇਵ ਨੇ ਉਹਨਾਂ ਦੇ ਉਹਨਾਂ ਦੀਆਂ ਪਹਿਲਾਂ ਵੀਡੀਓਜ਼ ਹੁੰਦੀਆਂ ਸੀਗੀਆਂ ਗੁੱਡ ਟਾਈਮ ਟੂ ਬਾਏ ਸੋਲਡ ਓਵਰ ਆਸਕਿੰਗ 100000 ਹੁਣ ਪਤਾ ਕੀ ਹੁੰਦੀ ਆ ਉਹਨਾਂ ਦੀ ਵੀਡੀਓਜ਼ ਮਾਹੇ ਕਲਾਇੰਟ ਸੇਵਡ 100000 ਇਨ ਪ੍ਰਪਰਟੀ ਪਹਿਲਾਂ ਉਹ ਸੈਲਰ ਵੱਲੋਂ ਰੈਪਰੈਜ਼ੈਂਟ ਕਰਦੇ ਸੀਗੇ ਅਸੀਂ ਸੈਲਰ ਨੂੰ 1 ਲੱਖ ਡਾਲਰ 2 ਲੱਖ ਡਾਲਰ ਮਹਿੰਗਾ ਵੇਚਦਾ ਹੁਣ ਉਹ ਕੀ ਕਰਨ ਦਾ ਆ ਆ ਦੇਖੋ ਜੀ ਇਹ 9 ਲੱਖ ਦਾ ਘਰ ਲੱਗਾ ਸੀ ਅਸੀਂ ਕਲਾਇੰਟ ਨੂੰ 8 ਦਾ ਦਵਾਤਾ ਕਿੱਥੇ ਗਈਆਂ ਤੁਹਾਡੀਆਂ ਉਹ ਗੱਲਾਂ ਅੱਜ ਤੋਂ ਸਾਲ ਪਹਿਲਾਂ ਜਿਹੜੀਆਂ ਕਰਦੇ ਸੀਗੇ ਭਾਈ ਨੋ ਆਫੈਂਸ ਬਟ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇੰਡਸਟਰੀ ਚ ਆਪਣੇ ਲੋਕੀ ਚਲੇ ਜਾਂਦੇ ਆ ਪੱਟਾ ਵੇਹਨ ਦੋ ਮੈਂ ਰੈਲਿਟੀ ਹੈਗੀ ਆ ਇੱਕ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਬ੍ਰੈਂਟਨ ਚ ਰਹੇ ਨਾ ਤੁਸੀਂ ਬੈਲਵਲ ਚਲੇ ਜਾਣਾ ਨਹੀਂ ਜੋ ਰਿਐਲਿਟੀ ਹੈ ਉਹ ਹੈ ਹਾਂਜੀ ਦੇਖੋ ਗੱਲ ਇਹ ਆ ਕਿ ਗੱਲ ਇਦਾਂ ਨਹੀਂ ਹੁੰਦੀ ਕਿ ਆਪਣੇ ਲੋਕ ਜਾਂ ਕੁਝ ਵੀ ਪ੍ਰੋਬਲਮ ਇੱਥੇ ਆਉਣ ਡਈ ਆ ਕਿ ਇੱਕ ਨਾ ਸਾਡਾ ਸਿਧਾਂਤ ਆ ਅਸੀਂ ਕਹਿੰਨੇ ਜੀ ਅਸੀਂ ਸਿੱਖ ਅਸੀਂ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਅਸੀਂ ਜਦੋਂ ਅਸੀਂ ਆਪਣੇ ਕੰਮ ਦੇ ਵਿੱਚ ਹੀ ਕਿਸੇ ਦਾ ਭਲਾ ਨਹੀਂ ਸੋਚ ਰਹੇ ਅਸੀਂ ਉੱਥੇ ਉਹ ਸੋਚ ਰਹੇ ਕਿ ਯਾਰ ਮੈਨੂੰ ਨਹੀਂ ਫਰਕ ਪੈਂਦਾ ਮੈਂ ਤਾਂ ਟਰਾਂਜੈਕਸ਼ਨ ਕੰਪਲੀਟ ਕਰਨੀ ਆ ਇਤੋਂ ਅਗਲੇ 6 ਮਹੀਨਿਆਂ ਚ ਆਪਣੀਆਂ ਪੇਮੈਂਟਸ ਦਿੱਤੀਆਂ ਜਾਂ ਨਾ ਦਿੱਤੀਆਂ ਜਾਂ ਨਾ ਉਹਦਾ ਯਾਰ ਕਿਉਂਕਿ ਮੈਂ ਵੀ ਇਹੀ ਸੋਚ ਕੇ ਸ਼ੁਰੂ ਕੀਤਾ ਮੈਂ ਯਾਰ ਜੇ ਮੈਂ ਵੀ ਬਾਕੀ ਲੋਕਾਂ ਵਾਂਗੂ ਸਿਰ ਥੱਲੇ ਸੁੱਟ ਕੇ ਪੈਸਾ ਕਮਾਉਣ ਤੇ ਹੋ ਗਿਆ ਤੇ ਫਿਰ ਸਾਡਾ ਆ ਜਿਹੜਾ ਸੌਰੀ ਟੂਸ ਜਿਹੜਾ ਬਾਣਾਇਆ ਸਰੂਪ ਆ ਇਹਦਾ ਕੀ ਫਾਇਦਾ ਹੈ ਕਿ ਨਾ ਜੇ ਪੈਸਾ ਹੀ ਕਮਾਉਣਾ ਸਾਰੀ ਦੁਨੀਆ ਲੱਗੀ ਹੋਈ ਆ ਸਾਰੇ ਕੈਂਡੀਡੇਟ ਘਰ ਖਰੀਦੂ ਮਹਿੰਗੇ ਹੋ ਜਾਣਗੇ ਮੈਂ ਵੀ ਉਸ ਸਮੇਂ ਰੇਡੀਓ ਤੇ ਬੈਠਾ ਸੀ ਮੈਨੂੰ ਹਜ਼ਾਰਾਂ ਲੋਕ ਸੁਣਦੇ ਸੀਗੇ ਮੈਂ ਵੀ ਕਹਿ ਸਕਦਾ ਸੀ ਲਿਆਓ ਜੀ ਤੁਸੀਂ ਕੋਈ ਕੋਈ ਵੀ ਮੌੜ ਕੇ ਚਾਹੀਏ ਕਿਸੇ ਵੀ ਤਰੀਕੇ ਦੀ ਅਸੀਂ ਕਰਕੇ ਦੇਵਾਂਗੇ ਮੈਂ ਵੀ ਉਸ ਪੈਸਾ ਕਮਾ ਸਕਦਾ ਸੀ ਉਸ ਸਿਨੈਰੀਓ ਦੇ ਵਿੱਚ ਤੇ ਮੈਂ ਵੀ ਕਹਿ ਸਕਦਾ ਹਾਂ ਤੁਹਾਨੂੰ ਬਿਜ਼ਨਸ ਲੋਨ ਚਾਹੀਦਾ ਲੋ ਇੰਟਰਸਟ ਰੇਟ ਨੇ ਕੁਝ ਵੀ ਆ ਲਿਆਉ ਤੁਹਾਨੂੰ ਕਰਾ ਕੇ ਦੇ ਦਿੰਨੇ ਆ ਪਰ ਉਦੋਂ ਬਾਅਦ ਦੇ ਵਿੱਚ ਸਾਰੇ ਕਹਿੰਦੇ ਆ ਪੈਂਦੇ ਆ ਹੁਣ ਜਿੱਦਾਂ ਰੀਅਲਟਰ ਕਹਿੰਦੇ ਆ ਨਹੀਂ ਜੀ ਮਾਰਕੀਟ ਥੱਲੇ ਆ ਗਈ ਬਾਈ ਕਰ ਲਓ ਤੇ ਸਹੇੜਾ ਮਜ਼ਾ ਉਦੋਂ ਆ ਜਦੋਂ ਸਹੀ ਟਾਈਮ ਤੇ ਕਹਿੰਦੇ ਜੀ ਵੇਲੇ ਦੀ ਨਮਾਜ਼ ਕੁਵੇਲੇ ਦੀ ਟੱਕਰ ਕਿ ਜੇ ਤਾਂ ਤੁਸੀਂ ਵੇਲੇ ਸਿਰ ਜਿਹੜਾ ਸੱਚ ਆ ਨਾ ਸੱਚ ਵੀ ਉਹ ਹੁੰਦਾ ਜਿਹੜਾ ਟਾਈਮ ਸਿਰ ਬੋਲਿਆ ਜਾਵੇ ਜੇ ਤੁਸੀਂ ਟਾਈਮ ਲੰਘ ਗਿਆ ਉਦੋਂ ਬੋਲਿਆ ਉਦੋਂ ਬੋਲੇ ਤਾਂ ਕੋਈ ਫਾਇਦਾ ਨਹੀਂ ਤੇ ਠੀਕ ਹੈ ਇਹ ਗੱਲ ਅਸੀਂ ਜ਼ਰੂਰ ਮੰਨਦੇ ਆ ਸਾਡੇ ਵਿੱਚੋਂ ਜਿਹੜੇ ਜੇ ਉਹ ਸਿਧਾਂਤ ਸਾਨੂੰ ਪਾਸ਼ਾ ਨੇ ਦਿੱਤਾ ਸੀਗਾ ਅਸੀਂ ਉਹਦੇ ਤੋਂ ਠਿੜਕੇ ਜਾ ਰਹੇ ਆ ਤਾਂ ਕਰਕੇ ਇਹੋ ਜੀਆਂ ਚੀਜ਼ਾਂ ਸਾਡੀ ਕਮਿਊਨਿਟੀ ਦੇ ਵਿੱਚ ਹੁੰਦੀਆਂ ਨੇ ਭਾਵੇਂ ਉਹ ਕਿਸੇ ਵੀ ਤਰੀਕੇ ਦਾ ਫਰਾਡ ਹੋਵੇ ਭਾਵੇਂ ਉਹ ਸਟੂਡੈਂਟਸ ਨਾਲ ਹੋਵੇ ਭਾਵੇਂ ਉਹ ਆ ਆਪਾਂ ਇੱਕ ਚੀਜ਼ ਹੋਰ ਦੇਖ ਰਹੇ ਆ ਨਾ ਇਹ ਥੋੜੀ ਜੀ ਆਫ ਟਾਪਿਕ ਗੱਲ ਹੋ ਜੂਗੀ ਯਾਰ ਮੈਂ ਨਾ ਹੁਣ ਦੇਖਦਾ ਬੱਸ ਸਟੈਂਡਾਂ ਤੇ ਨਾ ਬੇਬੇ ਬਾਪੂ ਭੱਜੇ ਜਾਂਦੇ ਹੁੰਦੇ ਆ ਯਾਰ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਇੱਥੋਂ ਤੱਕ ਆਪਣੀ ਲਾਇਕ ਬਣਾ ਰਿਆ ਤੇ ਤੁਸੀਂ ਉਹਨਾਂ ਨੂੰ ਜੇ ਬਿਠਾ ਕੇ ਨਹੀਂ ਖਵਾ ਸਕਦੇ ਤੁਹਾਡਾ ਇਹਨਾਂ ਮੁਲਕਾਂ ਚ ਆਇਆਂ ਦਾ ਕੀ ਫਾਇਦਾ ਹੁਣ ਮੈਂ ਲੋਕਾਂ ਨੂੰ ਜਾਣਦਾ ਆ ਕਿ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਇੰਡੀਆ ਤੋਂ ਸੱਦਿਆ ਕੰਮ ਕਰਨ ਲਈ ਇਸੇ ਕਰਕੇ ਕਿ ਯਾਰ ਘਰ ਦੀ ਮੌਰਗੇਜ ਵੱਧ ਗਈ ਵਾ ਤੇ ਕੀ ਫਾਇਦਾ ਤੁਹਾਡਾ ਇਹੋ ਜਿਹਾ ਘਰ ਲੈਣ ਦਾ ਕਿ ਜਿਨ੍ਹਾਂ ਦੀ 60 ਸਾਲ 70 ਸਾਲ ਉਮਰ ਹੋ ਗਈ ਆ ਉਹ ਉਹਨਾਂ ਦਾ ਜਨਮ ਹੀ ਵਿਚਾਰਿਆਂ ਰੇਸ ਕਰਕੇ ਹੋਇਆ ਕਿ ਕਮਾ ਕਮਾ ਕੇ ਸਾਰੀ ਉਮਰ ਤੁਹਾਨੂੰ ਦੇਈ ਜਾਣਾ ਉਹਨਾਂ ਨੇ ਉਹਨਾਂ ਨੇ ਵਿਚਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਹੀ ਨਹੀਂ ਵੇਖਿਆ ਸੋ ਕੀ ਬੈਨੀਫਿਟ ਕੀ ਆ ਉਸ ਪ੍ਰਾਪਰਟੀ ਦਾ ਜਿਹਦੇ ਵਿੱਚ ਤੁਸੀਂ ਇੱਕ ਦਿਨ ਸੌਣਾ ਆ ਕੇ ਤੁਹਾਡੇ ਮਾਪਿਓ ਤੁਹਾਡੀ ਵਾਈਫ ਉਹ ਕੰਮ ਤੇ ਭੱਜੇ ਆ ਵਿਚਾਰੇ ਚਲੋ ਵਾਈਫ ਆ ਉਹ ਯੰਗ ਆ ਉਹ ਕਰ ਸਕਦੇ ਆ ਨੋ ਪ੍ਰੋਬਲਮ ਨੋ ਫੈਂਸ ਪਰ ਜਿਹੜੇ ਮਾਪਿਓ ਨੇ ਵਿਚਾਰੇ ਕਿ 60 ਸਾਲ ਉਮਰ ਆ 65 ਸਾਲ ਆ 70 ਸਾਲ ਆ ਉਹ ਵਿਚਾਰੇ ਇੱਥੇ ਫਾਰਮਾ ਚ ਕੰਮ ਕਰਦੇ ਆ ਜਾ ਕੇ ਕੈਸ਼ ਦੇ ਫੈਕਟਰੀਆਂ ਚ ਕੰਮ ਕਰਨਦੇ ਆ ਜਾਂ ਵਿਚਾਰੇ ਮੈਂ ਦੇਖਦਾ ਕਿ ਕੰਸਟਰਕਸ਼ਨ ਤੇ ਲਾਈ ਹੁੰਦੇ ਆ ਬਿਲਕੁਲ ਸ਼ੇਮ ਯਾਰ ਇਹ ਕੋਈ ਉਮਰ ਥੋੜੀ ਹੈਗੀ ਉਹਨਾਂ ਵਿਚਾਰਿਆਂ ਦੀ ਕੰਮ ਕਰਨ ਦੀ ਅਸੀਂ ਮਤਲਬ ਕਈ ਵਾਰੀ ਜੋ ਆਪਾਂ ਰੈਸਟੋਰੈਂਟਸ ਜਾਈਏ ਜਾਂ ਕਿਤੇ ਵੀ ਦੇਖੀਏ ਲਾਈਕ 80 80 ਸਾਲ ਦੇ 70 70 ਸਾਲ ਦੇ ਪਿੱਛੇ ਕੁਕਿੰਗ ਚ ਸਾਹ ਤੱਕ ਨਹੀਂ ਲਾਈਕ ਲੈ ਪਾਰੇ ਪ੍ਰੋਪਰਲੀ ਹਨ ਤੁਸੀਂ ਕੰਮ ਮਤਲਬ ਲਾਇਆ ਹੈ ਲਾਈਕ ਸੱਚ ਅ ਸ਼ੇਮ ਮੈਨ ਐਸਾ ਚੰਗਾ ਨਾ ਹੀ ਭਲਾਓ ਜਾਂ ਤੁਸੀਂ ਨਾ ਹੀ ਆਓ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਆ ਚੀਜ਼ਾਂ ਨੂੰ ਬੁੱਢੇ ਵਾਰੀ ਵਿਚਾਰਿਆਂ ਨੂੰ ਕੰਮ ਕਰਾ ਰਹੇ ਹੋ ਤੁਸੀਂ ਸਾਰੀ ਨਾ ਥੋੜੀ ਹੋ ਸਫਾਰ ਥੋੜੀ ਸਵਾਰਥੀ ਜੀ ਗਈ ਆ ਆਪਣਾ ਸਾਰੇ ਹਰਟ ਹੁੰਦਾ ਉਹ ਦੇਖ ਕੇ ਕਿ ਮਤਲਬ ਜਿਨ੍ਹਾਂ ਨੇ ਤੁਹਾਨੂੰ ਪਾਲ ਲਿਆ ਪੋਸਿਆ ਕੀਤਾ ਓਕੇ ਭਾਜੀ ਬੈਸਟ ਐਡਵਾਈਸ ਟੂ ਗੈਟ ਅ ਮਾਰਗੇਜ ਅਪਰੂਵਡ ਮਾਰਗੇਜ ਅਪਰੂਵ ਦੇਖੋ ਬੈਸਟ ਐਡਵਾਈਸ ਤਾਂ ਇਹ ਹੀ ਆ ਪਹਿਲਾਂ ਆਪਣੀ 20% ਜਿਹੜੀ ਸੇਵਿੰਗ ਆ ਉਹ ਰੱਖੋ ਇੱਕ ਇਹ ਗੱਲ ਕਹੀ ਜਾਂਦੀ ਕਿ ਤੁਹਾਡੀ ਜੀ ਅਸੀਂ 10% ਤੇ ਕਲੋਜ਼ਿੰਗ ਕਰਾ ਦਾਂਗੇ ਮਿਨੀਮਮ ਰਿਕੁਆਇਰਮੈਂਟ 5% ਦਾ ਕਲੋਜ਼ਿੰਗ ਵਾਸਤੇ 5% ਹੈਗੀ ਆ ਪਰ ਨਹੀਂ ਵੀ ਹੈਗੀ 5% ਇਦਾਂ ਹੁੰਦੀ ਹੈ ਕਿ ਜੇ ਤੁਸੀਂ 5 ਲੱਖ ਦਾ ਘਰ ਲੈਂਦੇ ਹੋ ਤੁਹਾਨੂੰ ਉੱਤੇ 5 ਲੱਖ ਦੀ ਜਿਹੜੀ ਹੈਗੀ ਆ 5% ਦੇਣੀ ਪੈਂਦਾ ਜੇ ਲੈਟਸ ਸੇ ਤੋਂ ਉਹੀ ਘਰ 7 ਲੱਖ ਦਾ ਹੋ ਜਾਂਦਾ ਆ ਤੁਹਾਨੂੰ ਪਹਿਲੇ 5 ਲੱਖ ਤੇ 5% ਉੱਤਲੇ 2 ਤੇ 10% ਪਰ ਇਹ ਘਰ ਲੋਕਾਂ ਉਹਨਾਂ ਲੋਕਾਂ ਵਾਸਤੇ ਸਕੀਮਾਂ ਹੈਗੀਆਂ ਨੇ ਜਿਹੜੇ ਲੋਕੀ ਪ੍ਰੋਪਰ ਟੈਕਸ ਤੇ ਕੰਮ ਕਰਦੇ ਆ ਲੱਖ ਡਾਲਰ 1.5 ਲੱਖ ਡਾਲਰ ਉਹਨਾਂ ਦੀ ਇਨਕਮ ਆ ਜੀ ਅਸੀਂ ਸਾਲ ਦਾ 40000 ਡਾਲਰ 50000 ਡਾਲਰ ਟੈਕਸ ਦੇ ਇਹ ਆਪਣੀ ਜਿਹੜੀ ਇਨਕਮ ਸ਼ੋ ਕਰਦੇ ਆ ਇਹ ਚੀਜ਼ਾਂ ਸਾਡੇ ਵਾਸਤੇ ਨਹੀਂ ਹੈਗੀਆਂ ਤੇ ਸਾਨੂੰ ਇਹ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਜੇ ਅਸੀਂ 셀ਫ এমਪਲoyed ਹੈਗੇ ਆ ਕਿ ਸਾਨੂੰ 20% ਡਾਊਨ ਪੇਮੈਂਟ ਦੀ ਲੋੜ ਪੈਣੀ ਆ ਤੁਸੀਂ 20% ਡਾਊਨ ਪੇਮੈਂਟ ਇਕੱਠੀ ਕਰੋ ਫਿਰ ਤੁਸੀਂ ਇਹ ਦੇਖੋ ਕਿ ਤੁਹਾਡੀ ਜੋ ਮੰਥਲੀ ਇਨਕਮ ਹੈ ਆ ਹਾਂ ਠੀਕ ਹੈ ਟ੍ਰੈਡੀਸ਼ਨਲੀ 30% ਚੱਲਦਾ ਹੈ ਕੈਨੇਡਾ ਦੇ ਵਿੱਚ ਮੈਂ ਮੈਕਸ ਟੂ ਮੈਕਸ ਕਹਾਂਗਾ 40% ਤੁਹਾਡੀ ਜੋ ਵੀ ਇਨਕਮ ਹੈ ਉਹਦੇ ਤੋਂ 40% ਤੋਂ ਇੱਕ ਸੈਂਟ ਵੀ ਐਕਸੀਡ ਨਹੀਂ ਕਰਨਾ ਚਾਹੀਦਾ ਤੁਹਾਡੇ ਘਰ ਦਾ ਖਰਚਾ ਉਹ ਭਾਵੇਂ ਫਿਰ ਤੁਸੀਂ ਇਹ ਨਾ ਦੇਖੋ ਕਿ ਮੈਂ ਡਿਟੈਚ ਕਰ ਲੈਣਾ ਮੈਂ ਵੱਡਾ ਕਰ ਲੈਣਾ ਜੇ 5000 ਸਕੂਅਰ ਫੀਟ 4500 3500 ਜੋ ਤੁਹਾਡੇ ਬਜਟ ਦੇ ਵਿੱਚ ਆਉਂਦਾ ਨਾ ਉਹ ਚੀਜ਼ ਬਾਈ ਕਰੋ ਕਦੀ ਵੀ ਇਸ ਦੌੜ ਦੇ ਵਿੱਚ ਨਾ ਪਾਓ ਕਿ ਯਾਰ ਉਹ ਮੇਰੇ ਚਾਚੇ ਦਾ ਮੁੰਡਾ ਉਹਨੇ ਪਟਾ ਲੈ ਲਿਆ ਆ ਮੇਰੇ ਆ ਫਰੈਂਡਸ ਹੈਗੇ ਨੇ ਅਸੀਂ ਇਕੱਠੇ ਕੰਮ ਕਰਦੇ ਆ ਜੀ ਇਹਦੇ ਕੋਲ ਡਿਟੈਚ ਘਰ ਆ ਮੇਰੇ ਕੋਲ ਟਾਊਨ ਆ ਤੁਸੀਂ ਕਦੀ ਵੀ ਆਪਣੀ ਸਿਚੁਏਸ਼ਨ ਕਿਸੇ ਤੀਸਰੇ ਬੰਦੇ ਦੇ ਨਾਲ ਕੰਪੇਅਰ ਨਾ ਕਰੋ ਤੁਸੀਂ ਇਹ ਦੇਖੋ ਕਿ ਤੁਸੀਂ ਬੱਚਿਆਂ ਨੂੰ ਟਾਈਮ ਕਿੰਨਾ ਦੇ ਰਹੇ ਹੋ ਤੁਹਾਡੀ ਫੈਮਿਲੀ ਦੇ ਵਿੱਚ ਪੀਸ ਆਫ ਮਾਈਂਡ ਕਿੰਨਾ ਆ ਕੀ ਤੁਸੀਂ ਆਪਣਾ ਜਿਹੜਾ ਘਰ ਲਿਆ ਹੋਇਆ ਵਾ ਉਹਦੇ ਪੈਕਯਾਰਡ ਦੇ ਵਿੱਚ ਬਹਿ ਕੇ ਤੁਹਾਡੇ ਕੋਲ 10 ਮਿੰਟ ਬਹਿ ਕੇ ਉੱਥੇ ਚਾਹ ਪੀਣ ਦਾ ਟਾਈਮ ਹੈਗਾ ਕਿ ਨਹੀਂ ਹੈਗਾ ਤੇ ਹੋ ਸਕਦਾ ਹੈ ਕਿ ਜਿਹੜੇ ਬੰਦੇ ਨੇ ਡੀਟੈਚ ਕਰ ਲਿਆ ਹੋਇਆ ਵਾ ਆ ਤੁਸੀਂ ਇਕੱਠੇ ਆਏ ਸੀ ਕਿ ਹੋ ਸਕਦਾ 7 ਦਿਨ ਕੰਮ ਕਰਦਾ ਹੋਵੇ ਆ ਹੋ ਸਕਦਾ ਉਹਦੇ ਕੋਲ ਬੱਚਿਆਂ ਵਾਸਤੇ ਟਾਈਮ ਹੀ ਨਾ ਹੋਵੇ ਆਪਣੇ ਵਾਸਤੇ ਤੇ ਕੀ ਫਾਇਦਾ ਫਿਰ ਸਾਡੀ ਇਹੋ ਜੀ ਪ੍ਰਾਪਰਟੀ ਦਾ ਸੋ ਇਹ ਆਲਵੇਸ ਇਨਾ ਕ ਅਸੀਂ ਜ਼ਰੂਰ ਰੱਖ ਲਈ ਕਿ ਅਸੀਂ ਜਿੰਨਾ ਕ ਪੰਜਾਂ ਕ ਜਣਾ ਚ ਕੰਮ ਕਰਕੇ ਕਮਾਉਨੇ ਆ ਉਹਦਾ 40% ਸਾਡਾ ਮਾਰਗੇਜ ਪ੍ਰਾਪਰਟੀ ਟੈਕਸ ਯੂਟਿਲਿਟੀ ਸਾਰੇ ਵਿੱਚ ਜਾਣਾ ਚਾਹੀਦਾ ਉਹ ਹਰੇਕ ਦੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ ਰਾਈਟ ਐਂਡ ਇਟਸ ਅ ਰੈਪ ਅਪ ਕਿਵੇਂ ਲੱਗਿਆ ਭਾਜੀ ਗਲਾਸੀ ਟਾਈਮ ਤੇ ਆ ਗਏ ਬਹੁਤ ਵਧੀਆ ਲੱਗਿਆ ਵੀਰ ਥੈਂਕ ਯੂ ਟਾਈਮ ਵਾਸਤੇ ਇਟ ਇਜ਼ देयर एनीथिंग ਤੁਸੀਂ ਕੋ ਸ਼ੇਅਰ ਕਰਨਾ ਚਾਹੋਗੇ ਅ ਨਹੀਂ ਵੀਰ ਥੈਂਕ ਯੂ ਮੈਂ ਇਹੀ ਕਹੂੰਗਾ ਕਿ ਦੇਖੋ ਕਿਸੇ ਵੀ ਨਾ ਦੇਖ ਕੇ ਨਾ ਦੂਸਰੇ ਇਨਸਾਨ ਵੱਲ ਦੇਖ ਕੇ ਆਪਣੇ ਫਾਈਨੈਂਸ਼ੀਅਲ ਡਿਸੀਜਨਸ ਲਾਓ ਤੇ ਔਰ ਈਵਨ ਕਿ ਹੁਣ ਕਈਆਂ ਲੋਕਾਂ ਨੇ ਘਰ ਵੀ ਵੱਡੇ ਗੱਡੀਆਂ ਵੀ ਵੱਡੀਆਂ ਸਭ ਕੁਝ ਵਟਾਇਆ ਉਹਨਾਂ ਕੋ ਹੈਗਾ ਇਟ ਲੁਕਸ ਲਾਈਕ ਕਿ ਉਹਨਾਂ ਦੀ ਲਾਈਫ ਬਹੁਤ ਵਧੀਆ ਹੈ ਇੰਟਰਨਲੀ ਅਸੀਂ ਨਹੀਂ ਜਾਣਦੇ ਕਿ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈਗੀ ਹੈ ਇਸ ਸਮੇ ਸੋ ਕਦੀ ਵੀ ਕਿਸੇ ਤੀਸਰੇ ਬੰਦੇ ਵੱਲ ਦੇਖ ਕੇ ਆਪਣਾ ਫਾਈਨੈਂਸ਼ੀਅਲ ਡਿਸੀਜਨ ਨਾ ਬਣਾਓ ਜਦੋਂ ਵੀ ਘਰ ਲੈਣਾ ਆ ਆਪਣੇ ਮੈਂ ਨਹੀਂ ਕਹਿੰਦਾ ਮੇਰੇ ਨਾਲ ਗੱਲ ਕਰੋ ਆਕੇ ਗੋ ਟੂ ਐਨੀ ਮਾਰਗੇਜ ਏਜੰਟ ਉਹਨਾਂ ਕੋਲ ਜਾਓ ਗੱਲ ਕਰੋ ਕੀ ਭਾਈ ਆ ਸਾਡੀ ਏਨਕਮਾ ਸਾਨੂੰ ਬਜਟ ਦੱਸ ਕੀ ਸਾਨੂੰ ਅਸੀਂ ਕਿੰਨੇ ਤੱਕ ਦੀ ਮਾਰਗੇਜ ਜਿਹੜੀ ਅਫੋਰਡ ਕਰ ਸਕਦੇ ਆ ਸੋ ਥੋੜਾ ਬਹੁਤ ਆਪ ਵੀ ਪੜੋ ਕੀ ਇਹ ਮਾਰਗੇਜ ਹੁੰਦੀ ਕੀ ਆ ਇਹ ਕਿਸ ਤਰੀਕੇ ਨਾਲ ਵਰਕ ਕਰਦੀ ਆ ਓਪਨ ਕਿਉਂਕਿ ਅੱਜ ਕੱਲ ਤਾਂ YouTube ਤੇ ਇੰਨਾ ਕੁਝ ਪਿਆ ਹੋਇਆ ਵਾ ਤਾਂ ਤੁਹਾਨੂੰ ਕਿਤੇ ਕੋਰਸ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਉੱਥੋਂ ਹੀ ਬਹੁਤ ਕੁਝ ਸਿੱਖ ਸਕਦੇ ਹੋ ਤੇ ਆਪਣੀ ਜਿਹੜੀ ਫਾਈਨੈਂਸ਼ੀਅਲ ਨੌਲੇਜ ਦੇ ਵਿੱਚ ਜਿਹੜਾ ਵਾਧਾ ਹੈ ਉਹ ਕਰ ਸਕਦੇ ਹੋ ਪਾ ਜੀ ਜੇ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਤੁਹਾਡਾ ਨੰਬਰ ਕੀ ਹੈ ਅ ਮੇਰਾ ਨੰਬਰ ਹੈਗਾ ਜੀ 6472853940 6472853940 ਤੇ ਤੁਸੀਂ ਜੀਟੀਏ ਏਰੀਆ ਚ ਬੇਸਿਕਲੀ ਹਨ ਸਰਵ ਕਰਦੇ ਹੋ ਹਾਂਜੀ ਜੀਟੀਏ ਦੇ ਵਿੱਚ ਤੇ ਹੁਣ ਆਪਾਂ ਸਟਾਰਟ ਕਰਤਾ ਆ ਲੰਡਨ ਦੇ ਵਿੱਚ ਵੀ ਕਾਫੀ ਕੁਆਰੀਜ਼ ਉਤੋਂ ਆ ਰਹੀਆਂ ਸੀਗੀਆਂ ਕਿਉਂਕਿ ਆਪਣੀ ਕਮਿਊਨਿਟੀ ਬਹੁਤ ਮੂਵ ਹੋਈ ਆ ਸੋ ਇਹ ਕੋਪਰੇਸ਼ਨ ਆਪਾਂ ਵੀਕ ਦੇ ਵਿੱਚ ਮੈਂ ਦੋ ਕੁ ਦਿਨ ਲੰਡਨ ਹੁੰਦਾ ਆ ਤੇ ਬਾਕੀ ਜਿਹੜਾ ਮੈਂ ਇੱਥੇ ਆਪਣੇ ਜੀਟੀਏ ਦੇ ਵਿੱਚ ਹੁੰਦਾ ਆ ਠੀਕ ਆ ਪਾ ਜੀ Thank you so much for coming. No problem. Thank you. Thank you so much. Thank Rajeem. you. <laughs> see you next time. Thank you. Thank you. Thank you.